ਨਾਨਕ ਸਿੰਘ ਦਾ ਨੋਵਲ ਨਾਸੂਰ ਦਾ ਇੱਕੀ ਵਾਂਗ। ਮੰਗਤੂ ਜਦੋਂ ਆਪਣੇ ਘਰ ਦੇ ਨੇੜੇ ਪੁੱਜਾ ਤਾਂ ਕੋਈ ਕੋਈ ਕਣੀ ਪੈ ਰਹੀ ਸੀ ਉਹਦੇ ਮੱਥੇ ਤੇ। ਜਦ ਪਹਿਲੀ ਕਣੀ ਪਈ ਤਾਂ ਉਹਨੂੰ ਜਾਪਿਆ ਜਿਵੇਂ ਕਿਸੇ ਨੇ ਚੂੰਡੀ ਵੱਢ ਕੇ ਉਹਨੂੰ ਨੀਂਦਰ ਤੋਂ ਜਗਾ ਦਿੱਤਾ ਹੋਵੇ। ਕਿਸ਼ਨੇ ਨਾਲੋਂ ਨਿਖੜਨ ਤੋਂ ਲੈ ਕੇ ਇੱਥੇ ਪਹੁੰਚਣ ਤੀਕ ਇਹ ਫਰਲਾਂਗ ਡੇਢ ਫਰਲਾਂਗ ਦਾ ਪੰਧ ਉਹਨੇ ਲੱਤਾਂ ਨਾਲ ਤੁਰ ਕੇ ਪੂਰਾ ਕੀਤਾ, ਜਾਂ ਕਿਸੇ ਤੂਫਾਨੀ ਵਾਵ ਰੋਲੇ ਨੇ ਉਹਨੂੰ ਉਡਾ ਕੇ ਇੱਥੋਂ ਤੱਕ ਲਿਆ ਸੁੱਟਿਆ, ਉਹਦੀ ਸਮਝ 'ਚ ਨਹੀਂ ਸੀ ਆ ਰਿਹਾ। ਬਾਲੀ ਦੇ ਉਸ ਗੰਦੇ ਮੁਸ਼ਕੇ ਕਮਰੇ 'ਚ ਉਹ ਮਸੇ 10-15 ਮਿੰਟ ਹੀ ਬੈਠਾ ਹੋਏਗਾ, ਪਰ ਇੰਨੇ ਥੋੜ੍ਹੇ ਵਕਤ 'ਚ ਜ਼ਿੰਦਗੀ ਦਾ ਏਡਾ ਕਰੂਪ ਪਾਸਾ ਉਹਦੀ ਨਜ਼ਰੋਂ ਗੁਜ਼ਰ ਗਿਆ। ਨੇਰਾ ਗੁਜ਼ਰ ਹੀ ਨਹੀਂ ਗਿਆ, ਸਗੋਂ ਉਹਦੇ ਸੀਨੇ ਵਿਚਲੇ ਕਿਸੇ ਨਾਸੂਰ ਨੂੰ ਇੱਕ ਅਜਿਹੀ ਚੋਬੜ ਵੀ ਲਾ ਗਿਆ ਜਿਹਦੀ ਪੀੜ ਨਾਲ ਇਸ ਵੇਲੇ ਉਹਦੀ ਰਗ ਰਗ ਪਾਟ ਰਹੀ ਸੀ। ਬਾਲੀ ਬਾਲੀ ਬਾਲੀ, ਉਹ ਦੋ ਅੱਖਰਾਂ ਨਾਲ ਇੰਜ ਉਹਦੇ ਰਗ ਰੇਸ਼ੇ 'ਚ ਗੂੰਜ ਰਿਹਾ ਸੀ, ਇੰਜ ਉਹਦੀਆਂ ਅੱਖਾਂ ਸਾਹਮਣੇ ਵੰਨ ਸੁਵੰਨੀਆਂ ਡਰਾਉਣੀਆਂ ਸ਼ਕਲਾਂ ਪੇਸ਼ ਕਰ ਰਿਹਾ ਸੀ, ਜਿਵੇਂ ਉਹ ਕਦੀ ਸੁਣੇ ਸੁਣਾਏ ਕੁੰਭੀ ਨਰਕ 'ਚ ਪਰਤ ਰਿਹਾ ਹੋਵੇ। ਬਾਲੀ ਅਜੇ ਕੁੜੀ ਹੈ, ਬਾਲੀ ਦੀ ਉਮਰ ਹੀ ਕੀ ਹੈ, ਹੋਏਗੀ ਮਸੇ 18-20 ਦੀ। ਇਸੀ ਉਮਰੇ ਇਸ ਬਦਜ਼ਾਤ ਕੁੜੀ ਨੇ ਆਪਣੀ ਜ਼ਬਾਨੀ ਵੇਚ ਕੇ ਬੁਢੇਪਾ ਖਰੀਦ ਲਿਆ, ਸਿਹਤ ਵੇਚ ਕੇ ਬਿਮਾਰੀਆਂ ਦੀ ਪੰਡ ਵਿਹਾਜ ਲਈ, ਇੱਜ਼ਤ ਵੇਚ ਕੇ ਜ਼ਿਲਤ ਤੇ ਬੇਸ਼ਰਮੀ ਪੱਲੇ ਬੰਨ ਲਈ। ਵੇਖਣ ਨੂੰ ਕਿੱਡੀ ਭੋਲੀ ਭਾਲੀ ਤੇ ਉਹਦੀ ਗੱਲਬਾਤ 'ਚ ਕਿੱਡੀ ਸੰਗੀਤਕ ਲਚਕ ਹੈ। ਜੇ ਕੰਬਖਤ ਕਿਤੇ ਵਿਆਹੀ ਵਰੀ ਜਾਂਦੀ ਤਾਂ ਅੱਜ ਕਿਸੇ ਚੰਗੇ ਭਲੇ ਦੀ ਸੁਹਾਣੀ ਹੁੰਦੀ। ਇੱਕ ਅੱਧਾ ਬੱਚਾ ਇਹਦੀ ਗੋਦ 'ਚ ਹੁੰਦਾ, ਜਿਹਨੂੰ ਲਾਡ ਲਡਾਉਂਦੀ ਹੋਈ ਇਹ ਕਿੰਨੀ ਭਲੀ ਮਾਲੂਮ ਹੁੰਦੀ। ਮੰਗਤੂ ਇੱਥੋਂ ਤੱਕ ਹੀ ਸੋਚ ਪਾਇਆ ਸੀ ਕਿ ਉਹਦੀਆਂ ਅੱਖਾਂ ਅਗਲਾ ਸਾਰਾ ਦ੍ਰਿਸ਼ ਇੱਕ ਹੋਰ ਸ਼ਕਲ 'ਚ ਬਦਲ ਗਿਆ। ਜਦ ਸੋਚਾਂ ਵਿਚਲੇ ਇੱਕ ਛੋਟੇ ਜਿਹੇ ਵਾਕ ਵੱਲ ਉਹਦਾ ਦੁਬਾਰਾ ਧਿਆਨ ਗਿਆ, ਇਹਦੇ ਕੁੱਛੜ ਇੱਕ ਅੱਧ ਬੱਚਾ ਹੁੰਦਾ, ਇੱਕ ਅੱਧ ਬੱਚਾ, ਕੁੱਛੜ ਇੱਕ ਅੱਧ ਬੱਚਾ, 1-1.5 ਸਾਲ ਦਾ ਬੱਚਾ, ਜਿਹਨੂੰ ਇਹਦੀ ਜ਼ਾਲਮ ਮਾਂ ਆਪਣੀਆਂ ਛਾਤੀਆਂ ਨਾਲੋਂ ਤੋੜ ਕੇ। ਅਤੇ ਇਸ ਤੋਂ ਅੱਗੇ ਮੰਗਤੂ ਕੁੱਝ ਨਹੀਂ ਸੋਚ ਸਕਿਆ, ਅਥਵਾ ਸੋਚਣ ਤੋਂ ਉਹਨੇ ਆਪਣੇ ਆਪ ਨੂੰ ਵਰਜ ਲਿਆ। ਉਹ ਸਿਰ ਛੰਡਿਆ ਅਤੇ ਆਲੇ ਦੁਆਲੇ ਤੱਕਿਆ, ਉਹ ਆਪਣੇ ਘਰ ਤੋਂ ਕਾਫ਼ੀ ਅਗਾਂਹ ਜਾ ਚੁੱਕਾ ਸੀ। ਫਿਰ ਉਹਨੂੰ ਪਛਾਣ ਪਰਤਣਾ ਪਿਆ। ਘਰ ਪਹੁੰਚ ਕੇ ਉਸ ਜੰਦਰਾ ਖੋਲ੍ਹਿਆ, ਪਰ ਅੰਦਰ ਲੰਘਣ ਦੀ ਥਾਂ ਉੱਥੇ ਚੁਗਾਟ ਦੀ ਬਾਹੀ ਨਾਲ ਸਿਰ ਜੋੜ ਕੇ ਰਹਿ ਗਿਆ। ਕਿੰਨਾ ਕੁ ਚਿਰ ਖੜੋਤਾ ਰਿਹਾ ਉਹ ਨਹੀਂ ਜਾਣ ਸਕਿਆ, ਕੀ ਸੋਚੀ ਗਿਆ ਇਸ ਗੱਲ ਦਾ ਵੀ ਉਹਨੂੰ ਨਹੀਂ ਗਿਆ। ਜਦ ਅਚਾਨਕ ਠੰਡੀ ਹਵਾ ਦੇ ਫਰਾਟਿਆਂ ਨੇ ਉਹਨੂੰ ਠਾਰਨਾ ਸ਼ੁਰੂ ਕੀਤਾ ਤਾਂ ਚੁਗਾਟ ਦੀ ਬਾਹੀ ਨਾਲੋਂ ਸਿਰ ਹਟਾ ਕੇ ਉਸ ਆਪਣੇ ਆਲੇ ਦੁਆਲੇ ਤੱਕਿਆ ਅਤੇ ਫਿਰ ਆਪਣੇ ਵੱਲ। ਇਸ ਵੇਲੇ ਉਹਨੇ ਦੋਵੇਂ ਮੁੱਠਾਂ ਇੰਨੇ ਜ਼ੋਰ ਨਾਲ ਮੀਟੀਆਂ ਕਿ ਤਲੀਆਂ ਵਿੱਚ ਆਪਣੇ ਨਹੁੰ ਨੂੰ ਚੁੱਭ ਰਹਿ ਜਾਪੇ। ਹੇਠਲਾ ਬੁੱਲ ਉਹਨੇ ਜ਼ੋਰ ਦੀ ਦੰਦਾਂ ਹੇਠ ਚਿੱਥਿਆ ਹੋਇਆ ਸੀ ਅਤੇ ਉਹਦੀਆਂ ਅੱਖਾਂ ਵਿੱਚੋਂ ਇੰਝ ਸੇਕ ਨਿਕਲ ਰਿਹਾ ਸੀ ਜਿਸ ਤਰ੍ਹਾਂ ਇੱਕ ਦਿਨ ਕਦੀ ਰਿਕਸ਼ਾ ਚਲਾਉਂਦੇ ਦਾ ਬੁਖਾਰ ਦੀ ਹਾਲਤ 'ਚ ਹੋਇਆ ਸੀ। ਸੋਚਣ ਲੱਗਾ, ਉਸ ਦਿਨ ਮੇਰਾ ਦਿਲ ਐਡੀ ਜ਼ੋਰ ਦੀ ਤਾਂ ਨਹੀਂ ਸੀ ਧੜਕਦਾ, ਅਤੇ ਜਦੋਂ ਅੰਦਰ ਲੰਘਿਆ ਤਾਂ ਉਹਨੂੰ ਆਪਣੇ ਆਪ ਉੱਤੇ ਪੂਰੀ ਤਰ੍ਹਾਂ ਪਾਗਲਪਨ ਦੇ ਚਿੰਨ੍ਹਾਂ ਦਾ ਆਭਾਸ ਹੋਣ ਲੱਗਾ। ਬਿਨਾਂ ਬੱਤੀ ਜਗਾਇਆ ਉਹ ਬੂਟਾਂ ਸਮੇਤ ਮੰਜੇ 'ਤੇ ਫੈਲ ਗਿਆ। ਉਹ ਤਾਣੇ ਮੂੰਹ ਕਿੰਨਾ ਹੀ ਚਿਰ ਤੱਕੀ ਗਿਆ ਹਨੇਰੇ ਨੂੰ, ਨਾਲੇ ਛੱਤ ਨੂੰ ਪਾੜ ਕੇ ਉਹਦੀ ਰੂਹ ਇੱਕ ਵਾਰੀ ਫਿਰ ਉੱਥੇ ਜਾ ਪਹੁੰਚੀ ਜਿੱਥੇ ਹੁਣੇ ਹੁਣੇ ਤੁਰਿਆ ਆ ਰਿਹਾ ਸੀ। ਬਾਲੀ ਦੇ ਉਸ ਨਾਪਾਕ ਕਮਰੇ 'ਚ ਖਿਆਲਾਂ ਹੀ ਖਿਆਲਾਂ 'ਚ ਬਾਲੀ ਨਾਲ ਗੱਲਾਂ ਕਰ ਰਿਹਾ ਸੀ। ਕੀ ਬਾਲੀ, ਤੈਨੂੰ ਕਿਸੇ ਉਧਾਲ ਕੇ ਲਿਆਂਦਾ? ਕੀ ਤੂੰ ਵੀ ਆਪਣਾ ਨਿੱਕਾ ਨਿਆਣਾ ਪਿੱਛੇ ਛੱਡ ਆਈ ਹੈ? ਕਿ ਤੁਸੀਂ ਸਾਰੀਆਂ ਜਨਾਨੀਆਂ ਇੱਕੋ ਮਿੱਟੀ ਦੀਆਂ ਘੜੀਆਂ ਹੋਈਆਂ? ਮੈਂ ਤੈਨੂੰ ਕਤਲ ਕਰ ਦਿਆਂਗਾ, ਤੇਰਾ ਗਲ ਘੁੱਟ ਸੁੱਟਾਂਗਾ, ਤੇਰਾ ਹੀ ਨਿਰਾ ਨਹੀਂ ਤੇਰੇ ਵਰਗੀਆਂ ਸਾਰੀਆਂ ਦਾ। ਅਤੇ ਜਦੋਂ ਉਵੇਂ ਹੀ ਹਨੇਰੇ 'ਚ ਉਹਨੇ ਅੱਖਾਂ ਦੇ ਪਪੋਟੇ ਝਪਕੇ ਤਾਂ ਉਹ ਆਪਣੇ ਦੋਵਾਂ ਹੱਥਾਂ ਦੀ ਆਪੋ 'ਚ ਕੰਗੜੀ ਪਾਈ ਇੰਨੀ ਜ਼ੋਰ ਦੀ ਘੁੱਟ ਰਿਹਾ ਸੀ ਕਿ ਉਹਦੀਆਂ ਉਂਗਲਾਂ ਦੁਖਣ ਲੱਗ ਪਈਆਂ। ਕਿ ਮੈਂ ਸੱਚਮੁੱਚ ਪਾਗਲ ਹੋ ਗਿਆ? ਸ਼ਾਇਦ ਸੱਚਮੁੱਚ ਇਹ ਸੋਚਦਾ ਹੋਇਆ ਉਹ ਮੰਜੇ ਤੋਂ ਉੱਠ ਖੜੋਤਾ, ਜਾਂ ਮੰਜੇ ਨੇ ਹੀ ਉਹਨੂੰ ਉਛਾਲ ਸੁੱਟਿਆ। ਇਹ ਤੋਂ ਥੋੜ੍ਹੀ ਦੇਰ ਬਾਅਦ ਉਹਨੇ ਆਪਣੇ ਆਪ ਨੂੰ ਮੁੜ ਸੜਕ 'ਤੇ ਤੁਰਦਿਆਂ ਵੇਖਿਆ। ਕਿੱਧਰ ਜਾ ਰਿਹਾ, ਕਿਉਂ ਜਾ ਰਿਹਾ? ਸ਼ਾਇਦ ਇਹ ਸਵਾਲ ਅਜੇ ਤੱਕ ਮੰਗਤੂ ਦੇ ਦਿਮਾਗ 'ਚ ਨਹੀਂ ਸੀ ਪੈਦਾ ਹੋਇਆ। ਉਹ ਤੁਰਿਆ ਜਾ ਰਿਹਾ ਸੀ ਬਿਨਾਂ ਖਿਆਲਿਆਂ ਹੀ। ਉਹਦੇ ਅੰਦਰ ਸ਼ਾਇਦ ਇਸ ਵੇਲੇ ਹੋਰ ਕੁਝ ਸੋਚਣ ਦੀ ਗੁੰਜਾਇਸ਼ ਹੀ ਨਹੀਂ ਸੀ। ਛੁੱਟ ਬਾਲੀ ਤੋਂ, ਉਹਦੀਆਂ ਅੱਖਾਂ ਅੱਗੇ ਇਸ ਵੇਲੇ ਕਈ ਭਾਂਤੋ ਭਾਂਤੀ ਦ੍ਰਿਸ਼ ਫਿਰ ਰਹੇ ਸਨ। ਬਾਲੀ ਹੱਥ ਵਧਾ ਕੇ ਨੋਟ ਫੜ ਰਹੀ ਹੈ। ਬਾਲੀ ਆਪਣੇ ਚੂਸੇ ਹੋਏ ਹੋਠਾਂ 'ਤੇ ਚਿਪਕੀਆਂ ਹੋਈਆਂ ਗੱਲਾਂ ਨੂੰ ਲਿਪਸਟਿਕ 'ਤੇ ਫੇਸ ਪਾਊਡਰ ਨਾਲ ਰੰਗ ਰਹੀ ਹੈ। ਬਾਲੀ ਆਪਣੇ ਅੱਧ ਕੱਟੇ ਕੇਸਾਂ ਨੂੰ ਤੇਲ 'ਤੇ ਕੰਘੀ ਦੀ ਮਦਦ ਨਾਲ ਸਵਾਰ ਰਹੀ ਹੈ। ਬਾਲੀ ਹੋਟਲ ਵੱਲ ਜਾ ਰਹੀ ਹੈ। ਫਿਰ ਉਹਦੀਆਂ ਇਹਨਾਂ ਕਲਪਿਤ ਤਸਵੀਰਾਂ ਨੇ ਦੂਜਾ ਰੁੱਖ ਪਲਟਿਆ। ਬਾਲੀ ਦੇ ਦੋਵੇਂ ਆਸ਼ਨਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ, ਹਸਪਤਾਲ, ਟੀਕੇ, ਓਪਰੇਸ਼ਨ, ਅਰਥੀ, ਰਾਮ ਨਾਮ ਸੱਤ ਹੈ। ਇਹਨਾਂ ਤਸਵੀਰਾਂ ਨੂੰ ਵੇਖਦਾ ਵੇਖਦਾ ਦੁਬਾਰਾ ਬਾਲੀ ਦੇ ਘਰ ਅੱਗੇ ਜਾ ਪਹੁੰਚਿਆ। ਵਕਤ 12 ਤੋਂ ਉੱਪਰ ਹੋ ਚੁੱਕਾ ਸੀ। ਘਰ ਅੱਗੇ ਪਹੁੰਚ ਕੇ ਉਸ ਆਵਾਜ਼ ਦਿੱਤੀ, ਬਾਲੀ, ਉਹ ਬਾਲੀ।
थोड़ी देर बाद निंद्राली जी आवाज आई, कौन है? मैं हूं, तुम कौन? अरे वही जो अभी अभी किशन चंद के साथ आया था। माचिस की डब्बी ते तीली रगड़न की आवाज आई, फिर चानण होया, फिर बूहा खोलिया। कहो बाबू। सवाल करने वाले वेले बाली इंज बूहे ते खड़ी सी जिवें आने वाले नूं अंदर लंघन ना देना चाहती होवे। उहदी आवाज च नफरत उनींदे ते अकेवें दी कलखी सी। बताता हूं कह के बिना इस गल की परवाह कीतिया जो बाली दे चेहरे ते इस वेले किन्ना गुस्सा ते बुखलाट टपक रही है, वह इन्हूं ठेल के अंदर लंघ गया ते रवा रवी उस तरपाई ते जा बैठा। बाली भुंजे बैठ गई। तिंगो जोरी भद्रता का सांग भर के बाली ने वह तो जरा हटवी बैठद्या पुछे, कैसे आए बाबू? कुछ बातें करनी है तुमसे, माफ करना तुम्हारे आराम में खलल डाला। बातें? बाली ने सवाल डर के किया, शायद मंगतू नूं पुलसिया समझ के। बाली कोई बाकायदा ज लाइसेंस याफ्ता पेशावर तो है नहीं सी। इस तरह चोरी छिपी पेशा करने वाली पुलिस का डर हर वेले धुड़कू लाई रखता है। वह जरा अदब के रंग च आ गई ते मंगतू झटपट उहदे सवाल का जवाब नहीं दे सकिया, पर जद उहने वेख्या कि बाली का पीला ते तप्पड़ा वाला चेहरा डर नाल पीला पै गया है तां बोलिया, डरो मत, मैं कोई ऐसा वैसा आदमी नहीं हूँ। पर इस बुझारत का अर्थ बाली की समझ च नहीं आ सकिया। ऐसा वैसा नहीं हूँ? जिहड़ा आदमी ऐसा वैसा नहीं उहदा भला इस मकान च की काम? ते फिर अद्धी रात वेले फिर भी मंगतू की निर्दोष जी तकनी ते साऊ जी आवाज़ ने बाली का तौखला कुछ ना कुछ घटाता। उस पुछया, कहो क्या हुक्म है? किसने ने भेजा है शायद आपको? फिर नहीं, तब यूं ही चला आया। यूं ही? हाँ। बाली एक बारी फिर शक भरी नजर नाल उस वल तकी ते बताइए ना, क्या चाहते हैं आप? मैं? हाँ हाँ बताइए। मैं कुछ नहीं चाहता। कुछ नहीं चाहते? कहती हुई बाली उस वल ताड़ना भरी नजर नाल तकी, जिवें कह रही होवे जी कुछ नहीं कहना चाहता तो झक मारना आया इत्थे। मंगतू डकिया डोलियां सी, सचमुच ही तो वह कुछ नहीं चाहता सी। किसी चाह जां किसी भी भावना दिल च लैके वह नहीं आया। वह अपनी मूर्खता जां पागलपन उत्ते अंदरे अंदर क्रिज रहा सी ते इस शर्मिंदगी ने बाली दे सामने बैठना उस लई दुब्बर कर दिता। कुछ भी तो उन्हें नहीं सी सुझ रहा जिहड़ा कह के वह बाली की तसली कराए कि वह क्यों आया। किसी जवान ते उपरी कुड़ी दे सामने इस तरह एकांत विच बैठन दा उहदी जिंदगी च पहला ही मौका सी, जिस करके उहदी घबराहट होर भी वध गई। घबराहट रोकण लई उहने अपने दिल नूं समझाउणा शुरू कीता कि होया जे आ गया, जिस पास आउण दा हर नथू खैरे नूं हक है, जे मैं भी आ गया तां किहड़ा अनर्थ करता? बोलते क्यों नहीं बाबू? बाली ने सख्त चुन जला के सवाल किया। अच्छा जाता हूँ कह के मंगतू उठ खड़ोता, जिवें अपने भुल का प्रायश्चित करन लई उहदी कोई होर वाह ना हो। लागे पई लालटन की बत्ती लुकवें ढंग नाल जरा होर उची करके बाली ने एक बार फिर घोक भरी नज़र नाल उहदे चेहरे वल तकिया, पर कोई भी तो भैड़ी नीत का चिन्ह मंगतू के नक्शा उत्ते नहीं दिखाई दिता। वह सोच रही सी कि बदमाशा जां पुलसिया दी अखां च इस तरह की गिल हुंदी है। ठहरो बाबू, बाली ने उहनूं जांदे नूं रोक लिया। मुझे बताते जाओ कि तुम किस मतलब से आए हो? मंगतू दे कदम रुक गए। सच कहता हूँ मुझे नहीं मालूम क्यों चला आया, शायद तुम्हारे दोस्त ने तुम्हें पिला दी होगी। क्यों? शराब? मंगतू ने विरोध किया, मैंने कभी नहीं पी है आज तक। बाली नूं यकीन आ गया, शराबियां दी चाल ढाल तो अनजाण नहीं सी। पहली नजरे पहचान लिया करती सी। उस फिर पूछया, तो बताओ ना किस मतलब से आए हो? मतलब? ऐतकी मंगतू नूं कुछ आंगस हो आई बोलण दी। कुछ पूछना चाहता था तुमसे। मुझसे? बाली ने ऐतकी जरा कु नरमी नाल उस वल तकिया। बैठ जाइए। मंगतू झकदा झकदा मुड़ उसे तरपाई ते बैठ गया। पूछो क्या पूछना चाहते हो, बताओगी? हाँ हाँ कहो। बाली तुम औरत हो? बाली नूं हंस आ गया। और क्या मर्द हूँ? मंगतू दी अखां च क्रोध दे डोरे चमक रहे सन। क्या ये औरतों का काम है जो तुम लोग करते हो? हम लोग? हम लोग क्या करते हैं? मुझसे पूछते हो? अपने उस दोस्त से क्यों नहीं पूछते जाकर? जो जो ते बाली ने गुस्से च बोल टुकदिया मुंह दूजे पासे कर लिया। मंगतू शायद बाली का जवाब नहीं सुन सकिया। वह एकदम किसी डूंगे बहुत डूंगे मनोभाव च डुब चुका सी ते उस डूंगावे चो कड़ाके वर्गी आवाज च बोल उठा, नहीं तुम औरत नहीं हो, तुम राक्षसी हो, डायन हो तुम। ते बोलदिया बोलदिया मंगतू दे होठ कंबण लग पाए। अरे, बाली दे सिर च जिवें किसी ने पत्थर मारता होवे। तुम गाली देने आए मुझे?
ਜਵਾਬ ਚ ਮੰਗਤੂ ਕੁਝ ਨਹੀਂ ਬੋਲ ਸਕਿਆ। ਉਹਦੀ ਨਜ਼ਰ ਇਸ ਤਰ੍ਹਾਂ ਬਾਲੀ ਦੇ ਚਿਹਰੇ ਤੇ ਗੱਡੀ ਸੀ ਜਿਵੇਂ ਉਹ ਬਾਲੀ ਨੂੰ ਬੂਟਾਂ ਹੇਠ ਦੇ ਕੇ ਮਸਲ ਸੁੱਟਣਾ ਚਾਹੁੰਦਾ ਹੋਵੇ। ਬਾਲੀ ਇਸ ਭਿਆਨਕ ਤੱਕਣੀ ਤੋਂ ਡਰ ਕੇ ਚਿੱਲਾਹਟ ਵਰਗੀ ਆਵਾਜ਼ ਚ ਤੁਮ ਚਲੇ ਜਾਓ ਯਹਾਂ ਸੇ ਨਹੀਂ ਤੋ ਤੇ ਕਹਿੰਦੀ ਹੋਈ ਉਹ ਆਪਣੇ ਥਾਂ ਤੋਂ ਉੱਠ ਕੇ ਬੂਹੇ ਵੱਲ ਵਧੀ, ਮਾਨੋ ਬਾਹਰ ਨਿਕਲ ਕੇ ਰੌਲਾ ਪਾਉਣ ਦਾ ਇਰਾਦਾ ਬਣਾ ਚੁੱਕੀ ਹੋਵੇ। ਮੰਗਤੂ ਨੂੰ ਉਹਦੀ ਆਪਣੀ ਬੇਵਕੂਫੀ ਦਾ ਅਹਿਸਾਸ ਹੋਇਆ। ਠਹਿਰੋ ਬਾਲੀ, ਮੈਂ ਚਲਾ ਜਾ ਰਹਾ ਹਾਂ, ਕਹਿੰਦਿਆਂ ਉਹਨੇ ਉੱਠ ਕੇ ਬਾਲੀ ਦਾ ਰਾਹ ਰੋਕ ਲਿਆ। ਬਾਲੀ ਨੇ ਇੱਕ ਵਾਰੀ ਫਿਰ ਉਹਦੀਆਂ ਅੱਖਾਂ ਵੱਲ ਤੱਕਿਆ। ਡਰ ਖਤਰੇ ਦੀ ਸੰਭਾਵਨਾ ਉਹਨਾਂ 'ਚ ਉਹਨੂੰ ਕੋਈ ਨਹੀਂ ਜਾਂਦੀ। ਸਿਰਫ ਇੱਕ ਦੋ ਬਾਤੇ ਪੁੱਛਣੀ ਹੈ ਤੁਮਸੇ, ਮੰਗਤੂ ਦੀ ਆਵਾਜ਼ 'ਚ ਐਤਕੀ ਨਿਮਰਤਾ ਅਤੇ ਯਾਚਨਾ ਦੇ ਭਾਵ ਸੀ। ਮੁੜ ਤਰਪਾਈ 'ਤੇ ਬੈਠ ਗਿਆ ਅਤੇ ਬਾਲੀ ਐਤਕੀ ਭੁੱਜੇ ਬੈਠਣ ਦੀ ਥਾਂ ਉਹਦੇ ਸਾਹਮਣੇ ਮੰਜੇ ਦੀ ਬਾਹੀ 'ਤੇ ਬੈਠੀ। ਕਿਆ ਪੁੱਛਣਾ ਚਾਹਤੇ ਹੋ, ਜਲਦੀ ਕਰੋ, ਮੁਝੇ ਨੀਂਦ ਆ ਰਹੀ ਹੈ। ਯੇ ਕਾਮ ਤੁਮਨੇ ਕਬ ਸੇ ਸ਼ੁਰੂ ਕੀਆ ਬਾਲੀ? ਕੌਨ ਸਾ ਕਾਮ? ਯਹੀ ਜੋ ਕਾਮ ਕਰ ਰਹੀ ਹੋ। ਬਾਲੀ ਇੱਕ ਵਾਰੀ ਫਿਰ ਨਜ਼ਰ ਭਰ ਕੇ ਉਸ ਵੱਲ ਤੱਕੀ, ਜਵਾਬ 'ਚ ਕੁਝ ਬੋਲਣ ਦੀ ਥਾਂ ਗੁੰਮ ਹੋ ਗਈ। ਮੰਗਤੂ ਨੇ ਫਿਰ ਦੁਹਰਾਇਆ, ਬਤਾਓ ਕਬ ਸੇ ਸ਼ੁਰੂ ਕੀਆ ਤੁਮਨੇ ਗੇ? ਬਾਲੀ ਦੀ ਗੰਭੀਰਤਾ ਟੁੱਟ ਗਈ। ਉਹ ਚੀਰਵੀਂ ਜੀ ਨਜ਼ਰ ਨਾਲ ਮੰਗਤੂ ਵੱਲ ਤੱਕ ਕੇ ਬੋਲੀ, ਜਬ ਸੇ ਤੁਮਨੇ ਸ਼ੁਰੂ ਕਰਵਾਇਆ। ਮੈਂ? ਹਾਂ ਤੁਮਨੇ, ਔਰ ਤੁਮਾਰੇ ਜੈਸੇ ਲੋਗੋ ਨੇ। ਐਸਾ ਮਤ ਕਹੋ ਬਾਲੀ, ਪੰਚੋ ਉਂਗਲੀਆਂ ਏਕ ਜੈਸੀ ਥੋੜ੍ਹੀ ਹੋਤੀ ਹੈ। ਠੀਕ ਕਹਿਤੇ ਹੋ ਬਾਬੂ, ਮਗਰ ਇਨ ਉਂਗਲੀਆਂ ਪਰ ਨਚਾਣੇ ਵਾਲੇ ਹੱਥ ਤੋਂ ਸਭਕੇ ਇੱਕ ਜੈਸੀ ਹੁੰਦੇ ਹਨ। ਬਾਲੀ ਇਹੋ ਜਿਹੀਆਂ ਸਿਧਾਂਤਕ ਤੇ ਕਾਵਮਈ ਗੱਲਾਂ ਕਰਨੀਆਂ ਵੀ ਜਾਣਦੀ ਹੈ। ਇਹ ਵੇਖ ਕੇ ਮੰਗਤੂ ਨੂੰ ਕਾਫ਼ੀ ਹੈਰਾਨੀ ਹੋਈ। ਉਸ ਪੁੱਛਿਆ, ਤੁਮ ਕੁਛ ਪੜ੍ਹੀ ਲਿਖੀ ਵੀ ਜਾਣ ਪੜ੍ਹਦੀ ਹੋ ਸ਼ਾਇਦ? ਹਾਂ ਬਾਬੂ, ਮੈਂ ਬਹੁਤ ਪੜ੍ਹੀ ਹੂੰ। 404 ਚਰਿੱਤਰ ਪਰ ਇਹ ਤੋ ਸਭ ਔਰਤੇ ਜਾਣਤੀ ਹੈ। ਸਭ ਨਹੀਂ ਜਾਣਤੀ ਬਾਬੂ, ਸਿਰਫ ਉਹੀ ਜਾਣਤੀ ਹੈ ਜਿਨਕੋ ਤੁਮ ਮਰਦ ਲੋਕ ਪੜ੍ਹਾਤੇ ਹੋ। ਮਰਦ ਲੋਕ? ਤੋ ਕਿਆ ਮਰਦ ਤੁਮੇ ਕਹਿਤੇ ਹੈ ਕਿ ਤੁਮ ਲੋਕ ਬਾਜ਼ਾਰੋਂ ਮੇਂ ਬੈਠ ਕਰ ਸਰੀਰ ਵੇਚਾ ਕਰੋ? ਔਰ ਕੌਣ ਕਹਿਤਾ ਹੈ? ਆਜ ਤੁਮਨੇ ਨਹੀਂ ਦੇਖਾ ਇਹ ਕਿਸ਼ਨਾ ਮੁਝੇ ਕਿਆ ਪੜ੍ਹਾਨੇ ਆਇਆ ਥਾ? ਕਿਆ? ਬਸ ਯਹੀ ਕਿ 5 ਰੁਪਏ ਕਾ ਇੱਕ ਨੋਟ ਲੇ ਕਰ ਉਸਕੇ ਗਾਹਕੋਂ ਕੇ ਪਾਸ ਚਲੇ ਜਾਓ ਔਰ ਉਨਮੇਂ ਆਪਣੀ ਬਿਮਾਰੀ ਬਾਂਟ ਆਓ, ਜ਼ਹਿਰ ਕੀ ਪੁੜੀਆਂ ਉਨਕੇ ਹਲਕ ਮੇਂ ਡਾਲ ਦੂੰ। ਇਹ ਕਹਿ ਕਰਕੇ ਇਹ ਅੰਮ੍ਰਿਤ ਹੈ ਜੋ ਦੇਵਤੋਂ ਨੇ ਸਮੁੰਦਰ ਮੱਥ ਕਰ ਨਿਕਾਲਾ ਥਾ। ਮੰਗਤੂ ਨੂੰ ਸ਼ਾਇਦ ਕੋਈ ਢੁੱਕਵਾਂ ਜਵਾਬ ਨਹੀਂ ਸੁੱਝਿਆ ਬਾਲੀ ਦੇ ਇਸ ਵਿਅੰਗ ਦਾ, ਭਾਵੇਂ ਕਿ ਸਾਰੀ ਮਰਦ ਜ਼ਾਤ ਉੱਤੇ ਬਾਲੀ ਦਾ ਇਹ ਦੋਸ਼ਾਰੋਪਤ ਉਹਨੂੰ ਬੁਰਾ ਜਾਪਿਆ। ਬਾਲੀ ਦੇ ਚਿਹਰੇ 'ਤੇ ਇੱਕ ਅਜੀਬ ਜਿਹਾ ਉਲਟ ਫੇਰ ਪੈਦਾ ਹੋ ਗਿਆ, ਜਿਵੇਂ ਉਹਦੇ ਅੰਦਰੋਂ ਕੁਝ ਉਮੜਦਾ ਆ ਰਿਹਾ ਹੋਵੇ ਅਤੇ ਇਸ ਉਮਡਾਹਟ ਜਾਂ ਉਲਾਰਗੀ ਨੂੰ ਰੋਕਦੀ ਹੋਈ ਬੋਲੀ, ਅੱਛਾ ਬਾਬੂ ਆਪ ਮੁਝੇ ਛੁੱਟੀ ਦਿਓ, ਨੀਂਦ ਆ ਰਹੀ ਹੈ। ਕਹਿੰਦੀ ਹੋਈ ਮੰਜੇ ਦੀ ਬਾਹੇ ਤੋਂ ਉੱਠ ਖੜੋਤੀ। ਮੰਗਤੂ ਨੂੰ ਵਾਤਾਵਰਨ ਸਖ਼ਤ ਘੁੱਟਵਾਂ ਘੁੱਟਵਾਂ ਜਾਪ ਰਿਹਾ ਸੀ। ਉਹ ਅਜੇ ਬਾਲੀ ਨੂੰ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦਾ ਸੀ, ਬਹੁਤ ਕੁਝ ਉਹ ਤੋਂ ਪੁੱਛਣਾ ਚਾਹੁੰਦਾ ਸੀ, ਪਰ ਉਹਨੂੰ ਸੁੱਝ ਨਹੀਂ ਸੀ ਰਿਹਾ ਕਿਵੇਂ ਪੁੱਛੇ, ਕਿਹੜੇ ਸ਼ਬਦਾਂ 'ਚ ਪੁੱਛੇ। ਇਸ ਉੱਤੇ ਬਾਲੀ ਜਲਦੀ ਮਚਾ ਰਹੀ ਸੀ ਉਹਨੂੰ ਬਾਹਰ ਕੱਢਣ ਲਈ। ਉਹ ਇੱਕ ਵਾਰੀ ਫਿਰ ਤਰਲੇ 'ਚ ਬੋਲਿਆ, ਜ਼ਰਾ ਬੈਠ ਜਾਓ ਬਾਲੀ, 2-4 ਮਿੰਟ ਕੇ ਲਈ। ਬਾਲੀ ਫਿਰ ਬੈਠ ਗਈ। ਸਿਰਫ ਇੱਕ ਬਾਤ ਪੁੱਛਣੀ ਹੈ ਕਿ ਇਹ ਪੇਸ਼ਾ ਤੁਹਾਰਾ ਖਾਨਦਾਨੀ ਹੈ? ਨਹੀਂ। ਬਾਲੀ ਨੇ ਇੰਝ ਸਿਰ ਝਟਕ ਕੇ ਜਵਾਬ ਦਿੱਤਾ ਜਿਵੇਂ ਉਹਦੇ ਸਿਰ 'ਤੇ ਕੋੜ ਕਿਰਲੀ ਆ ਡਿੱਗੀ ਹੋਵੇ ਅਤੇ ਇਹਨੂੰ ਨਫ਼ਰਤ ਨਾਲ ਉਸ ਛੰਡ ਸੁੱਟਿਆ ਹੋਵੇ। ਬਾਲੀ, ਮੰਗਤੂ ਨੇ ਕੋੜ ਕਿਰਲੀ ਤੋਂ ਬਾਅਦ ਉਹਦੀ ਝੋਲੀ 'ਚ ਸਪੋਲੀਆ ਸੁੱਟਤਾ, ਤੁਹਾਰੀ ਮਾਂ ਵੀ ਇਹੀ ਕੰਮ ਕਰਦੀ ਸੀ? ਮੰਗਤੂ ਦੇ ਸਾਹਮਣੇ ਤਣ ਕੇ ਬਾਲੀ ਨੇ ਝੋਲੀ ਛੰਡੀ, ਮਾਂ ਨੂੰ ਸਪੋਲੀਏ ਨੂੰ ਮੁੜ ਮੰਗਤੂ ਵੱਲ ਵਗਾ ਮਾਰਿਆ ਹੋਵੇ। ਜ਼ਬਾਨ ਬੰਦ ਕਰੋ ਬਾਬੂ, ਬੜੇ ਆ ਗਏ ਪੂਛਣੇ ਵਾਲੇ, ਜੈਸੇ ਇਨਕੇ ਖਿਆਲ ਮੇਂ ਸਾਰੀ ਦੁਨੀਆ ਕੀ ਔਰਤੇ ਬੇਸਵਾਈ ਹੋਤੀ ਹੈ। ਘਰ ਕੀ ਕਿਸੀ ਔਰਤ ਕੋ ਦੇਖ ਲਿਆ ਹੋਗਾ ਬਦਮਾਸ਼ੀ ਕਰਤੇ ਔਰ ਲੱਗੇ ਇੱਕ ਲਾਠੀ ਸੇ ਸਭ ਔਰਤੋਂ ਕੋ ਹਾਂਕਨੇ। ਬੋਲਦਿਆਂ ਬੋਲਦਿਆਂ ਬਾਲੀ ਦਾ ਲਹੂ ਬਾਲੇ ਖਾਣ ਲੱਗਾ ਅਤੇ ਉਹਦੇ ਚਿਹਰੇ ਦੀ ਪਲੱਤਣ ਲਾਲੀ 'ਚ ਵੱਟ ਗਈ। ਬਾਲੀ ਦੇ ਮੂੰਹੋਂ ਨਿਕਲਿਆ ਹੋਇਆ ਇਹ ਵਾਕ ਘਰ ਕੀ ਕਿਸੀ ਔਰਤ ਸੁਣ ਕੇ ਮੰਗਤੂ ਦੇ ਸੀਨੇ 'ਚ ਮਾਨੋ ਦੁਗਾੜਾ ਵੱਜ ਗਿਆ, ਜਿਹਦੀ ਪੀੜ ਨਾਲ ਉਹਦੀ ਰਗ ਰਗ ਘਾਇਲ ਹੋ ਉੱਠੀ। ਵਾਰਤਾਲਾਪ 'ਚ ਉਹਦੇ ਧਿਆਨ ਦੀਆਂ ਤੰਦਾਂ ਟੁੱਟ ਕੇ ਕਿਸੇ ਹੋਰ ਪਾਸੇ ਜਾ ਜੁੜੀਆਂ। ਉਹਦੀਆਂ ਅੱਖਾਂ ਅੱਗੇ ਹੁਣ ਬਾਲੀ ਨਹੀਂ ਕੋਈ ਹੋਰ ਸੀ ਅਤੇ ਇਸ ਹੋਰ ਦੇ ਧਿਆਨ ਨੇ ਉਹਨੂੰ ਇੰਝ ਆਪਣੀ ਲਪੇਟ 'ਚ ਲੈ ਲਿਆ ਕਿ ਉਹਨੂੰ ਝੱਟ ਪਲ ਲਈ ਭੁੱਲ ਹੀ ਗਿਆ ਕਿ ਉਹ ਬਾਲੀ ਦੇ ਸਾਹਮਣੇ ਬੈਠਾ। ਜਿਉਂ ਹੀ ਸਿਸਕੀਆਂ ਦੀ ਆਵਾਜ਼ ਉਹਦੇ ਕੰਨੀ ਪਈ ਕਿ ਤੰਦਾਂ ਮੁੜ ਪਹਿਲੀ ਥਾਵੇਂ ਆ ਜੁੜੀਆਂ। ਬਾਲੀ ਦੇ ਅੱਥਰੂ ਪਰਲ ਪਰਲ ਵਹਿ ਰਹੇ ਸੀ। ਉਹਨੂੰ ਆਪਣੀ ਵਧੀਕੀ ਬਾਰੇ ਸਮਝ ਆਈ ਜਿਹੜੀ ਇਸ ਵੇਲੇ ਉਹ ਬਾਲੀ ਨਾਲ ਕਰ ਚੁੱਕਾ ਸੀ। ਉਹ ਸੋਚਣ ਲੱਗਾ, ਭੈੜੀ ਹੈ ਭਾਵੇਂ ਚੰਗੀ ਹੈ ਪਰ ਮੇਰਾ ਕੀ ਹੱਕ ਹੈ ਬਿਨਾਂ ਕਿਸੇ ਜਾਣ ਪਛਾਣ ਦੇ, ਬਿਨਾਂ ਕਿਸੇ ਦਾਈਏ ਦਖਲ ਤੇ ਇਹਦੇ ਸਾਹਮਣੇ ਇੰਨਾ ਮੂੰਹ ਫਟਪੁਣਾ ਵਰਤ ਰਿਹਾ। ਪਰ ਇਹਦੇ ਘਰ ਜਾ ਕੇ ਜੇ ਚਾਹੇ ਤਾਂ ਇਸ ਵੇਲੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਸਕਦੀ ਹੈ। ਇਸ 'ਤੇ ਵੇਖਣ ਚਾਖਣ ਵਾਲੇ ਕੀ ਕਹਿਣਗੇ? ਉਹਨੂੰ ਜਦ ਆਪਣੀ ਇਸ ਮੂਰਖਤਾ ਦਾ ਅਨੁਭਵ ਹੋਇਆ
चाटियों ने सख्ती दी था नरमी का राह फड़िया। माफी चाहता हूँ, खामखा मैंने तुम्हारा मन दुखी किया, माफ कर दो बाली। बाली उमें सिसक रही सी, कोई बात नहीं बाबू, हमारे लिए ये कोई नई बात थोड़ा ही है। यहाँ पर तो दो कौड़ी का आदमी भी आकर हमको हजार बातें कह जाता है। जिस औरत ने इज्जत बेच डाली उसके पास और क्या रह गया। अच्छा जाओ बाऊ भगवान के लिए, अब चले जाओ, मेरा मन बहुत खराब हो रहा है। बाली मंगतू की आवाज़ से तरला सी, सिर्फ एक दो बातें और, मैं जो बात तुमसे पूछने आया था वो तो पूछ ही नहीं सका। बाली बैठ गई। अभी अभी तुमने किशने से एक नोट लिया था ना? हाँ हाँ, बाली ने एक हटकोरे नाल जवाब देता। और कल होटल में जाने का वादा भी किया है ना तुमने? बाली ने केवल हाँ सिर हिलाया। पर तुमने खुद ही तो कहा था कि तुम बीमार हो। कहा था, बाली अपने आप नूं संभाल दी बोली, होटल का मालक मानने वाला थोड़ा ही है, फिर मैं उसकी किराएदार भी हूँ। बड़ा जालिम है वो, जिस किसी के बैर पड़ जाए उसको जड़ मूल से उखाड़ कर छोड़ता है। वो तो तुमने ठीक कहा, पर तुम ये भी तो जानती हो कि तुम्हारी ये बीमारी एक से दूसरे तक चली जाकर कई मर्दों में फैल सकती है। सो तो जानती हूँ बाबू, जब मर्द लोग ही मर्दों में बीमारी बांटना चाहते हैं तो बांटे, मेरा क्या बिगड़ता है। सच बताऊँ, मेरा बस चले तो मैं दुनिया के सब मर्दों में अपनी बीमारी बांट लूँ। सारी मर्द जात लई बाली दे इहो जे विद्रोही जज्बे, यह गल मंगतू नूं सख्त बुरी मालूम हुई। तो तुम दुनिया के सारे मर्दों से नफरत करती हो? हाँ हाँ, सबसे। इसका ये मतलब है कि तुमने किसी मर्द से कभी प्यार नहीं किया। प्यार? मर्द से प्यार? बाली दे रुन्ने हुए चेहरे ते ऐसे व्यंग दे भाव प्रगट हुए जिवें मंगतू ने कोई असंभव गल करती हुए। मर्द तुम किसे समझते हो बाबू? चमड़ी और बोटी नोचने वाले भेड़ियों को? तो तुम ही बताओ, बाघ भेड़िए इससे औरत प्यार करेगी? मंगतू नहीं जा सकिया इसे टिपारे लांछन। वो एक बारी फिर तिल मिला उठा। देखो बाली, तुम भूलती हो, मैं कहता हूँ सब मर्द एक से नहीं हुआ करते। तो जब मंगतू ने वेख्या हूँ केवल बाली का चिल्लाना ही बाकी है, हूँ कोई भी मिन्नत तरला वो क्रोध को ठंडा नहीं कर सकता। तो उठ खड़ोता तो गुस्से नाल पैर पटकता होया बाहर निकल आया। वो निकलदियाँ पिछों ठा करके बूहा बजन की आवाज़ आई, तो फिर बाली दे वाक गूंजे, जाने कहाँ कहाँ के घन चक्कर आ जाते हैं यहाँ पर। शराबी वांग मंगतू दियाँ लत्तां लड़खड़ा रही सन जो वापस मुड़े। अंग बाईव घर पहुँच के मंगतू ने रात का बाकी हिस्सा खां च गुजारिया। वो अज एक बाजारी तीवी पासों अपमानित होकर आया सी, ते नाले गाला खा के। शरीफ जनानी जी ऐसा करती तो गल होर सी। दो कौडां दी कुड़ी कागज़ के एक निक्के जे फड़के बदले शरीर वेचण वाली वेसवा ने उहदी पाण पत ला सुट्टी। इन्हां ही सोचां दे सिलसिले चो सारे अपमान ते बेइज्जतियां दे दृश उहदियां अखां अगों लंघ गए, जिहड़े उह बचपन तो लैके अज तक सहारदा रहा सी। पर इस अज की बेइज्जती सामने तो सारे अपमान उहनूं बिल्कुल तुच्छ जापदे सन। उहदे अंदर घड़ी मुड़ी सल जिहा उठदा, पर मैं क्यों राह जांदी बला गल चंबेड़ ली। बाली मेरी की लगदी सी, मैं गया ही क्यों उहदे मकान ते? जे चला ही गया तो वोदिया तिखिया गल्लां सुन के भी मैथों कुछ ना सरिया कि वह मेरे नालों जोरावर से कि मैं वो संगी नहीं सी नप सकता। जिदे परछावें तो भी कोई शरीफ आदमी कन्नी समेट के लंघता, मैं उस पासों मार खा। सोचद्या सोचद्या वो ख्याल का वहा होर रुक मुड़ा। शरीफ आदमी यहोजिया बदकारा के परछावें तो कन्नी समेट के लंघते होंगे, पर कि मैं भी उन्होंने शरीफा की गिनती च किहड़े खानदानी शराफत उत्ते मैं फख्र कर सकदा कि सुते कि मेरी माँ मैनू कुछड़ सुट के किसी बदमाश नाल निकल गई सी। तो फिर इस गल का भी की पता, वह भी किसी चकले जां कोठी खाने च बैठी इसे बाली वांग। ये तो अगे मंगतू नहीं सोच सकिया, उहदी सोच शक्ति उत्ते इस धुंद का मोटा परदा छा गया। इस परदे हेठ दब्बे ने सारी रात गुजारती। सवेरे उठदियां ही शराबी वांग डिगदा टोलदा कमरे चो बाहर निकलिया। मुठा मिट्टी इसे तरह तेज तेज कदमी घूमन लगा जिमें पल झल में कुछ कर सुटना चाहता हो। जब कर सुटन लिए कुछ भी नजर ही ना आता तो वो बखलाहट होर भयंकर हो उठती। वो दिल करता अपने आप को कोह सुटे, वड टुक फिती फिती कर सुटे। वो अंदरों मुड़ मुड़ कामना उठती, परमात्मा मैनू कोई यहोजी शक्ति बख्श दे जिदी मदद नाल मैं दुनिया की सारी जनाना जात को अख दे फोर च खत्म करके रख दें।
ਇਹ ਕੀ ਪਾਗਲਪਨ ਕਰ ਰਿਹਾ ਮੈਂ? ਕੀ ਮੈਂ ਸੱਚਮੁੱਚ ਪਾਗਲ ਹੋ ਗਿਆ? ਕੀ ਮੇਰਾ ਦਿਮਾਗ ਹਿੱਲ ਗਿਆ? ਕੋਈ ਇਸ ਤਰ੍ਹਾਂ ਫਿਰਦਿਆਂ ਵੇਖਦੇ ਕੀ ਕਹੇਗਾ? ਇਸ ਗੱਲ ਦੀ ਵਿਚਾਰ ਆਉਂਦੀ ਮੁੜ ਘਰ ਵੱਲ ਪਰਤਿਆ ਤੇ ਅੰਦਰ ਜਾ ਕੇ ਮੁੜ ਮੂਹਦੇ ਮੂੰਹ ਲੇਟ ਗਿਆ। ਧੁੱਪ ਕਮਰੇ 'ਚ ਫੈਲੀ ਸੀ, ਬੂਹਾ ਚੌੜ ਚਪੱਟ ਖੁੱਲ੍ਹਾ ਸੀ ਤੇ ਅੰਦਰ ਇੱਕ ਮੋਟਾ ਕੁੱਤਾ ਵੜਿਆ ਹੋਇਆ ਸੀ। ਉੱਠ ਕੇ ਉਹਨੇ ਕੁੱਤੇ ਨੂੰ ਬਾਹਰ ਕੱਢਿਆ। ਉਹਦੇ ਸਿਰ ਨੂੰ ਸਖ਼ਤ ਪੀੜ ਤੇ ਕੰਨਾਂ 'ਚ ਸਾਂ ਹੋ ਰਹੀ ਸੀ। ਝੱਟ ਪਾਲੀ ਨੀਂਦਰ ਦੇ ਕਾਰਨ ਰਾਤ ਵਾਲੀ ਘਟਨਾ ਦੀ ਯਾਦ ਉਹਦੇ ਦਿਲ ਦੀ ਤਖਤੀ 'ਤੇ ਮਿਟ ਚੁੱਕੀ ਸੀ। ਜਿਹੜੀ ਅੱਖਾਂ ਖੁੱਲ੍ਹਣ ਤੋਂ ਬਾਅਦ ਨਵੇਂ ਸਿਰ ਉਹਦੇ ਅੰਦਰ ਉੱਗੜ ਆਈ। ਮੰਜੇ 'ਤੇ ਬੈਠਾ ਬੈਠਾ ਕਿੰਨਾ ਹੀ ਚਿਰ ਰਾਤ ਵਾਲੀ ਆਪ ਬੀਤੀ ਬਾਰੇ ਸੋਚੀ ਗਿਆ। ਇਸ ਕਲਪਤ ਬਿਮਾਰੀ ਦੇ ਸੰਬੰਧ ਵਿੱਚ ਉਹ ਕਿੰਨਾ ਕੁਝ ਤਸੱਬਰ ਕਰੀ ਜਾਂਦਾ। ਕੀ ਮੇਰੇ 'ਤੇ ਪਾਗਲਪਨ ਦਾ ਦੌਰਾ ਪੈ ਰਿਹਾ? ਜੇ ਮੈਂ ਸੱਚਮੁੱਚ ਪਾਗਲ ਹੋ ਗਿਆ, ਜੇ ਮੇਰੀ ਬਿਮਾਰੀ ਥੋੜ੍ਹੀ ਜਿੰਨੀ ਵੀ ਅਗਾਂਹ ਲੰਘੀ ਤਾਂ ਕੀ ਬਣੇਗਾ? ਫਿਰ ਸ਼ਾਇਦ ਮੈਂ ਕੱਪੜੇ ਪਾੜ ਕੇ ਨੰਗਾ ਧੜੰਗਾ ਹੋ ਕੇ ਗਲੀਆਂ ਬਾਜ਼ਾਰਾਂ 'ਚ ਦੌੜਦਾ ਦਿਖਾਈ ਦੇਵਾਂਗਾ। ਮੈਂ ਲੋਕਾਂ ਨੂੰ ਚੱਕ ਵੱਢਣੇ ਸ਼ੁਰੂ ਕਰ ਦਿਆਂਗਾ, ਲੋਕ ਮੈਨੂੰ ਉੱਟਾਂ ਵੱਟੇ ਮਾਰਨ ਲੱਗਣਗੇ। ਅੱਜ ਨਾ ਤਾਂ ਨਾਸ਼ਤਾ ਖਾਣ ਨੂੰ ਉਹਦਾ ਦਿਲ ਕੀਤਾ, ਨਾ ਹੀ ਮੂੰਹ ਹੱਥ ਧੋਣ ਨੂੰ ਤੇ ਨਾ ਹੀ ਸਬਜ਼ੀ ਮੰਡੀ ਜਾਣ ਨੂੰ। ਉਹਦਾ ਦਿਲ ਕਰਦਾ ਸੀ ਕਿਸੇ ਇਹੋ ਜਿਹੇ ਥਾਂ ਚਲਾ ਜਾਏ ਜਿੱਥੇ ਉਹ ਇਕੱਲਾ ਹੋਵੇ, ਜਿੱਥੇ ਜੀ ਕਰੇ ਤੁਰਿਆ ਫਿਰੇ, ਜੋ ਜੀ ਕਰੇ ਕਰਦਾ ਫਿਰੇ, ਕੋਈ ਉਹਨੂੰ ਰੋਕਣ ਵਰਜਣ ਵਾਲਾ ਜਾਂ ਪੁੱਛਣ ਬੁਲਾਉਣ ਵਾਲਾ ਨਾ ਹੋਵੇ। ਤੁਰੇ ਜਾਂਦੇ ਆ ਇੱਕ ਵਾਰੀ, ਫਿਰ ਉਹਦੇ ਕਦਮ ਨੂੰ ਉਸੇ ਪਾਸੇ ਲੈ ਤੁਰੇ ਜਿੱਧਰ ਬਾਲੀ ਦੇ ਮਹੱਲੇ ਨੂੰ ਰਸਤਾ ਜਾਂਦਾ ਸੀ। ਪਰ ਝਾਟੀ ਉਹਨੇ ਆਪਣੇ ਆਪ ਨੂੰ ਰੋਕ ਲਿਆ, ਇਹ ਸੋਚਦਿਆਂ ਹੋਇਆ ਕਿ ਉਸ ਪਾਸ ਮੇਰਾ ਕੀ ਕੰਮ, ਕਿ ਮੈਂ ਉਹਦਾ ਖੂਨ ਕਰਨ ਲਈ ਜਾ ਰਿਹਾ। ਪਰ ਕਿਉਂ, ਉਸ ਮੇਰਾ ਕੀ ਵਿਗਾੜਿਆ? ਇਹੋ ਹੀ ਨਾ ਕਿ ਰਾਤੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਸੀ, ਪਰ ਮੈਂ ਵੀ ਤਾਂ ਉਹਦੀ ਘੱਟ ਬੇਇੱਜ਼ਤੀ ਨਹੀਂ ਕੀਤੀ। ਉਹ ਰਵਾਂ ਰਵੀ ਇਸ ਰੇਸ ਕੋਰਸ ਦੇ ਮੈਦਾਨ 'ਚ ਜਾ ਪਹੁੰਚਿਆ। ਉਹਦਾ ਖਿਆਲ ਸੀ ਖੁੱਲ੍ਹੇ ਹਰਿਆਵਲੇ ਗਰਾਊਂਡ 'ਚ ਫਿਰਨ ਨਾਲ ਉਹਦੀ ਤਬੀਅਤ ਕੁਝ ਰਾਸ ਹੋ ਜਾਏਗੀ, ਪਰ ਜਦ ਘੰਟਾ ਡੇਢ ਘੰਟਾ ਫਿਰਦੇ ਰਹਿਣ 'ਤੇ ਵੀ ਉਹਦੀ ਹਾਲਤ ਜਿਉਂ ਦੀ ਤਿਉਂ ਬਣੀ ਰਹੀ ਅਤੇ ਉਹ ਖਿਆਲ ਬਰਾਬਰ ਉਹਦਾ ਪਿੱਛਾ ਕਰਦਾ ਆਇਆ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਜਾਂ ਹੋ ਚੱਲਿਆ, ਤਾਂ ਉਹ ਰੇਸ ਕੋਰਸ ਤੋਂ ਪਰਤ ਕੇ ਆਬਾਦੀ ਵੱਲ ਹੋ ਤੁਰਿਆ। ਉਹਨੂੰ ਪਤਾ ਨਹੀਂ ਸੀ ਲੱਗ ਸਕਿਆ ਕਿ ਕਿਹੜੇ ਕਿਹੜੇ ਬਾਜ਼ਾਰਾਂ ਥਾਣੀ ਫਿਰਦਾ ਹੋਇਆ ਉਹ ਰੇਲਵੇ ਸਟੇਸ਼ਨ ਦੇ ਨੇੜੇ ਜਾ ਪਹੁੰਚਿਆ। ਜਦ ਉਹਨੇ ਰੁੱਕ ਕੇ ਸਾਹਮਣੇ ਤੱਕਿਆ ਤਾਂ ਹਰਿਦੁਆਰ ਦੇ ਮੋਟਰ ਅੱਡੇ 'ਤੇ ਖੜ੍ਹਾ ਸੀ। ਹਰਿਦੁਆਰ ਜਾਣ ਵਾਲੀ ਮੋਟਰ ਤਿਆਰ ਸੀ। ਉਹ ਬਿਨਾਂ ਸੋਚੇ ਸਮਝੇ ਉਸ 'ਚ ਜਾ ਚੜ੍ਹਿਆ, ਉੱਦਾਂ ਹੀ ਜਿੱਦਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਲੰਧਰੋਂ ਹਰਿਦੁਆਰ ਦੀ ਗੱਡੀ ਸਵਾਰ ਹੋਇਆ ਸੀ। ਸ਼ਾਇਦ ਇਸ ਵੇਲੇ ਉਹਨੂੰ ਆਪਣੀ ਮਰਜ਼ ਦਾ ਇਲਾਜ ਛੋਟ ਮਾਸਟਰ ਬੇਲੀ ਰਾਮ ਤੋਂ ਹੋਰ ਕਿਸੇ ਪਾਸ ਨਹੀਂ ਸੀ ਦਿਸ ਰਿਹਾ। ਅੰਗ 23ਵਾਂ ਮਾਸਟਰ ਬੇਲੀ ਰਾਮ ਬੜੇ ਪਿਆਰ ਅਤੇ ਗਰਮ ਜੋਸ਼ੀ ਨਾਲ ਆਪਣੇ ਸ਼ਿਸ਼ ਨੂੰ ਮਿਲਿਆ। ਮਾਸਟਰਾਣੀ ਨੂੰ ਵੀ ਨੇ ਵੀ ਯਥਾ ਯੋਗ ਉਹਦਾ ਆਦਰ ਕੀਤਾ। ਮਾਸਟਰ ਦੇ ਬੱਚਿਆਂ ਨੂੰ ਮਿਲ ਕੇ ਮੰਗਤੂ ਦੇ ਦਿਲ ਦੀ ਹਾਲਤ ਕਾਫ਼ੀ ਸੁਧਰ ਗਈ, ਪਰ ਜਿਹੜਾ ਬੋਝ ਉਹ ਆਪਣੇ ਮਨ 'ਤੇ ਲੱਦ ਕੇ ਲਿਆਇਆ ਸੀ ਉਹ ਤਾਂ ਤਦ ਤੀਕ ਹਲਕਾ ਨਹੀਂ ਸੀ ਹੋ ਸਕਦਾ, ਜਦ ਤੀਕ ਉਹ ਆਪਣੀ ਸਾਰੀ ਵੇਦਨਾ ਮਾਸਟਰ ਅੱਗੇ ਪਲਟ ਨਾ ਦੇਵੇ, ਅਤੇ ਇਸ ਕੰਮ ਲਈ ਉਹਨੂੰ ਕਈ ਘੰਟੇ ਵਕਤ ਦੀ ਲੋੜ ਸੀ। ਪਰ ਮਾਸਟਰ ਬੇਲੀ ਰਾਮ ਇਸ ਵੇਲੇ ਬੜੇ ਰੁਝੇਵੇਂ 'ਚ ਸੀ। ਉਹਨੇ ਮੰਗਤੂ ਨੂੰ ਦੱਸਿਆ ਬੋਰਡ ਟੀਚਰਾਂ ਦਾ ਮਾਮਲਾ ਫੇਰ ਮੁੜ ਘਿੜ ਕੇ ਉਸੇ ਦੇ ਗਾਲਾ ਪਿਆ, ਕਿਉਂਕਿ ਹਕੂਮਤ ਨੇ ਆਪਣਾ ਕੋਈ ਵੀ ਇਕਰਾਰ ਪੂਰਾ ਨਹੀਂ ਕੀਤਾ ਜਿਨ੍ਹਾਂ 'ਤੇ ਭਰੋਸਾ ਕਰਕੇ ਯੂਨੀਅਨ ਨੇ ਹੜਤਾਲ ਖਤਮ ਕੀਤੀ ਸੀ, ਅਤੇ ਇਹ ਕਿ ਭਲਕੇ ਮਾਸਟਰ ਨੂੰ ਇਸ ਸਿਲਸਿਲੇ 'ਚ ਦਿੱਲੀ ਜਾਣਾ ਪੈ ਰਿਹਾ ਹੈ। ਯੂਨੀਅਨ ਨੇ ਪ੍ਰਤੀਨਿਧਤਾ ਦਾ ਕੰਮ ਮੁੜ ਨਵੇਂ ਸਿਰ ਉਹਦੇ ਹਵਾਲੇ ਕਰ ਦਿੱਤਾ ਸੀ। ਇਸ ਵੇਲੇ ਮਾਸਟਰ ਕਈ ਤਰ੍ਹਾਂ ਦੇ ਕਾਗਜ਼ਾਂ ਪੱਤਰਾਂ ਨਾਲ ਮਗਜ਼ ਭੱਜੀ ਕਰ ਰਿਹਾ ਸੀ। ਮੰਗਤੂ ਦੇ ਦਿਲ ਨੂੰ ਕੁਝ ਨਿਰਾਸ਼ਾ ਹੋਈ, ਪਰ ਉਹ ਇੰਨਾ ਮੂਰਖ ਨਹੀਂ ਬਣਨਾ ਚਾਹਿਆ ਕਿ ਮਾਸਟਰ ਬੇਲੀ ਰਾਮ ਦਾ ਧਿਆਨ ਉਹਦੇ ਹਥਲੇ ਕੰਮਾਂ ਵੱਲੋਂ ਹਟਾ ਕੇ ਆਪਣੇ ਜ਼ਾਤੀ ਸਵਾਲ ਵੱਲ ਖਿੱਚੇ। ਦੁਪਹਿਰਾਂ ਦੀ ਰੋਟੀ ਖਾਣ ਤੋਂ ਬਾਅਦ ਕਾਫ਼ੀ ਚਿਰ ਦੋਹਾਂ 'ਚ ਗੱਲਾਂ ਕਥਾਂ ਹੁੰਦੀਆਂ ਰਹੀਆਂ, ਜਿਨ੍ਹਾਂ ਦੇ ਵਿਚਾਲੇ ਮਾਸਟਰ ਨੇ ਦੱਸਿਆ ਕਿ ਸ਼ਾਇਦ ਪੰਜਾਬ ਦੇ ਬੋਰਡ ਟੀਚਰਾਂ ਨੂੰ ਦੁਬਾਰਾ ਹੜਤਾਲ ਕਰਨੀ ਪਵੇ। ਪੇਟ ਪੂਜਾ ਤੋਂ ਵਿਹਲੇ ਹੋ ਕੇ ਦੋਵੇਂ ਉਸਤਾਦ ਸ਼ਾਗਿਰਦ ਬਾਹਰ ਨਿਕਲ ਕੇ ਗੰਗਾ ਦਾ ਪੁਲ ਪਾਰ ਕਰਕੇ ਇੱਕ ਹਰਿਆਵਲੇ ਕੰਢੇ ਜਾ ਬੈਠੇ। ਰੋਟੀ ਖਾਂਦਿਆਂ ਜਾਂ ਤੋਂ ਅੱਗੇ ਪਿੱਛੇ ਮਾਸਟਰ ਨੇ ਮੰਗਤੂ ਦੀ ਮਾਨਸਿਕ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੰਗਤੂ ਦਾ ਇੱਕੋ ਜਵਾਬ ਸੀ, ਬਾਹਰ ਚੱਲ ਕੇ ਕਿਤੇ ਕੰਧ 'ਚ ਬੈਠ ਕੇ ਸਭ ਕੁਝ ਦੱਸਾਂਗਾ। ਉਹਨੇ ਪੂਰੇ ਵਿਸਥਾਰ ਨਾਲ ਹੱਡ ਬੀਤੀ ਮਾਸਟਰ ਨੂੰ ਕਹਿ ਸੁਣਾਈ, ਬੀਤੀ ਰਾਤ ਵਾਲੀ ਘਟਨਾ ਸਮੇਤ। ਇਹਦੇ ਨਾਲ ਹੀ ਉਹਨੇ ਆਪਣੀ ਦਿਮਾਗੀ ਹਾਲਤ ਬਾਰੇ ਵੀ ਜ਼ਿਕਰ ਕੀਤਾ। ਇਹ ਵੀ ਦੱਸਿਆ ਕਿ ਕਿਸੇ ਕਿਸੇ ਵੇਲੇ ਕਿਵੇਂ ਉਹਦੇ ਅੰਦਰ ਦੇ ਪਾਗਲਪੁਣੇ ਦੇ ਅਸਰ ਨਾਲ ਉਸ ਰਾਤੀ ਬੇਮਤਲਬੀ ਦੂਜੀ ਵੇਰਾਂ ਬਾਲੀ ਦੇ ਮਕਾਨ ਵੱਲ ਉੱਠ ਦੌੜਿਆ ਸੀ, ਜਿਹਦਾ ਫਲ ਰੂਪ ਉਹਨੂੰ ਬੇਇੱਜ਼ਤ ਹੋ ਕੇ ਮੁੜਨਾ ਪਿਆ। ਮਾਸਟਰ ਬੜੇ ਡੂੰਘੇ ਧਿਆਨ ਨਾਲ ਉਹਦੀਆਂ ਗੱਲਾਂ ਸੁਣਦਾ ਰਿਹਾ। ਜਦੋਂ ਮੰਗਤੂ ਨੇ ਆਪਣਾ ਬਿਰਤਾਂਤ ਖਤਮ ਕੀਤਾ ਤਾਂ ਉਹ ਝੱਟ ਕੁ ਬੈਠਾ ਸੋਚੀ ਗਿਆ। ਸੋਚ ਇਹੋ ਰਿਹਾ, ਮਾਸਟਰ ਬੋਲਿਆ, ਕਿਸੇ ਤਰ੍ਹਾਂ ਤੇਰੇ ਵਰਗਾ ਦਿਲ ਮੈਨੂੰ ਵੀ ਪ੍ਰਾਪਤ ਹੋ ਸਕਦਾ। ਕੀ ਕਿਹਾ ਜੀ? ਮੰਗਤੂ ਹੱਸਿਆ, ਮੇਰੇ ਵਰਗਾ ਦਿਲ ਮਤਲਬ ਕਿ ਇੱਕ ਪਾਗਲ ਵਰਗਾ ਦਿਲ?
पागल नहीं मंगत रामा, मास्टर गंभीर होके बोलिया, गल ठीक कहता, कुदरत ने तेरे सीने च बड़ा विशाल दिल पाया, अपनी जिस हरकत जा किरिया नू तू पागलपन कह रहा है, मेरे ख्याल च इहो ता देवतापुणे की इंतहा है, देवतापुणे की। मंगतू हैरानी नाल उस वल तकिया, ये की कह रहे हो मास्टर जी, तुसी ठीक कह रहे, तू दसिया ना दूजी वारी तू बेमतलब ही उठ के बाली दे मकान वल तुर पिया सैं, ते बिल्कुल गैर इरादे तौर ते, पर मैं कहना तेरी ये किरिया ना तो बेमतलब है ना ही गैर इरादी, बल्कि ये पिछे एक बहुत वड्डा मतलब ते बड़ा वड्डा विशाल इरादा सी। गल ये है कि दुनिया च किश्ना तैनू लै गया सी, कि इस दुनिया च किश्ना तैनू लै गया सी, वह दुनिया तेरे लिए ना सिर्फ नवी ते अणवेखी सी बल्कि नाकाबले बर्दाश्त भी सी। तेरे क्यास च भी नहीं सी आ सकता कि कोई जवान लड़की इस हद तक जलील हो सकती है। ज्यों ही घर पहुँच के तेरे सामने इस तस्वीर का एक होर पहलू आया, तेरी आत्मा पीड़ित हो उठी, उसी आत्म पीड़ का उछालिया होया तो मुड़ उहदे मकान ते जा पहुँचया। तस्वीर का एक होर पहलू, मंगतू ने सवाल किया, किहड़ा होर पहलू मास्टर? उस वेले जदों तू दोबारा बाली दे घर जा रहा सै, तैनूं पता क्यों जा रहा सै? मैं ते तुहानूं दस चुका, मैनूं पता ही ना लग सकिया किहड़े वेले ते क्यों मैं उहदे मकान ते चला गया। तैनूं पता ना होवे पर मैनूं पता है, तू जांदियां ही बाली नाल जो जो गल्लां कीतियां उहनां दा मतलब इह है, उस वेले तस्वीर का एक होर पहलू तेरियां अखां अगे सी। पर किहड़ा पहलू? अपने दोस्त तों निखड़ के जदों तू घर पहुंचया तां तू सोच रहा सी कि बाली जदों भलके होटल च जाएगी अपनी उस खतरनाक बीमारी नू दो आदमियों च वंड आएगी, फिर वह लोग इस बीमारी नू लैके अणगिणत तो होरना च वंडणगे, जिहदा नतीजा उही होएगा जिवें कहिंदे ने एक मच्छी सारा पानी गंदा कर दिंदी है। इसे तूफानी मनोविकार की प्रेरणा तैनू गैर इरादी तौर पर उहदे मकान वल घसीट के लै गई। मैं निरसंदेह कह सकदा कि तेरा मन बड़ा कोमल ते बड़ा ही लोक दर्दी है, पर जिथों तक मैं समझ सकिया यह कोई करामाती करिश्मा नहीं बल्कि सुभाविक है, क्योंकि तू जिंदगी दे जिन्हां जिन्हां मोड़ां तों मुड़दा होया इत्थे तक पहुंचिया है, तो अपनी जीवन मंजिल च जिहो जिहे लोकां जां जिहो जिहियां घटनावां नाल तेरा वास्ता पिया है, उहदी रोशनी च आदमी दे सुभाअ च मनुखी दर्द की अग सुलग पैणी कुदरती है। जे तेरा हिरदा एडा मानव दर्दी ना हुंदा तो उहदे घर वर्गा घृणित दृश वेख तू मुड़ के उस पासे तकण दा वी रवादार नहीं सी होणा। मैं तो कहना कोई वड्डे तो वड्डा समाज सुधारक भी शायद उस दृश्य नूं देख के वध तो वध इहो करदा कि नफरत नाल थुक के उस कुड़ी दे घर च उठ भजदा, ते मुड़ के कदी उस रस्ते उलंघण दा वी हिया ना करदा। पर कुदरत वल्लों इह जज्बा शायद तेरे ही हिस्से आया है कि घर जाके भी तैथों आराम नाल बैठिया ना गया ते उस भागणी दा दर्द तैनूं दुबारा उहदे घर वल खिंच लै गया। ਇਹ ਤੇਰੀ ਕਿਰਿਆ ਕਿਸੇ ਦੇਵਤੇ ਤੋਂ ਘੱਟ ਨਹੀਂ ਸੀ, ਪਰ ਹੁਣ ਤਾਂ ਇਸ 'ਚ ਰਹਿ ਗਈ ਕਿ ਤੂੰ ਉਸ ਵਿਚਾਰੀ ਨਾਲ ਸਲੂਕ ਚੰਗਾ ਨਹੀਂ ਕਰ ਸਕਿਆ। ਮੈਂ ਕਿਉਂ ਨੇ ਮਾਸਟਰ ਜੀ, ਮੰਗਤੂ ਨੇ ਵਿਰੋਧ ਕੀਤਾ, ਸਲੂਕ ਤਾਂ ਸਗੋਂ ਮੇਰੇ ਨਾਲ ਉਸ ਭੈੜਾ ਕੀਤਾ। ਇਹ ਠੀਕ ਹੈ ਦੋਸਤ, ਜਿਹੜਾ ਆਦਮੀ ਭੈੜਾ ਉਸ ਪਾਸੋਂ ਚੰਗੇ ਸਲੂਕ ਦੀ ਉਮੀਦ ਨਹੀਂ ਰੱਖੀ ਜਾ ਸਕਦੀ, ਪਰ ਤੇਰੇ ਵਰਗੇ ਆਦਮੀ ਦਾ ਉਸ ਵੇਲੇ ਤੈਸ਼ 'ਚ ਆ ਜਾਣਾ ਸਭ ਤੋਂ ਵੱਡੀ ਭੁੱਲ ਸੀ। ਮੰਗਤੂ ਥੋੜ੍ਹਾ ਚਿਰ ਸੋਚਦੇ ਰਹਿਣ ਤੋਂ ਬਾਅਦ ਬੋਲਿਆ, ਤੁਸੀਂ ਠੀਕ ਕਹਿੰਦੇ ਹੋ ਮਾਸਟਰ ਜੀ, उस वेले मैं निरा गुस्से च ही नहीं सी, सगों मेरे अंदर एक शुदा जिहा उठ खलोता सी, खास करके जिस वेले उस कुड़ी ने मेरे घर की किसी औरत का नाँ लैके गाल कढ़ी, दिल करे उहदा गल घुट सुट्टा। अगे भी कई बार मेरी इहो जी हालत हो जाया करती है, पता नहीं किसी वेले मैनूं की हो जाता, बड़िया भैड़िया गल्लां सुझन लग पैंदियां ने, जिवें किसी नूं पागलपन का दौरा पै जांदा। यह गल तां मैं तुहाडे कोलों पुछण आया कि इस तरह क्यों हुंदा है? मास्टर झट कु मूँह च उंगल पाई सोचता रहा, तो फिर जिमें अचानक कुछ याद आ गया, बोल उठा, तेरी इस हालत तो मैं बिल्कुल ना वाकफ तो नहीं हाँ मंगत रामा, क्योंकि पहला भी जदों तू इत्थे रहिंदा सी कई बार मैं कुछ इस तरह का शक पैंदा सी, जदों मैं अचानक ही तेरे अंदर कोई तब्दीली हुंदी वेखदा। मैं याद है जब तू कई बार चंगा भला गल्लां करदा करदा जां पढ़ाई करदा अचानक उदास हो जाता, कई बार तेरे चेहरे ते गुस्से ते हिंसा दे भाव झलकण लग पैंदे सन, कई बार तू बैठा बैठा गंगा दे इशनान लई भज उठदा सै। अजिहे वेले मेरे दिल च ख्याल उठदा सी कि जरूर इस आदमी दे सीने च जां तां बहुत डूंघा राज है ते जां कदी इहदे मरम स्थल उत्ते कोई सट वज चुकी है जिहड़ी अक्सर याद आके इहदी इह हालत कर दिंदी है। मैं थोड़ा बहुत मनोविग्ञान नूं वी समझदा, इहदे आधार ते कई बार किन्ना किन्ना चिर तेरे बारे सोचदा रहिंदा सां। इक अद्ध वारी तां दिल कीता इस बारे तेरे कोलों पुछ गिछ करां, पर फिर इह सोच के कि किसी दियां जाती गल्लां च दिलचस्पी लैनी चंगी नहीं, मैं कुछ ना पुछ सकिया। मंगतू ने मास्टर दियां अखां च डूंघाई नाल तकिया,
ਉਹਨੂੰ ਜਾਪਿਆ ਜਿਵੇਂ ਮਾਸਟਰ ਨੇ ਉਹਦੀ ਚੋਰੀ ਫੜ ਲਈ ਹੋਵੇ। ਇੱਕ ਵਾਰੀ ਤਾਂ ਉਹਦਾ ਦਿਲ ਕੀਤਾ ਉਹਦੇ ਅੰਦਰ ਜੋ ਕੁਝ ਵੀ ਲੁਕਿਆ ਦੱਬਿਆ ਹੈ ਮਾਸਟਰ ਦੇ ਅੱਗੇ ਨਜ਼ਾਕ ਹੋ ਕੇ ਪਲਟ ਦੇਵੇ, ਪਰ ਝੱਟ ਹੀ ਜਿਵੇਂ ਕਿਸੇ ਅੰਦਰਲੀ ਤਾਕਤ ਨੇ ਉੱਭਰ ਕੇ ਉਹਦੇ ਮੂੰਹ ਅੱਗੇ ਡੱਕਾ ਦੇ ਦਿੱਤਾ। ਉਹ ਸੰਭਲ ਗਿਆ, ਬੋਲਿਆ, ਨਹੀਂ ਮਾਸਟਰ ਜੀ, ਐਸੀ ਤਾਂ ਕੋਈ ਗੱਲ ਨਹੀਂ, ਮੇਰੇ ਦਿਲ 'ਚ ਤੁਹਾਨੂੰ ਐਵੇਂ ਭੁਲੇਖਾ ਲੱਗਿਆ, ਜੇ ਕੋਈ ਹੁੰਦੀ ਤਾਂ ਤੁਹਾਡੇ ਕੋਲੋਂ ਭਲਾ ਲੁਕਾ ਕੇ ਰੱਖਣੀ ਸੀ। ਇਹ ਮੈਂ ਜਿਹੜੀ ਗੱਲ ਦੱਸੀ ਹੈ ਕਿ ਕਿਸੇ ਵੇਲੇ ਮੇਰੇ ਅੰਦਰ ਉਕਸਾਹਟ ਜੀ ਹੋਣ ਲੱਗ ਪੈਂਦੀ ਹੈ, ਮੇਰੀ ਜਮਾਂਦਰੂ ਆਦਤ ਹੈ, ਹੋਰ ਕੋਈ ਖਾਸ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਮਾਸਟਰ ਨੇ ਇਸ ਮਾਮਲੇ ਨੂੰ ਹੋਰ ਨਹੀਂ ਖਿੱਚਿਆ, ਉਹ ਇਸ ਜ਼ਿਕਰ ਨੂੰ ਛੱਡ ਕੇ ਮੁੜ ਆਪਣੀ ਪਹਿਲੀ ਗੱਲ ਵੱਲ ਆਇਆ। ਖੈਰ ਛੱਡੋ ਇਸ ਗੱਲ ਨੂੰ, ਮੈਂ ਦੱਸ ਰਿਹਾ ਸੀ ਕਿ ਤੂੰ ਉਸ ਕੁੜੀ ਨੂੰ ਉਹਦੇ ਗੰਦੇ ਪੇਸ਼ੇ ਤੋਂ ਵਰਜਣ ਲਈ ਗਲਤ ਤਰੀਕਾ ਵਰਤਿਆ। ਗਲਤ ਕਹਿਣ ਤੋਂ ਮੇਰਾ ਮਤਲਬ ਇਹ ਹੈ ਕਿ ਸੰਸਕਾਰ ਆਦਮੀ ਨੂੰ ਆਪਣੇ ਰੰਗ 'ਚ ਰੰਗ ਦਿੰਦੇ ਨੇ। ਗੰਦਗੀ ਦੇ ਕੀੜੇ ਨੂੰ ਜੇ ਤੁਸੀਂ ਕਹੋ ਕਿ ਆਪਣੀ ਗੰਦੀ ਖੁਰਾਕ ਨੂੰ ਛੱਡ ਕੇ ਅੰਗੂਰ ਅਨਾਰ ਖਾਣੇ ਸ਼ੁਰੂ ਕਰ ਦੇ, ਜੂਆਂ ਅਤੇ ਖਟਮਲਾਂ ਨੂੰ ਜੇ ਕਹੋ ਤਾਂ ਮਨੁੱਖੀ ਲਹੂ ਦੀ ਥਾਂ ਦੁੱਧ ਪੀਣ ਲੱਗ ਪੈਣ, ਤਾਂ ਇਹ ਅਣਹੋਣੀ ਗੱਲ ਹੈ। ਤੁਸੀਂ ਆਪਣੀ ਨਿਰੰਤਰ ਕੋਸ਼ਿਸ਼ ਨਾਲ ਜੇ ਕਿਸੇ ਇੱਕਾ ਦੁੱਕਾ ਨੂੰ ਉਹਦਾ ਸੁਭਾਅ ਛਡਾਉਣ ਵਿੱਚ ਕਾਮਯਾਬ ਵੀ ਹੋ ਜਾਓਗੇ ਤਾਂ ਕੀ ਇਹਦਾ ਲਾਭ ਕੁਛ ਹੋਏਗਾ? ਸੋ ਮੈਂ ਸਮਝਦਾ ਕਿ ਤੂੰ ਵਾਸਤਵ ਵਿੱਚ ਖਟਮਲ ਦੇ ਸਾਹਮਣੇ ਦੁੱਧ ਦੀ ਕਟੋਰੀ ਜਾ ਰੱਖੀ ਸੀ, ਅਤੇ ਫਿਰ ਤੂੰ ਉਮੀਦ ਬੰਨ੍ਹ ਬੈਠੋ ਕਿ ਖਟਮਲ ਝਟਪਟੀ ਲਹੂ ਪੀਣ ਦੀ ਆਦਤ ਤਿਆਗ ਕੇ ਦੁੱਧ ਪੀਣ ਦਾ ਆਦੀ ਬਣ ਜਾਏਗਾ। ਠੀਕ ਹੈ ਤੁਹਾਡਾ ਖਿਆਲ, ਮੰਗਤੂ ਬੋਲਿਆ, ਪਰ ਮਾਸਟਰ ਜੀ, ਕੀ ਤੁਹਾਡੇ ਖਿਆਲ 'ਚ ਮਨੁੱਖੀ ਲਹੂ ਐਡੀ ਸਸਤੀ ਚੀਜ਼ ਹੈ ਕਿ ਪੀਣ ਜਾਂ ਪਿਲਾਉਣ ਵਾਲਿਆਂ ਨੂੰ ਇਹਦੀ ਖੁੱਲ੍ਹੀ ਛੁੱਟੀ ਦਿੱਤੀ ਜਾਵੇ? ਬਹੁਤ ਮਹਿੰਗੀ ਚੀਜ਼ ਹੈ, ਇਹ ਮੈਂ ਮੰਨਦਾ, ਪਰ ਭੋਲੇ ਆਦਮੀ, ਛੁੱਟੀ ਦਿਓ ਭਾਵੇਂ 1000 ਪ੍ਰਤੀਬੰਧ ਲਗਾਓ। ਜਿਹੜਾ ਖਟਮਲ ਹੈ ਉਹਨੇ ਤਾਂ ਵਾਸ਼ੀ ਮਨੁੱਖੀ ਲਹੂ ਪੀ ਕੇ ਹੀ ਜੀਣਾ ਹੈ, ਫਿਰ ਤਾਂ ਖਟਮਲਾਂ ਨੂੰ ਮਾਰ ਦੇਣਾ ਹੀ ਚੰਗਾ, ਪਰ ਮਾਰ ਦੇਣ ਨਾਲ ਕੀ ਉਹ ਮੁੱਕ ਜਾਣਗੇ? ਜਿਸ ਕੁੜੀ ਪਾਸੋਂ ਤੂੰ ਉਹਦਾ ਪੇਸ਼ਾ ਛੁਡਾਉਣਾ ਚਾਹੁੰਦਾ, ਅੱਬਲ ਤਾਂ ਇੱਦਾਂ ਉਹ ਛੱਡਣੋਂ ਰਹੀ, ਭਲਾ ਜੇ ਛੱਡ ਵੀ ਦਿੰਦੀ ਤਾਂ ਕੀ ਦੇਸ਼ 'ਚੋਂ ਬੇਸਵਾਵਾਂ ਦਾ ਖਾਤਮਾ ਹੋ ਜਾਣਾ ਸੀ? ਖਾਤਮਾ ਭਾਵੇਂ ਨਾ ਹੁੰਦਾ, ਪਰ ਮੇਰੇ ਦਿਲ ਨੂੰ ਤਸੱਲੀ ਤਾਂ ਹੋ ਜਾਂਦੀ ਨਾ ਕਿ ਇੱਕ ਬਦਮਾਸ਼ ਔਰਤ ਪਾਸੋਂ ਮੈਂ ਬਦਕਾਰੀ ਛੁਟਾ ਦਿੱਤੀ। ਪਰ ਕੀ ਤੂੰ ਕਹਿ ਸਕਦਾ ਕਿ ਕੋਈ ਮਾਂ ਦੇ ਪੇਟ 'ਚੋਂ ਹੀ ਬਦਕਾਰ ਬਣ ਕੇ ਜਾਂਦਾ? ਨਹੀਂ, ਇਹਦਾ ਮਤਲਬ ਇਹ ਹੋਇਆ ਕਿ ਜ਼ਰੂਰ ਉਹਨੂੰ ਕਿਸੇ ਤਰ੍ਹਾਂ ਦੇ ਵਿਰੋਧੀ ਹਾਲਾਤ ਨੇ ਬਦਕਾਰੀ ਲਈ ਪ੍ਰੇਰਣਾ ਦਿੱਤੀ ਹੋਏਗੀ। ਜ਼ਰੂਰ ਉਹਨੂੰ ਕਿਸੇ ਨੇ ਨੇਕ ਕਾਰੀ 'ਚੋਂ ਕੱਢ ਕੇ ਬਦਕਾਰੀ ਦੇ ਰਾਹ 'ਤੇ ਜਾ ਪਟਕਿਆ ਹੋਏਗਾ। ਜੇ ਐਸਾ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਵੀ ਅੱਜ ਨੇਕਾਂ ਵਿੱਚ ਗਿਣੀ ਜਾਂਦੀ। ਭੋਲੇ ਆਦਮੀ, ਤੂੰ ਸੰਸਕਾਰਾਂ ਦੀ ਪ੍ਰਬਲਤਾ ਨੂੰ ਨਹੀਂ ਸਮਝਦਾ। ਤੋਤੇ ਨੂੰ ਫੜ ਕੇ ਪਿੰਜਰੇ 'ਚ ਡੱਕ ਦਿਓ ਤਾਂ ਪਹਿਲਾਂ ਉਹ ਜ਼ਰੂਰ ਉੱਡਣ ਲਈ ਖੰਭ ਫੜਫੜਾਏਗਾ, ਸਿੱਖਾਂ ਨਾਲ ਸਿਰ ਫੋੜੇਗਾ। ਸਮਾਂ ਪਾ ਕੇ ਜਦੋਂ ਸੰਸਕਾਰਾਂ ਦਾ ਅਸਰ ਉਹਨੂੰ ਆਪਣੇ ਰੰਗ 'ਚ ਰੰਗ ਦੇਵੇਗਾ ਤਾਂ ਉਹੀ ਪਿੰਜਰਾ ਉਹਨੂੰ ਆਪਣੇ ਆਲ੍ਹਣੇ ਵਰਗਾ ਜਾਪਣ ਲੱਗ ਪਏਗਾ। ਤੁਸੀਂ ਉਹਨੂੰ ਪਿੰਜਰੇ 'ਚੋਂ ਬਾਹਰ ਕੱਢੋਗੇ ਤਾਂ ਮੁੜ ਪਿੰਜਰੇ 'ਚ ਜਾ ਵੜੇਗਾ, ਕਿਉਂਕਿ ਬੰਦੀ ਜੀਵਨ ਨੇ ਉਹਦੇ ਖੰਭਾਂ 'ਚੋਂ ਉੱਡਣ ਦੀ ਸ਼ਕਤੀ ਖਤਮ ਕਰਤੀ। ਠੀਕ ਇਹੋ ਹਾਲਤ ਬਾਲੀ ਦੀ ਹੈ ਇਸ ਵੇਲੇ, ਮੰਗਤੂ ਨੇ ਕੁਝ ਬੇਚੈਨ ਹੋ ਕੇ ਸਵਾਲ ਕੀਤਾ। ਤਾਂ ਫਿਰ ਇਹੋ ਜਿਹੇ ਪੰਛੀਆਂ ਨੂੰ ਆਜ਼ਾਦ ਕਰਨ ਦਾ ਇਲਾਜ ਕੀ ਹੋਇਆ ਤੁਹਾਡੇ ਖਿਆਲ 'ਚ? ਮੇਰੇ ਖਿਆਲ 'ਚ ਇਹਦਾ ਅਸਲ ਇਲਾਜ ਇਹ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਸ਼ਿਕਾਰੀਆਂ ਦਾ ਖਾਤਮਾ ਕੀਤਾ ਜਾਏ ਜਿਹੜੇ ਇਸ ਕੰਮ ਦੇ ਅਸਲ ਜ਼ਿੰਮੇਵਾਰ ਨੇ। ਅਰਥਾਤ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਉਹੀ ਖਟਮਲਾਂ ਵਾਲੀ ਮਿਸਾਲ ਇੱਕ ਵਾਰੀ ਫਿਰ ਦੁਹਰਾਉਂਦਾ। ਉਹਨਾਂ ਤਾਂ ਲਹੂ ਪੀਣ ਦੀ ਆਦਤ ਛੱਡਣਗੇ, ਨਾ ਮਾਰਿਆ ਮੁੱਕਣਗੇ, ਇਹ ਤਦ ਤੀਕ ਵੱਧਦੇ ਫੁੱਲਦੇ ਰਹਿਣਗੇ ਜਦ ਤੀਕ ਇਹਨਾਂ ਨੂੰ ਪੈਦਾ ਕਰਨ ਵਾਲੀ ਫਿਜ਼ਾ ਮੌਜੂਦ ਹੈ। ਤੈਨੂੰ ਪਤਾ ਲੋਕ ਮੰਜਿਆਂ ਨੂੰ ਧੁੱਪੇ ਰੱਖਦੇ ਨੇ, ਉਹਨਾਂ ਦੀਆਂ ਚੂੜਾਂ 'ਚ ਜ਼ਹਿਰੀਲੀਆਂ ਦਵਾਵਾਂ ਪਾ ਕੇ ਖਟਮਲਾਂ ਨੂੰ ਆਪਣੇ ਜਾਣੇ ਖਤਮ ਕਰ ਦਿੰਦੇ ਨੇ, ਅਤੇ ਸਦੀਆਂ ਤੋਂ ਲੋਕ ਇੱਦਾਂ ਕਰਦੇ ਆ ਰਹੇ ਨੇ। ਪਰ ਕੀ ਖਟਮਲਾਂ ਦੀ ਜੂਨ ਖਤਮ ਹੋ ਗਈ? ਇਹੋ ਹਾਲਤ ਹੈ ਉਹਨਾਂ ਮੁਜਰਮ ਪੇਸ਼ਾ ਲੋਕਾਂ, ਵੇਸਵਾਵਾਂ, ਚੋਰਾਂ, ਖੂਨੀਆਂ ਆਦਿ। ਇਹ ਨਾ ਉਪਦੇਸ਼ਾਂ ਨਾਲ ਖਤਮ ਹੁੰਦੇ ਨੇ, ਨਾ ਸਜ਼ਾਵਾਂ ਦੇਣ ਨਾਲ। ਜੇ ਇੱਦਾਂ ਇਹਨਾਂ ਦਾ ਖਾਤਮਾ ਹੋਣਾ ਹੁੰਦਾ ਤਾਂ ਸਾਡੇ ਦੇਸ਼ 'ਚ ਹੁਣ ਤੀਕ ਚਰੋਕਾ ਹੋ ਗਿਆ ਹੁੰਦਾ, ਜਦਕਿ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਸਾਡੇ ਦੇਸ਼ 'ਚ ਜੇਲ੍ਹਾਂ, ਅਦਾਲਤਾਂ, ਵਕੀਲਾਂ ਅਤੇ ਉਪਦੇਸ਼ਕਾਂ ਦੀ ਗਿਣਤੀ ਜ਼ਿਆਦਾ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਦੇਸ਼ ਦੀ ਫਿਜ਼ਾ 'ਚ ਤਬਦੀਲੀ ਲਿਆਂਦੀ ਜਾਏਗੀ, ਜਦੋਂ ਐਸਾ ਸ਼ੁੱਧ ਵਾਯੂਮੰਡਲ ਪੈਦਾ ਕਰ ਦਿੱਤਾ ਜਾਏਗਾ ਜਿਸ 'ਚ ਕਿਸੇ ਦੁਰਾਚਾਰੀ ਦਾ ਪੈਦਾ ਹੋਣਾ ਜਾਂ ਪਰਵਰਿਸ਼ ਪਾਉਣਾ ਹੀ ਅਸੰਭਵ ਹੋਵੇ। ਹਰ ਕੋਈ ਜਾਣਦਾ ਹੈ ਕਿ ਬੇਸਵਾਵਾਂ ਦੀ ਵੱਖਰੀ ਜੂਨ ਨਹੀਂ ਹੁੰਦੀ, ਇਹ ਸਾਡੇ ਵਿੱਚੋਂ ਹੀ ਪੈਦਾ ਹੋ ਜਾਇਆ ਜਾਂ ਬਣ ਜਾਇਆ ਕਰਦੀਆਂ ਨੇ। ਸਾਡੇ ਵਿੱਚੋਂ? ਮੰਗਤੂ ਨੇ ਸਵਾਲ ਕੀਤਾ। ਪਰ ਮਾਸਟਰ ਜੀ, ਕੋਈ ਤਾਂ ਇਹਨਾਂ ਨੂੰ ਬਣਾਉਂਦਾ ਹੀ ਹੋਏਗਾ ਨਾ। ਮੈਂ ਤੈਨੂੰ ਦੱਸ ਚੁੱਕਾ, ਜਿਵੇਂ ਗੰਦਾ ਵਾਯੂਮੰਡਲ ਖਟਮਲਾਂ ਨੂੰ ਬਣਾਉਂਦਾ ਹੈ, ਤਿਵੇਂ ਇੱਕ ਹੋਰ ਕਿਸਮ ਦਾ ਵਾਯੂਮੰਡਲ ਬੇਸਵਾਵਾਂ ਪੈਦਾ ਕਰਦਾ ਹੈ। ਨਿਰੀਆਂ ਬੇਸਵਾਵਾਂ ਨੂੰ ਨਹੀਂ, ਚੋਰਾਂ, ਡਾਕੂਆਂ, ਖੂਨੀਆਂ ਆਦਿ ਨੂੰ ਵੀ। ਜ਼ਰਾ ਵੇਰਵੇ ਨਾਲ ਦੱਸੋ ਕਿ ਉਹ ਹੋਰ ਕਿਸਮ ਦਾ ਵਾਯੂਮੰਡਲ ਕਿਹੜਾ? ਉਹਨੂੰ ਆਰਥਿਕ ਵਾਯੂਮੰਡਲ ਕਹਿੰਦੇ ਨੇ, ਮੰਗਤ ਰਾਮਾ। ਓ, ਮੰਗਤੂ ਮੁਸਕਰਾਇਆ, ਇਹ ਤਾਂ ਤੁਸੀਂ ਮੁੜ ਘਿੜ ਕੇ ਆ ਗਏ ਸਿਆਸੀ ਝੰਝਟਾਂ ਵੱਲ ਮਾਸਟਰ ਜੀ। ਸਿਆਸੀ ਝੰਝਟ? ਮਾਸਟਰ ਦੀ ਆਵਾਜ਼ 'ਚ ਜ਼ਰਾ ਤੇਜ਼ੀ ਆ ਗਈ। ਸਿਆਸਤ ਤੂੰ ਕਿਹਨੂੰ ਸਮਝਦਾ?
ਸਿਆਸੀ ਝੰਝਟ ਕੌਣ ਪੈਦਾ ਕਰਦਾ ਹੈ? ਇਹ ਘੁੰਡੀ ਸ਼ਾਇਦ ਅਜੇ ਤੱਕ ਤੂੰ ਨਹੀਂ ਸਮਝ ਸਕਿਆ ਹੋਏਗਾ। ਤੈਨੂੰ ਮੈਂ ਥੋੜ੍ਹੇ ਜਿਹੇ ਸ਼ਬਦਾਂ 'ਚ ਸਮਝਾਵਾਂ ਕਿ ਸਿਆਸੀ ਝੰਝਟ ਕੀ ਹੁੰਦੇ ਨੇ, ਇਹਨਾਂ ਝੰਝਟਾਂ 'ਚ ਦੁਨੀਆਂ ਨੂੰ ਫਸਾਉਣ ਦੀ ਜ਼ਿੰਮੇਵਾਰੀ ਕਿਸ ਉੱਤੇ ਹੈ। ਅੱਜ ਤੋਂ ਪਹਿਲਾਂ ਦੁਨੀਆਂ 'ਚ ਦੋ ਵੱਡੀਆਂ ਲੜਾਈਆਂ ਹੋ ਚੁੱਕੀਆਂ ਨੇ, ਤੀਜੀ ਦੀ ਤਿਆਰੀ ਵੀ ਹੋ ਰਹੀ ਹੈ। ਜਾਣਦਾ ਇਹਨਾਂ ਲੜਾਈਆਂ ਦੀ ਜ਼ਿੰਮੇਵਾਰੀ ਕਿਹਨਾਂ ਲੋਕਾਂ 'ਤੇ? ਉਹਨਾਂ ਉੱਤੇ ਜਿਹੜੇ ਲੁੱਟਦੇ ਮਾਲ ਦੀਆਂ ਵੰਡੀਆਂ ਪਾਉਣ ਲੱਗੇ ਆਪੋ ਵਿੱਚ ਖੈਬੜ ਪੈਂਦੇ ਨੇ। ਦੋ ਹਕੂਮਤਾਂ ਆਪਣੇ ਮਕਬੂਜ਼ਾ ਪ੍ਰਦੇਸ਼ਾਂ ਲਈ ਚੁੰਝਾਂ ਲੜਾਉਂਦੀਆਂ ਲੜਾਉਂਦੀਆਂ ਲੜਾਈ ਦੀ ਸ਼ਕਲ ਅਖਤਿਆਰ ਕਰ ਜਾਂਦੀਆਂ ਨੇ, ਅਤੇ ਫਿਰ ਉਹਨਾਂ ਦੀ ਲੜਾਈ ਫੈਲਦੀ ਫੈਲਦੀ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਸੋਚਣ ਵਾਲੀ ਗੱਲ ਹੈ ਕਿ ਇੰਨਾ ਰੁਪਇਆ ਕਿੱਥੇ ਚਲਾ ਗਿਆ। ਇਸ ਬਾਰੇ ਵੀ ਸੁਣ ਲੈ, ਇਹਦਾ ਅੱਧੇ ਤੋਂ ਬਹੁਤਾ ਤੇ ਪੌਣੇ ਤੋਂ ਕੁਝ ਘੱਟ ਹਿੱਸਾ ਉਹਨਾਂ ਕੰਪਨੀਆਂ ਜਾਂ ਮਿੱਲਾਂ ਦੇ ਮਾਲਕਾਂ ਪਾਸ ਚਲਾ ਗਿਆ ਜਿਨ੍ਹਾਂ ਨੇ ਲੜਾਈ ਦਾ ਸਮਾਨ ਤਿਆਰ ਕੀਤਾ, ਬਾਕੀ ਹੋਰ ਮਤਾਂ ਉੱਤੇ ਖਰਚ ਹੋਇਆ। ਮੰਗਤੂ ਨੂੰ ਬੜੀ ਹੈਰਾਨੀ ਹੋਈ, ਅੱਖਾਂ ਟੱਡੀ ਅੰਕੜਿਆਂ ਨੂੰ ਸੁਣਦਿਆਂ ਵੇਖ ਕੇ ਮਾਸਟਰ ਨੇ ਕਿਹਾ, ਤੂੰ ਇੰਨਾ ਹੀ ਸੁਣ ਕੇ ਛਛੱਦਰ ਰਹਿ ਗਿਆ? ਇਹ ਤੇ ਉਹਨਾਂ ਖਰਚਾਂ ਦੇ ਟਾਕਰੇ 'ਚ ਕੁਝ ਵੀ ਨਹੀਂ ਜਿਹੜੇ ਜੰਗਬਾਜ਼ ਲੋਕ ਸਾਇੰਸ ਦੀ ਕਿਰਪਾ ਨਾਲ ਨਵੇਂ ਨਵੇਂ ਹਥਿਆਰਾਂ ਉੱਤੇ ਖਰਚ ਕਰ ਰਹੇ ਨੇ। ਅਮਰੀਕਾ ਨੇ ਜਿਹੜੇ ਨਵੀਂ ਕਿਸਮ ਦੇ ਬੰਬ ਬਣਾਉਣ ਵਾਲੇ ਹਵਾਈ ਜਹਾਜ਼ ਤਿਆਰ ਕੀਤੇ ਨੇ, ਉਹਨਾਂ ਉੱਤੇ ਹੋਏ ਖਰਚ ਦਾ ਅੰਦਾਜ਼ਾ ਸੁਣ। ਮੰਗਤੂ ਉਵੇਂ ਹੀ ਅੱਖਾਂ ਫੈਲਾਈ ਸੁਣੀ ਗਿਆ। ਜਦ ਮਾਸਟਰ ਰੁਕਿਆ ਤਾਂ ਮੁੜ ਪਹਿਲੇ ਸਵਾਲ 'ਤੇ ਆ ਗਿਆ, ਠੀਕ ਕਹਿੰਦੇ ਹੋ ਤੁਸੀਂ, ਪਰ ਇਹਨਾਂ ਗੱਲਾਂ ਦਾ ਬੇਸਵਾਵਾਂ ਦੀ ਬਹਿਸ ਨਾਲ ਕੀ ਵਾਸਤਾ ਹੋਇਆ? ਮਾਸਟਰ ਬੋਲਿਆ, ਮੈਂ ਆਪਣੇ ਨੁਕਤੇ ਤੋਂ ਬਾਹਰ ਦੀ ਗੱਲ ਨਹੀਂ ਕਰ ਰਿਹਾ। ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਇਹਨਾਂ ਸਾਰੀਆਂ ਕਵਾਇਤਾਂ ਦਾ ਮੁੱਲ ਆਰਥਿਕ ਉਲਝਣੀ ਹੈ। ਤੂੰ ਜਿਹੜੀ ਸਿਆਸੀ ਏਜੰਟਾਂ ਦੀ ਗੱਲ ਕਹੀ ਹੈ, ਮੇਰਾ ਜਵਾਬ ਹੈ ਕਿ ਸਿਆਸੀ ਏਜੰਟ ਪੈਦਾ ਕਰਨ ਵਾਲਿਆਂ ਨੇ ਹੀ ਤਾਂ ਸਾਡੀ ਦੁਨੀਆ ਨਰਕ ਬਣਾ ਰੱਖੀ ਹੈ। ਇਹਨਾਂ ਸਿਆਸਤਦਾਨਾਂ ਦਾ ਹੀ ਦੂਸਰਾ ਨਾਂ ਸਰਮਾਏਦਾਰ ਹੈ, ਜਿਹੜੇ ਹਰ ਹੀਲੇ ਦੁਨੀਆ ਦੀ ਦੌਲਤ ਬਟੋਰ ਬਟੋਰ ਕੇ ਅੰਦਰ ਹੀ ਭਰ ਰਹੇ ਨੇ। ਉਸੇ ਜਮ੍ਹਾਂ ਕੀਤੀ ਦੌਲਤ ਦਾ ਹੀ ਪ੍ਰਤੀਕਰਮ ਰੂਪ ਹੈ ਇਹ ਬੇਸਵਾਵਾਂ, ਇਹ ਚੋਰੀਆਂ, ਡਾਕੇ, ਉਦਾਲੇ, ਖੂਨ ਖਰਾਬੇ। ਇੱਕ ਪਾਸੇ ਸਰਮਾਏਦਾਰ ਤਬਕੇ ਦੀ ਆਸ਼ੀ ਨੂੰ ਪੱਠੇ ਪਾਉਣ ਲਈ ਜੇ ਵੇਸਵਾ ਸ਼ਰਾਬ ਆਦਿ ਚੀਜ਼ਾਂ ਦੀ ਲੋੜ ਹੈ, ਤਾਂ ਦੂਜੇ ਪਾਸੇ ਭੁੱਖਿਆਂ ਨੰਗਿਆਂ ਪਾਸ ਛੁੱਟ ਚੋਰੀ ਤੋਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਪੇਟ ਭਰਨ ਲਈ। ਜਿਹੜੀ ਦੌਲਤ ਬੇਮਤਲਬ ਹੀ ਲੜਾਈਆਂ 'ਚ ਫੂਕੀ ਜਾਂਦੀ ਜਾਂ ਸਰਮਾਏਦਾਰਾਂ ਦੀਆਂ ਤਜੋਰੀਆਂ 'ਚ ਬੰਦ ਰੱਖੀ ਜਾਂਦੀ ਹੈ, ਜੇ ਉਹ ਉਹਦੇ ਅਸਲ ਅਧਿਕਾਰੀਆਂ 'ਚ ਵੰਡ ਦਿੱਤੀ ਜਾਏ ਜਿਹੜੇ ਉਹਨੂੰ ਪੈਦਾ ਕਰਦੇ ਨੇ, ਤਾਂ ਇੱਕਦਮ ਦੁਨੀਆ ਦੀ ਫਿਜ਼ਾ ਬਦਲ ਜਾਏਗੀ। ਇਹੋ ਪਰਮਾਣੂ ਅਗਾਂਹ ਜਾ ਕੇ ਵੇਸਵਾਵਾਂ ਨੂੰ ਜਨਮ ਦਿੰਦੇ ਨੇ, ਉਹਨਾਂ ਦੀ ਪਰਵਰਿਸ਼ ਦਾ ਕਾਰਨ ਬਣਦੇ ਨੇ। ਜਿਹੜੀਆਂ ਲੱਖਾਂ ਵੇਸਵਾਵਾਂ ਸਾਡੇ ਦੇਸ਼ 'ਚ ਮੌਜੂਦ ਨੇ, ਅਸਮਾਨੋਂ ਨਹੀਂ ਟਪਕ ਪਈਆਂ, ਇਹ ਪੈਦਾ ਕੀਤੀਆਂ ਜਾਂਦੀਆਂ ਨੇ ਉਹਨਾਂ ਸੜੇ ਭੁੱਸੇ ਦਿਲਾਂ ਦਿਮਾਗ ਵਾਲੇ ਪੂੰਜੀਪਤੀਆਂ ਦੀ ਹਾਊਸਪੂਰਤੀ ਲਈ। ਮੰਗਤੂ ਬੋਲਿਆ, ਤਾਂ ਤੇ ਫਿਰ ਵੇਸਵਾਵਾਂ ਬਣਾਉਣ ਵਾਲੀ ਫਿਜ਼ਾ ਨੂੰ ਖਤਮ ਕਰਨ ਲਈ ਉਹਨਾਂ ਗੰਦੇ ਕਿਰਮਾਂ ਪੂੰਜੀਪਤੀਆਂ ਦਾ ਕਤਲੇਆਮ ਹੋਣਾ ਜ਼ਰੂਰੀ ਹੈ? ਨਹੀਂ ਦੋਸਤ, ਕਤਲੇਆਮ ਕਰਨ ਨਾਲ ਉਹਨਾਂ ਨੇ ਖਤਮ ਨਹੀਂ ਹੋ ਜਾਣਾ। ਜਿਵੇਂ ਮਾਰਨ ਨਾਲ ਜੂਆਂ ਤੇ ਖਟਮਲ ਨਹੀਂ ਮੁੱਕ ਜਾਂਦੇ ਹੁੰਦੇ, ਤੇ ਫਿਰ ਉਹੀ ਜੋ ਕੁਝ ਮੈਂ ਪਹਿਲਾਂ ਦੱਸਿਆ ਹੈ ਕਿ ਇਹਨਾਂ ਨੂੰ ਪੈਦਾ ਕਰਨ ਵਾਲਾ ਵਾਯੂਮੰਡਲ ਹੀ ਬਦਲ ਦਿੱਤਾ ਜਾਏ, ਫਿਰ ਨਾ ਹੋਏਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਵਾਯੂਮੰਡਲ ਨੂੰ ਬਦਲਣ ਦਾ ਤਰੀਕਾ ਇੱਕੋ ਹੈ ਕਿ ਜਿੱਥੇ ਵਾਯੂ ਪਾਣੀ ਜਮ੍ਹਾਂ ਹੋਇਆ ਪੜਾਸ ਛੱਡ ਰਿਹਾ, ਬੰਨ ਤੋੜ ਕੇ ਉਹਨੂੰ ਖੁੱਲ੍ਹਾ ਛੱਡ ਦਿੱਤਾ ਜਾਏ, ਤੇ ਉਸ ਪਾਣੀ ਦੀ ਮਦਦ ਨਾਲ ਜ਼ਮੀਨ ਦਾ ਉਸੜਿਆ ਝੁਲਸਿਆ ਖੇਤਾ ਸਰਸਬਜ਼ ਹੋ ਸਕੇ, ਜਿਸ ਉੱਤੇ ਸਦੀਆਂ ਤੋਂ ਪਾਣੀ ਦੀ ਬੂੰਦ ਨਹੀਂ ਪਈ। ਅਰਥਾਤ ਸਰਮਾਏਦਾਰਾਂ ਪਾਸੋਂ ਵਾਧੂ ਸਰਮਾਇਆ ਲੈ ਕੇ ਇਹਨਾਂ ਕਰੋੜਾਂ ਲੋੜਵੰਦਾਂ 'ਚ ਵੰਡ ਦਿੱਤਾ ਜਾਏ। ਜਦੋਂ ਹਵਸ ਹੀ ਨਹੀਂ ਰਹੇਗੀ ਤਾਂ ਹਵਸ ਪ੍ਰਸਤੀ ਲਈ ਵੇਸਵਾਵਾਂ ਦੀ ਲੋੜ ਵੀ ਖਤਮ ਹੋ ਜਾਏਗੀ। ਜਿਹੜੀ ਮਸ਼ੀਨ ਵੇਸਵਾਵਾਂ ਨੂੰ ਬਣਾਉਂਦੀ ਹੈ, ਜਦੋਂ ਹੀ ਟੁੱਟ ਭੱਜ ਕੇ ਬੇਕਾਰ ਹੋ ਗਈ, ਕੀਕਣ ਵੇਸਵਾਵਾਂ ਬਣਨਗੀਆਂ? ਮੰਗਤੂ ਨੂੰ ਮਾਸਟਰ ਦੀਆਂ ਇਹ ਦਲੀਲਾਂ ਬੜੀਆਂ ਲੋਕਾਰਜੀਆਂ ਜਾਪੀਆਂ। ਬੋਲਿਆ, ਪਰ ਸਰਮਾਏਦਾਰੀ ਤਾਂ ਬਹੁਤ ਵੱਡੀ ਚੀਜ਼ ਹੈ ਮਾਸਟਰ ਜੀ। ਤੁਸੀਂ ਆਪ ਹੀ ਇੱਕ ਵਾਰੀ ਦੱਸਿਆ ਸੀ ਕਿ ਦੇਸ਼ ਦੀ ਸਾਰੀ ਤਾਕਤ ਹੀ ਇਸ ਵੇਲੇ ਸਰਮਾਏਦਾਰਾਂ ਨੇ ਸਾਂਭੀ ਹੋਈ ਹੈ, ਫਿਰ ਐਡੀ ਮਜ਼ਬੂਤ ਚੀਜ਼ ਨੂੰ ਹਿਲਾਉਣਾ ਕੋਈ ਖਾਲਾ ਜੀ ਦਾ ਘਰ ਹੈ? ਬੇਸ਼ੱਕ ਮੁਸ਼ਕਿਲ ਕੰਮ ਤੇ ਬਹੁਤ ਵੱਡਾ ਹੈ, ਪਰ ਦੋਸਤ, ਵੱਡੀਆਂ ਚੀਜ਼ਾਂ ਹਾਸਲ ਕਰਨ ਲਈ ਵੱਡੀ ਕੀਮਤ ਦੇਣੀ ਪੈਂਦੀ ਹੈ। ਗੁਆਂਢੀ ਦੇਸ਼ ਰੂਸ ਦੀ ਮਿਸਾਲ ਸਾਡੇ ਸਾਹਮਣੇ ਹੈ। ਉੱਥੇ ਵੇਸਵਾਵਾਂ ਦੀ ਗਿਣਤੀ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਬਹੁਤੀ ਸੀ, 80 ਲੱਖ, ਪਰ ਅੱਜ ਉੱਥੇ ਇੱਕ ਵੀ ਵੇਸਵਾ ਨਹੀਂ। ਸਵਾਲ ਪੈਦਾ ਹੁੰਦਾ ਹੈ, ਕਿੱਧਰ ਗਾਇਬ ਹੋ ਗਈਆਂ? ਜਵਾਬ ਹੈ ਕਿ ਉਹ ਇਸ ਸਮਾਜ ਨਾਲੋਂ ਟੁੱਟੀਆਂ ਸੀ, ਮੁੜ ਉਸੇ ਨਾਲ ਜਾ ਜੁੜੀਆਂ, ਕਿਉਂਕਿ ਉੱਥੇ ਦੀ ਹਕੂਮਤ ਨੇ ਫਿਜ਼ਾ ਨੂੰ ਬਦਲ ਦਿੱਤਾ। ਇਸ 'ਚ ਕੋਈ ਸ਼ੱਕ ਨਹੀਂ ਕਿ ਸਮਾਜ ਦੇ ਸਰੀਰ ਉੱਤੇ ਇਹ ਬੜੀ ਖਤਰਨਾਕ ਕਿਸਮ ਦੀ ਬਿਮਾਰੀ ਹੈ, ਪਰ ਮਰਜ਼ ਲਾ ਇਲਾਜ ਨਹੀਂ। ਅਤੇ ਇਸ ਬਿਮਾਰੀ ਦਾ ਡਾਕਟਰ ਕਿਹੜਾ ਹੈ ਤੁਹਾਡੇ ਖਿਆਲ 'ਚ? ਡਾਕਟਰ ਕੋਈ ਦੂਰ ਨਹੀਂ, ਤੂੰ ਡਾਕਟਰ ਹੈ, ਮੈਂ ਡਾਕਟਰ ਹਾਂ, ਸਾਡੇ ਵਰਗੇ ਕਰੋੜਾਂ ਲੋਕ
ਜਿਹੜੇ ਸਰਮਾਏਦਾਰੀ ਦੀ ਚੱਕੀ ਹੇਠ ਸਦੀਆਂ ਤੋਂ ਪੀਠੇ ਜਾ ਰਹੇ ਨੇ। ਸਿਰਫ ਲੋੜ ਹੈ ਇਸ ਗੱਲ ਦੀ ਕਿ ਖਿੰਡੇ ਪੌਂਡੇ ਤੀਲਿਆਂ ਨੂੰ ਇਕੱਠਿਆਂ ਕਰਕੇ ਇੱਕ ਐਸੀ ਮਜ਼ਬੂਤ ਬੋਕਰ ਬਣਾਈ ਜਾਏ ਜਿਹਦੀ ਮਦਦ ਨਾਲ ਇਹ ਸਾਰਾ ਕੂੜਾ ਕਚਰਾ ਹੁੰਝਿਆ ਜਾ ਸਕੇ। ਮਾਸਟਰ ਦੀਆਂ ਕਈਆਂ ਗੱਲਾਂ ਮੰਗਤੂ ਨੂੰ ਸਾਰੀਆਂ ਹੀ ਪਤੇ ਦੀਆਂ ਜਾਪੀਆਂ, ਪਰ ਕੀ ਸਾਡੇ ਦੇਸ਼ 'ਚ ਐਸਾ ਹੋਣਾ ਮੁਮਕਿਨ ਹੈ? ਇਹੋ ਸ਼ੰਕਾ ਮੁੜ ਮੁੜ ਉਹਦੀਆਂ ਨਜ਼ਰਾਂ 'ਚ ਮਾਸਟਰ ਦੀਆਂ ਦਲੀਲਾਂ ਨੂੰ ਸ਼ੱਕੀ ਬਣਾ ਜਾਂਦੀ। ਜਦ ਟੁਰਨ ਲੱਗਾ ਤਾਂ ਮਾਸਟਰ ਨੇ ਉਹਨੂੰ ਇੱਕ ਗੱਲ ਦੀ ਖਾਸ ਤੌਰ 'ਤੇ ਚੇਤਾਵਨੀ ਕਰਦਿਆਂ ਕਿਹਾ, ਵੇਖ ਮੰਗਤ ਰਾਮਾ, ਮੈਨੂੰ ਪੂਰੀ ਉਮੀਦ ਹੈ ਕਿ ਕਿਸੇ ਦਿਨ ਤੂੰ ਆਪਣੇ ਦੇਸ਼ ਲਈ ਇੱਕ ਸੱਚਾ ਰਾਹਬਰ ਸਾਬਤ ਹੋਏਗਾ, ਪਰ ਅਜੇ ਤੈਨੂੰ ਹੋਰ ਬਹੁਤ ਕੁਝ ਜਾਣਨ ਅਤੇ ਮਹਿਸੂਸਣ ਦੀ ਲੋੜ ਹੈ। ਤੇਰੇ ਅੰਦਰ ਖੁਦਦਾਰੀ ਹੈ, ਪ੍ਰੇਮ ਹੈ, ਆਪਣੇ ਹਮ ਨਸ਼ੀਨਾਂ ਲਈ ਆਦਰ ਅਤੇ ਦੀਨ ਦੁਖੀ ਲਈ ਦਰਦ ਹੈ, ਪਰ ਲੋੜ ਇਸ ਗੱਲ ਦੀ ਹੈ ਕਿ ਇਹ ਖੂਬੀਆਂ ਸ਼ਖਸੀਅਤ ਵਿੱਚੋਂ ਨਿਕਲ ਕੇ ਜਮਾਤੀ ਸ਼ਕਲ 'ਚ ਬਦਲ ਦਿੱਤੀਆਂ ਜਾਣ, ਨਾ ਕਿ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਥਲੱਗ ਰੱਖ ਕੇ ਇਹਨਾਂ ਗੁਣਾਂ ਅਤੇ ਸ਼ਕਤੀਆਂ ਨੂੰ ਜ਼ਾਇਆ ਕਰਤਾ ਜਾਏ। ਦੂਜਾ, ਜਿਹੜਾ ਤੇਰੇ ਸੁਭਾਅ 'ਚ ਇਹ ਖਾਮੀ ਆ ਗਈ ਹੈ ਕਿ ਕਈ ਵਾਰ ਕਿਸੇ ਉਚੇਚੇ ਅਸਰ 'ਤੇ ਤੋਂ ਤੇਰੇ ਜਜ਼ਬੇ ਭੜਕ ਪੈਂਦੇ ਹੈ, ਤੇਰੇ ਅੰਦਰ ਪਾਗਲਪਨ ਵਰਗੀ ਹਾਲਤ ਪੈਦਾ ਹੋ ਜਾਂਦੀ ਹੈ। ਜੇ ਇਹਦਾ ਇਲਾਜ ਵੀ ਹੈ ਕਿ ਤੂੰ ਆਪਣੀ ਮੈਂ ਨੂੰ ਇਸ ਵਿੱਚ 80 ਵਿੱਚ ਵੰਡ ਲੈ ਅਤੇ ਆਪਣੇ ਕੱਲ੍ਹ ਨੂੰ ਜਮਾਤ 'ਚ ਭੇਦ ਕਰ ਦੇ, ਬਸ ਫਿਰ ਤੂੰ ਇੱਕ ਕਰਾਮਾਤੀ ਚੀਜ਼ ਬਣ ਜਾਏਗਾ। ਮਾਸਟਰ ਜੀ ਨੇ ਫਿਰ ਕਿਹਾ, ਜੇ ਤੂੰ ਮੇਰੀ ਸਿੱਖਿਆ 'ਤੇ ਅਮਲ ਕਰਨਾ ਸ਼ੁਰੂ ਕਰ ਦੇਵੇਂਗਾ ਤਾਂ ਯਕੀਨਨ ਤੇਰਾ ਵਹਿਮ ਦੂਰ ਹੋ ਜਾਏਗਾ ਕਿ ਤੇਰੇ ਦਿਮਾਗ 'ਚ ਕਸੂਰ ਹੈ। ਤੂੰ ਬਿਲਕੁਲ ਚੰਗਾ ਭਲਾ, ਸਿਰਫ ਕਦੀ ਕਦੀ ਤੈਨੂੰ ਵਹਿਮ ਦਾ ਦੌਰਾ ਪੈ ਜਾਂਦਾ, ਹੋਰ ਕੁਝ ਨਹੀਂ। ਮੰਗਤੂ ਨੇ ਬੜੇ ਧਿਆਨ ਨਾਲ ਸਾਰੀਆਂ ਗੱਲਾਂ ਸੁਣੀਆਂ। ਅੰਗ 24। ਮਾਸਟਰ ਬੇਲੀ ਰਾਮ ਪਾਸ ਦਿਨ ਇੱਕ ਦਿਨ ਗੁਜ਼ਾਰ ਕੇ ਜਦ ਮੰਗਤੂ ਵਾਪਸ ਮੁੜਿਆ ਤਾਂ ਉਹਦਾ ਅੰਦਰ ਕਾਫ਼ੀ ਅਮਨ ਭਰਪੂਰ ਸੀ। ਜਿਹੜਾ ਮਾਨਸਿਕ ਕਸ਼ਟ ਦੀ ਗੰਢੜੀ ਲੈ ਕੇ ਉਹ ਹਰਿਦੁਆਰ ਗਿਆ ਸੀ, ਉਹਦਾ ਬੋਝ ਹੁਣ ਉਹਦੇ ਦਿਲ 'ਤੇ ਨਹੀਂ ਸੀ ਅਤੇ ਉਹ ਕਾਫ਼ੀ ਹੌਲਾ ਹੌਲਾ ਮਹਿਸੂਸ ਕਰ ਰਿਹਾ ਸੀ। ਨਿਰਾ ਇਹੋ ਹੀ ਨਹੀਂ, ਇਹ ਇੱਕ ਦਿਨ ਦੀ ਸੰਗਤ ਨੇ ਉਹਦੇ ਅੰਦਰ ਹੋਰ ਵੀ ਕਈ ਕੁਝ ਅਦਲਾ ਬਦਲੀ ਲਿਆਉਂਦੀ। ਮਾਸਟਰ ਬੇਲੀ ਰਾਮ ਦੇ ਮਰਮ ਸਪਰਸ਼ੀ ਵਾਰਤਾਲਾਪ 'ਚੋਂ ਐਤਕੀ ਉਹਨੇ ਨਿਰੀ ਖਿਆਲੀ ਹੀ ਨਹੀਂ ਅਮਲੀ ਤੌਰ 'ਤੇ ਕੁਝ ਨਾ ਕੁਝ ਸਿੱਖਿਆ ਪ੍ਰਾਪਤ ਕੀਤੀ, ਜਿਵੇਂ ਉਹਦੀ ਸੋਚ ਸਮਝ ਦਾ ਮਿਆਰ ਪਹਿਲਾਂ ਨਾਲੋਂ ਕਈ ਗੁਣਾ ਉਚੇਰਾ ਹੋ ਗਿਆ। ਖਾਸ ਕਰਕੇ ਜਦੋਂ ਮਾਸਟਰ ਦੇ ਨਿੱਜੀ ਜੀਵਨ 'ਤੇ ਝਾਤੀ ਮਾਰਦਾ ਤਾਂ ਉਹਨੂੰ ਜਾਪਦਾ ਇਸ ਦੁਬਲੇ ਪਤਲੇ ਆਦਮੀ ਦੇ ਪਿੰਜਰ 'ਚ ਕੋਈ ਬੜੀ ਵਿਸ਼ਾਲ ਆਤਮਾ ਮੌਜੂਦ ਹੈ। ਮੁੱਕਦੀ ਗੱਲ ਇਹ ਕਿ ਆਪਣੇ ਨਿਰਾਸ਼ ਜਿਹੀ ਜ਼ਿੰਦਗੀ 'ਚੋਂ ਹੁਣ ਉਹਨੂੰ ਧੁੰਦਲੀ ਜਿਹੀ ਆਸ਼ਾ ਦੀ ਝਲਕ ਕਿਸੇ ਕਿਸੇ ਵੇਲੇ ਵਿਖਾਈ ਦੇਣ ਲੱਗ ਪੈਂਦੀ। ਜਦੋਂ ਉਹਦੇ ਹਿਰਦੇ 'ਤੇ ਉੱਕਰੀਆਂ ਹੋਈਆਂ ਮਾਸਟਰ ਬੇਲੀ ਰਾਮ ਦੀਆਂ ਗੱਲਾਂ ਉੱਗੜਦੀਆਂ, ਜ਼ਰੂਰ ਇਹਨਾਂ ਸਦੀਵੀ ਅਤੇ ਦਾਇਮੀ ਨਿਰਾਸ਼ਾਵਾਂ ਦਾ ਕਿਤੇ ਨਾ ਕਿਤੇ ਅੰਤ ਹੈ। ਅਵਸ਼ ਕੋਈ ਐਸੀ ਮੰਜ਼ਿਲ ਹੈ ਜਿੱਥੇ ਪੁੱਜ ਕੇ ਸਾਰੀਆਂ ਆਸ਼ਾਂ ਵਿੱਚ ਬਦਲ ਜਾਣਗੀਆਂ ਜਾਂ ਬਦਲ ਸਕਦੀਆਂ ਨੇ, ਪਰ ਕਦੋਂ ਬਦਲਣਗੀਆਂ, ਕਿਵੇਂ ਬਦਲ ਸਕਦੀਆਂ ਨੇ, ਇਹਦਾ ਕੋਈ ਸਪਸ਼ਟ ਜਵਾਬ ਉਹਨੂੰ ਹਾਲੇ ਤੱਕ ਆਪਣੇ ਅੰਦਰੋਂ ਨਹੀਂ ਸੀ ਲੱਭਦਾ। ਕੁਝ ਵੀ ਹੋਵੇ, ਸਭ ਕੁਝ ਜਾਂ ਹਵਾਈ ਜਾਂ ਖਿਆਲੀ ਹੀ ਸੀ, ਪਰ ਇਹਦਾ ਇੱਕ ਅਸਰ ਜ਼ਰੂਰ ਹੋਇਆ ਕਿ ਮੰਗਤੂ ਦੇ ਘਰ ਤੋਂ ਨੇੜੇ ਹੀ ਉਹ ਜਿਹੜੀ ਕੰਗਾਲ ਬਸਤੀ ਸੀ ਜਿਸ 'ਚੋਂ ਪਹਿਲਾਂ ਕਦੀ ਕਦਾਈ ਭੁੱਲੇ ਚੁੱਕੇ ਜਦ ਦਾਖਲ ਹੁੰਦਾ ਸੀ, ਹੁਣ ਉਹਨੂੰ ਕਾਫ਼ੀ ਦਿਲਚਸਪ ਚੀਜ਼ ਜਾਪਣ ਲੱਗ ਪਈ। ਉਹ ਹੁਣ ਰੋਜ਼ ਇੱਕ ਦੋ ਫੇਰੇ ਉਸ ਪਾਸੇ ਮਾਰਨ ਲੱਗ ਪਿਆ। ਇਹਨਾਂ ਗੰਦੇ ਚਿਗਲੇ ਲੋਕਾਂ ਵਿੱਚ, ਉਹਨਾਂ ਦੇ ਭ੍ਰਿਸ਼ਟ ਹੁਲੀਏ ਵਾਲੇ ਨਿਆਣਿਆਂ ਵਿੱਚ ਉਹਦੀ ਦਿਲਚਸਪੀ ਜਾਗਣ ਲੱਗ ਪਈ। ਉਹ ਪਹਿਲਾਂ ਵਾਂਗ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ, ਉਹਨਾਂ ਨੂੰ ਤੱਕ ਕੇ ਮੂੰਹ ਨਹੀਂ ਮੋੜ ਲੈਂਦਾ। ਪਹਿਲਾਂ ਜਿੱਥੇ ਉਹ ਇਸ ਬਸਤੀ ਦੇ ਲੋਕਾਂ ਨਾਲ ਸਧਾਰਨ ਅਤੇ ਉਪਰੀ ਉਪਰੀ ਗੱਲਕੱਤ ਕਰਕੇ ਹਟ ਜਾਂਦਾ ਸੀ, ਉੱਥੇ ਜ਼ਰਾ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਸੁਣਾਉਂਦਾ। ਕੋਈ ਜੇ ਇਹਨਾਂ ਨੂੰ ਜ਼ਰਾ ਕੋਈ ਹਿੱਤ ਨਾਲ ਬੁਲਾਏ ਤਾਂ ਇਹ ਉਸ 'ਤੇ ਜਿੰਦ ਵਾਰਨ ਨੂੰ ਤਿਆਰ ਹੋ ਜਾਂਦੇ ਨੇ, ਉਹਨੂੰ ਸਿਰ ਅੱਖਾਂ 'ਤੇ ਚੁੱਕ ਲੈਂਦੇ ਨੇ। ਇਹ ਲੋਕ ਆਪੋ 'ਚ ਲੜਦੇ ਝਗੜਦੇ ਨੇ, ਚੋਰੀ ਕਰਦੇ ਨੇ, ਬਦਫੈਲੀਆਂ ਅਤੇ ਹੋਰ ਕਈ ਕੁਕਰਮ ਵੀ, ਪਰ ਜਦੋਂ ਹੀ ਕਿਸੇ ਦਰਦੀ ਰੂਹ ਦਾ ਸਾਇਆ ਇਹਨਾਂ 'ਤੇ ਆ ਪਏ, ਇਹਨਾਂ ਦੀ ਆਤਮਾ ਦਰਬ ਜਾਂਦੀ ਹੈ, ਆਪਣੇ ਗੁਨਾਹਾਂ ਤੋਂ ਤੋਬਾ ਕਰ ਜਾਂਦੇ ਨੇ। ਪਰ ਕਿਉਂਕਿ ਕਿਸੇ ਨਿੱਘੀ ਰੂਹ ਦਾ ਸਪਰਸ਼ ਕਦੀ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ, ਜਿਹਦਾ ਫਲ ਰੂਪ ਇਹਨਾਂ ਦੇ ਮਨਾਂ ਉੱਤੇ ਪਸ਼ੂਪਣੇ ਦਾ ਰੰਗ ਦਿਨੋਂ ਦਿਨ ਹੋਰ ਗੂੜਾ ਹੋਰ ਗੂੜਾ ਹੋਈ ਜਾਂਦਾ ਹੈ। ਜਿਉਂ ਜਿਉਂ ਮੰਗਤੂ ਇਹਨਾਂ ਲੋਕਾਂ ਨਾਲ ਭਿੱਜਦਾ ਜਾਂਦਾ, ਉਹਦਾ ਨਜ਼ਰੀਆ ਬਦਲ ਕੇ ਹੋਰ ਹੁੰਦਾ ਜਾਂਦਾ। ਪਹਿਲੇ ਜਿੱਥੇ ਮੰਗਤੂ ਹਰ ਵੇਲੇ ਹਰ ਘੜੀ ਆਪਣੇ ਬਾਰੇ ਹੀ ਸੋਚਾਂ ਅਤੇ ਵਿਚਾਰਾਂ 'ਚ ਗਲਤਾਨ ਰਿਹਾ ਕਰਦਾ ਸੀ, ਉੱਥੇ ਹੁਣ ਉਹ ਆਪਣੇ ਵਰਗਿਆਂ ਬਾਰੇ ਵੀ ਸੋਚਣ ਲੱਗ ਪਿਆ। ਪਹਿਲਾਂ ਹਮੇਸ਼ਾ ਉੱਪਰ ਵੱਲ ਤੱਕਿਆ ਕਰਦਾ ਸੀ, ਉੱਚੇ ਉੱਚੇ ਮਕਾਨ, ਵੱਡੇ ਵੱਡੇ ਰੁਤਬੇ, ਜਿਹਨਾਂ ਨੂੰ ਤੱਕ ਤੱਕ ਕੇ ਅੰਦਰ ਹੀ ਅੰਦਰ ਕੁੜਿਆ ਕਰਦਾ, ਸੋਚਿਆ ਕਰਦਾ, ਕਾਸ਼ ਮੈਨੂੰ ਵੀ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਅਤੇ ਇਸ ਪਰਿਵਰਤਨ ਦਾ ਫਲ ਰੂਪ ਜਿੱਥੇ ਪਹਿਲੇ ਉਹਦੇ ਸੀਨੇ 'ਚ ਕਸਕਾਂ ਪੈਂਦੀਆਂ, ਉੱਥੇ ਹੁਣ ਉਹਦੇ ਅੰਦਰ ਇੱਕ ਤਰ੍ਹਾਂ ਦੀ ਤਸੱਲੀ ਜੀ ਪੈਦਾ ਹੋ ਜਾਂਦੀ ਕਿ ਇਸ ਦੁਨੀਆਂ 'ਚੋਂ ਇਕੱਲਾ ਹੀ ਬਦਨਸੀਬ ਨਹੀਂ, ਬਲਕਿ ਬਦਨਸੀਬਾਂ ਦੀ ਇੱਕ
ਵਿਸ਼ਾਲ ਦੁਨੀਆ ਦਾ ਉਹ ਵੀ ਇੱਕ ਵਾਸੀ ਹੈ ਤੇ ਸ਼ਾਇਦ ਇਸੇ ਕਰਕੇ ਹੁਣ ਇਸ ਦੁਨੀਆ ਨਾਲ ਉਹਦੀ ਦਿਲਚਸਪੀ ਵੱਧਦੀ ਜਾ ਰਹੀ ਸੀ। ਇਹ ਸਾਰੇ ਲੋਕ, ਇਹ ਪ੍ਰੇਤਾਂ ਦੀ ਜੂਨ 'ਚ ਪਏ ਹੋਏ ਆਦਮੀ, ਇਹ ਸਰਾਪੀਆਂ ਦੁਰਕਾਰੀਆਂ ਰੂਹਾਂ ਹੁਣ ਉਹਨੂੰ ਆਪਣਾ ਅੰਗ ਜਾਪਣ ਲੱਗ ਪਈਆਂ ਸਨ। ਉਹਨਾਂ ਦਾ ਕੁਝ ਸਵਾਰ ਨਹੀਂ ਸਕਦਾ, ਉਹਨਾਂ ਦੇ ਕਸ਼ਟਾਂ ਨੂੰ ਘਟਾਉਣ 'ਚ ਕੋਈ ਮਦਦ ਨਹੀਂ ਕਰ ਸਕਦਾ। ਫਿਰ ਵੀ ਉਹ ਵੇਖ ਕੇ ਹੈਰਾਨ ਹੁੰਦਾ ਹੈ ਕਿ ਰੈਸਟ ਕੈਂਪ ਦੀ ਬਸਤੀ ਕਿਵੇਂ ਦਿਨੋਂ ਦਿਨੋਂ ਸਵਲਖ ਚੀਂਦੀ ਆ ਰਹੀ ਸੀ। ਮੰਗਤੂ ਭਾਵੇਂ ਤਾਲੀਮੀ ਤੌਰ 'ਤੇ ਅਜੇ ਪੂਰੀ ਤਰ੍ਹਾਂ ਪੜ੍ਹਿਆ ਲਿਖਿਆ ਜਾਂ ਵਿਦਵਾਨਾਂ 'ਚ ਨਹੀਂ ਗਿਣਿਆ ਜਾ ਸਕਦਾ, ਪਰ ਬਸਤੀ ਵਾਲੇ ਤਾਂ ਉਹਨੂੰ ਇੱਕ ਚੰਗੇ ਵਿਦਵਾਨ ਤੋਂ ਛੁੱਟ ਨੀਤੀਵਾਨ ਵੀ ਸਮਝਣ ਲੱਗ ਪਏ। ਜਦ ਉਹਨਾਂ ਨੇ ਮੰਗਤੂ ਦੀਆਂ ਕਈ ਛੋਟੇ ਮੋਟੇ ਵਿਸ਼ਿਆਂ 'ਤੇ ਗੱਲਾਂ ਸੁਣੀਆਂ, ਨਤੀਜਾ ਇਹ ਹੋਇਆ ਕਿ ਇੱਕ ਅੱਧ ਮਹੀਨੇ ਤੋਂ ਬਾਅਦ ਉਹਨਾਂ ਦੇ ਨਿੱਕੇ ਮੋਟੇ ਝਗੜੇ ਵੀ ਮੰਗਤੂ ਨੂੰ ਹੀ ਨਜਿੱਠਣੇ ਪੈਂਦੇ। ਉਹਨਾਂ ਦੀਆਂ ਕਈ ਘਰੋਗੀ ਮਾਮਲਿਆਂ 'ਚ ਮੰਗਤੂ ਦੀ ਰਾਏ ਨੂੰ ਅਹਿਮੀਅਤ ਦਿੱਤੀ ਜਾਣ ਲੱਗ ਪਈ। ਮੰਗਤੂ ਹੁਣ ਪੂਰੀ ਤਰ੍ਹਾਂ ਬਸਤੀ ਵਾਲਿਆਂ ਨਾਲ ਰਚ ਮਿਚ ਗਿਆ ਸੀ। ਬਸਤੀ ਦੇ ਕੁਝ ਅਵਾਰਾਂ ਅਤੇ ਘੀਚਰ ਮੁੰਡਿਆਂ ਨੂੰ ਇੱਕ ਮੈਦਾਨ 'ਚ ਇਕੱਠਿਆਂ ਕਰਕੇ ਉਹਨੇ ਰੋਜ਼ ਅੱਧਾ ਘੰਟਾ ਉਹਨਾਂ ਨੂੰ ਕਾ ਖਾ ਸਿਖਾਉਣਾ ਸ਼ੁਰੂ ਕਰਤਾ, ਜਿਹਦਾ ਫਲ ਰੂਪ ਉਹਦੇ ਅੰਦਰ ਇੱਕ ਨਵੀਂ ਉਮੀਦ ਪੁੰਗਰ ਰਹੀ ਸੀ ਕਿ ਉਹਨਾਂ ਮੈਂ ਵੀ ਮਾਸਟਰ ਬੇਲੀ ਰਾਮ ਵਾਂਗ ਇੱਕ ਮਾੜੀ ਮੋਟੀ ਕਲਾਸ ਸ਼ੁਰੂ ਕਰਦੇ ਹਾਂ। ਇੱਕ ਦਿਨ ਅਚਾਨਕ ਹੀ ਉਹਦਾ ਹਮਚੋਲੀ ਕਿਸ਼ਨਾ ਆ ਪਹੁੰਚਿਆ, ਜਦੋਂ ਇੱਕ ਦਰਖਤ ਦੀ ਛਾਵੇਂ ਰੈਸਟ ਕੈਂਪ ਦੇ ਕੁਝ ਮੁੰਡਿਆਂ ਨਾਲ ਮਗਜ਼ ਪੱਚੀ ਕਰ ਰਿਹਾ ਸੀ। ਅਸਲ 'ਚ ਹਰਿਦੁਆਰੋਂ ਆਉਣ ਤੋਂ ਬਾਅਦ ਮੰਗਤੂ ਨੇ ਕਿਸ਼ਨੇ ਦਾ ਖਿਆਲ ਹੀ ਇੱਕ ਤਰ੍ਹਾਂ ਨਾਲ ਛੱਡ ਦਿੱਤਾ ਸੀ। ਜਿਸ ਦਿਨ ਤੋਂ ਬਾਲੀ ਵਾਲੀ ਘਟਨਾ ਉਹਦੇ ਸਾਹਮਣੇ ਆਈ, ਉਸੇ ਦਿਨ ਤੋਂ ਕਿਸ਼ਨੇ ਸੰਬੰਧੀ ਉਹਦਾ ਦਿਲ ਨਫ਼ਰਤ ਨਾਲ ਭਰ ਕੱਤਿਆ। ਸਾਰੇ ਮਹੀਨੇ 'ਚੋਂ ਕਿਸ਼ਨੇ ਨੂੰ ਮਿਲਿਆ ਜ਼ਰੂਰ 2-3 ਵਾਰੀ, ਪਰ ਇਹ ਮੁਲਾਕਾਤਾਂ ਨਿਰਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀਆਂ ਸੀ। ਦਿਲੋਂ ਮੰਗਤੂ ਦੀ ਚਾਹ ਸੀ ਕਿ ਇਹੋ ਜਿਹੇ ਬਦ ਅਖਲਾਕ ਆਦਮੀ ਨਾਲ ਕੋਈ ਵਾਸਤਾ ਨਾ ਰੱਖੇ, ਅਤੇ ਅੱਜ ਅਚਾਨਕ ਕਿਸ਼ਨੇ ਨੂੰ ਸਿਰ 'ਤੇ ਖੜਾ ਵੇਖ ਕੇ ਇੱਕ ਵਾਰੀ ਫੇਰ ਉਹਦੀਆਂ ਰਗਾਂ 'ਚ ਘਿਰਨਾ ਖੌਲ ਉੱਠੇ। ਪਰ ਬੋਲ ਵਿਗਾੜ ਕਰਨੀ ਉਹ ਨਹੀਂ ਚਾਹਿਆ, ਉਹਨੇ ਉੱਪਰੋਂ ਉੱਪਰੋਂ ਉਸੇ ਸੁਹਿਰਦਤਾ ਨਾਲ ਉਹਦਾ ਸਤਿਕਾਰ ਕੀਤਾ। ਕਿਸ਼ਨੇ ਨੇ ਪਹਿਲਾ ਸਵਾਲ ਕੀਤਾ, ਤੇ ਇਹ ਕੀ ਚੀਣਾ ਖਿਲਾਰੀ ਬੈਠਾ ਮੰਗਦੇ ਆ? ਜਵਾਕ 'ਚ ਮੰਗਤੂ ਹੱਸ ਪਿਆ, ਕੀ ਕਰਾਂ ਭਰਾਵਾ, ਕੁਝ ਨਾ ਕੁਝ ਦਿਲ ਪਰਚਾਵਾ ਹੋ ਜਾਂਦਾ। ਚੰਗਾ ਦਿਲ ਪਰਚਾਵਾ ਲੱਭਿਆ ਕਿਸ਼ਨੇ ਦੇ ਚਿਹਰੇ 'ਤੇ, ਨਫ਼ਰਤ ਦੇ ਭਾਵ ਸੀ ਦਲਿਤਾਂ ਦੇ ਸਾਥ ਵਿੱਚ। ਮੰਗਤੂ ਨੇ ਇਸ ਬਹਿਸ 'ਚ ਪੈਣਾ ਨਹੀਂ ਚਾਹਿਆ, ਉਹਨੇ ਹੱਸ ਕੇ ਗੱਲ ਟਾਲ ਦਿੱਤੀ। ਫਿਰ ਕਿਸ਼ਨੇ ਨੇ ਗਿਲੀਆਂ ਉਲਾਂਭਿਆਂ ਦੀ ਭਰਮਾਰ ਸ਼ੁਰੂ ਕਰਤੀ। ਇੰਨੇ ਦਿਨਾਂ ਤੋਂ ਨਾ ਮਿਲਣ ਲਈ ਜਵਾਬ ਵਿੱਚ ਮੰਗਤੂ ਨੇ ਵੀ ਇੱਧਰ ਉੱਧਰ ਦੇ ਬਹਾਨੇ ਤਰਾਸ਼ ਕੇ ਉਹਦਾ ਘਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਘਰ ਵੱਲ ਤੁਰੇ ਜਾਂਦਿਆਂ ਇੱਕ ਵਾਰੀ ਤਾਂ ਮੰਗਤੂ ਦੀ ਸਲਾਹ ਹੋਈ ਕਿ ਉਦਣ ਵਾਲਾ ਉਹ ਬਾਲੀ ਦਾ ਮਾਮਲਾ ਛੇੜ ਕੇ ਕਿਸ਼ਨੇ ਨੂੰ ਠਿੱਠ ਕਰੇ ਅਤੇ ਉਹਦੇ ਦਲ ਪੁਣੇ ਉੱਤੇ 2-4 ਲਾਂਤਾ ਪਾਵੇ, ਪਰ ਦਿਲ ਦੇ ਇਸ ਵੇਗ ਨੂੰ ਅੰਦਰ ਹੀ ਨੱਪ ਗਿਆ। ਸੁਣਾ ਫਿਰ, ਘਰ ਪਹੁੰਚ ਕੇ ਕਿਸ਼ਨੇ ਨੇ ਉਸ 'ਤੇ ਦੂਜਾ ਸਵਾਲ ਕੀਤਾ, ਕੰਮ ਕਾਰ ਦਾ ਕੋਈ ਕੀਤਾ ਯਾਰ ਪਰ? ਮੰਗਤੂ ਨੇ ਜਵਾਬ ਦਿੱਤਾ, ਅਜੇ ਤਾਂ ਹੋਰ ਕੋਈ ਨਹੀਂ ਲੱਭਾ, ਉਹੀ ਛਾਬਾ ਫੇਰਾ ਹੈ ਜਿਸ 'ਚੋਂ ਰੋਟੀ ਜੋਗੇ 4 ਪੈਸੇ ਮਿਲ ਜਾਂਦੇ ਨੇ। ਕਿਸ਼ਨੇ ਨੇ ਟਿਚਕਰ ਕੀਤੀ, ਕੰਮਾਂ 'ਚੋਂ ਕੰਮ ਲੱਭਿਆ ਸੀ ਭਾਰਾ, ਅਤੇ ਫਿਰ ਉਹਨੇ ਕੰਮਾਂ ਕਾਰਾਂ 'ਤੇ ਉਹਨਾਂ ਲਈ ਉੱਚੇ ਤਜਰਬਿਆਂ ਦੇ ਸੰਬੰਧ 'ਚ ਇੱਕ ਖੂਬ ਲੰਮਾ ਸਾਰਾ ਲੈਕਚਰ ਸ਼ੁਰੂ ਕਰਤਾ, ਜਿਹਨੂੰ ਮੰਗਤੂ ਦੜ ਵੱਟ ਕੇ ਸੁਣੀ ਗਿਆ। ਸੁਣ, ਮੈਂ ਤੈਨੂੰ ਦੱਸਾਂ, ਆਪਣੇ ਲੈਕਚਰ ਦੇ ਅੰਤ 'ਤੇ ਪਹੁੰਚ ਕੇ ਕਿਸ਼ਨਾ ਕਹਿਣ ਲੱਗਾ, ਜੇ 4 ਪੈਸੇ ਖੱਟਣ ਦੀ ਸਲਾਹ ਹੀ ਤਾਂ ਮੇਰੇ ਆਖੇ ਲੱਗ, ਇਸ ਕੁੱਤੇ ਖੱਸੀ 'ਚ ਕੁਝ ਨਹੀਂ ਪਿਆ, ਸਾਰਾ ਦਿਨ ਖੋਤੇ ਵਾਂਗ ਭਾਰ ਚੁੱਕੀ ਫਿਰੋ, ਸੰਗ ਪਾੜਦੇ ਰਹੋ, ਇਹ ਵੀ ਕੋਈ ਕੰਮਾਂ 'ਚੋਂ ਕੰਮ ਹੈ ਭਲਾ? ਮੰਗਤੂ ਨੇ ਆਸ਼ਾ ਭਰੀ ਨਜ਼ਰ ਨਾਲ ਉਸ ਵੱਲ ਤੱਕਿਆ, ਛਾਬੇ ਦਾ ਕੰਮ ਉਹ ਅਣ ਸਰਦੇ ਨੂੰ ਹੀ ਤਾਂ ਕਰ ਰਿਹਾ। ਵੈਸੇ ਇਸ ਕੰਮ ਤੋਂ ਉਹਨੂੰ ਆਪ ਬੜੀ ਗਿਲਾਨੀ ਸੀ, ਰੁਪਈਏ ਕਿੰਨੇ ਕੁ ਨਹੀਂ ਕੋਲ? ਕਿਸ਼ਨੇ ਨੇ ਸਵਾਲ ਕੀਤਾ। ਹੋਣਗੇ 2-250। ਕਿਸ਼ਨਾ ਸੋਚੀ ਪੈ ਗਿਆ, ਫਿਰ ਬੋਲਿਆ, ਚੱਲ ਕੋਈ ਨਹੀਂ, ਰੁਪਈਆਂ ਦਾ ਕੀ ਹੈ, ਇੱਕ ਵਾਰੀ ਕੰਮ ਚੱਲ ਪਏ ਫਿਰ ਬਥੇਰੇ ਆ ਜਾਣਗੇ, 1,500 ਕੁ ਰੁਪਏ ਦਾ ਬੰਦੋਬਸਤ ਚਾਹੀਦਾ, ਕੁਝ ਮੇਰੇ ਕੋਲ ਨਹੀਂ, ਬਾਕੀ ਉਧਾਰ ਪਧਾਰ ਫੜ ਲਾਂਗੇ। ਮੰਗਤੂ ਨੇ ਸਵਾਲ ਕੀਤਾ, ਪਰ ਕੰਮ ਕਿਹੜਾ ਹੈ, ਕੋਈ ਦੁਕਾਨ ਸ਼ਕਾਨ ਦਾ? ਨਹੀਂ, ਹੋਟਲ ਖੋਲਾਂਗੇ, 800 ਪਗੜੀ ਦੇਣੀ ਪਏਗੀ, 500-700 ਉਤਲੇ ਕੰਮਾਂ ਲਈ ਹੋਏ ਤਾਂ ਗੱਡਾ ਰਿੜ ਪਏਗਾ, ਕੰਮ ਪਰ ਇੱਥੇ ਨਹੀਂ, ਮਸੂਰੀ ਸ਼ੁਰੂ ਕਰਨਾ, ਸੀਜ਼ਨ ਭਾਵੇਂ ਅੱਧਾ ਕੁ ਲੰਘ ਚੁੱਕਾ, ਫਿਰ ਵੀ ਕੋਈ ਗੱਲ ਨਹੀਂ, ਐਤਕੀ ਐਡਾ ਜਮਾਵਾਂਗੇ, ਜੇ ਸੁੱਖ ਰਹੀ ਤਾਂ ਆਉਂਦੇ ਸੀਜ਼ਨ ਨੂੰ ਰੁਪਇਆ ਹੀ ਰੁਪਇਆ ਹੋ ਜਾਏਗਾ। ਹੋਟਲ ਦਾ ਜ਼ਿਕਰ ਸੁਣਦਿਆਂ ਮੰਗਤੂ ਦਾ ਉਤਸ਼ਾਹ ਹਿੱਸ ਗਿਆ, ਉਹਦੀਆਂ ਅੱਖਾਂ 'ਚ ਗੁੱਸੇ ਦੇ ਡੋਰੇ ਲਿਸ਼ਕ ਪਏ, ਕੌੜਾ ਜਿਹਾ ਹੱਸਾ ਹੱਸ ਕੇ ਬੋਲਿਆ, ਸਮਝ ਲਿਆ, ਕੁੜੀਆਂ ਸਪਲਾਈ ਕਰਨ ਲਈ ਮਸੂਰੀ ਚੰਗੀ ਥਾਂ ਹੈ, ਵੱਡੇ ਵੱਡੇ ਅਮੀਰ ਨਵਾਬ ਆਉਂਦੇ ਨੇ। ਕਿਸ਼ਨਾ ਸ਼ਾਇਦ ਉਹਦੇ ਵਿਅੰਗ ਨੂੰ ਨਹੀਂ ਸਮਝਿਆ, ਪੂਰੇ ਉਤਸ਼ਾਹ ਅਤੇ ਆਪਣੀ ਉੱਚੀ ਕਾਬਲੀਅਤ ਦੇ ਫਖਰ 'ਚ ਬੋਲਿਆ, ਅਮੀਰਾਂ ਨਵਾਬਾਂ ਦੇ ਸਿਰ 'ਤੇ ਹੀ ਉੱਥੋਂ ਦੇ ਕਈ ਹੋਟਲ 10-10, 20-20 ਹਜ਼ਾਰ ਇੱਕ ਇੱਕ ਸੀਜ਼ਨ 'ਚ ਕਮਾ ਲੈਂਦੇ ਨੇ ਮੰਗਤਿਆ, ਫਿਰ ਤੈਨੂੰ ਪਤਾ ਮੇਰਾ ਤਜਰਬਾ ਵੀ ਤਾਂ ਕਿਸੇ ਨਾਲੋਂ ਘੱਟ ਨਹੀਂ, ਜਨਤਕ ਹੋਟਲ 'ਚ ਮੈਂ ਨਿਹਰਾ ਨੌਕਰੀ ਖਾਤਰ 'ਤੇ ਨਹੀਂ ਇੰਨਾ ਚਿਰ ਗੁਜ਼ਾਰਿਆ, ਬੜਾ ਕੁਝ ਸਿੱਖਿਆ ਇਸ ਨੌਕਰੀ 'ਚੋਂ, ਐਸੇ ਭੇਦ ਪਾ ਲੈਣੇ ਜਿਹੜੇ ਹੋਟਲ ਦੇ ਮਾਲਕ ਨੂੰ ਵੀ ਨਹੀਂ ਪਤਾ,
मेरी सलाह तू मेरे नाल भाई वाली रख लै, चौथी पत्ती तेरी होएगी। उन तो वड्डे पैसे वाले लोग तरले लेंदे ने भाई वाली ले। इस संबंध में कृष्णा बड़ा कुछ दसदा चला गया, नाल ही गल्लां चों अपनी उदारता का विखाला भी करी गया। वह मित्रता पालने किस तरह एक कंगाल दोस्ती किस्मत के बूहे खोलन लगा, पर उसका सारा जोश सला पै गया जब मंगतू के मूँह उन्हें सुनिया, तेरी बड़ी मेहरबानी है भरावा, पर दलागिरी करन नालों मैनू मेरा छाबा ही चंगा। कृष्ण का दिल अग बगोला हो उठाया सुन के। दूजे शब्दों मंगतू ने उन्होंने एक बहुत वड्डी गाल कढ़ती दला कह के। उन्हें कहर भरी नज़र न एक बार मंगतू दखों में तकिया, शायद ये जाचन ले कि मंगतू मुखौल तो नहीं कर रहा, पर मंगतू दखा च इस वेले जी तलख जी चमक मौजूद सी। इनू वेख के कृष्ण ने ना केवल असलीयत की गवाही जापी बल्कि यह भी जान लिया कि मंगतू का रोम रोम इस वेले कृष्ण नफरत कर रहा है। तो इस हालत में कृष्ण वर्गा शरीफ तो इज्जतदार आदमी किस तरह उत्थे ठहर सकता सी। कुछ होर कहने लई एक बारी कृष्ण के बुल फरके मानो मंगतू को उसकी बेवकूफ़ी से झाड़ झंब करनी चाहता होवे, पर स्वै मान ते अणख दे जज्बे ने उन्हें कुछ भी बोलने की आग्ञा नहीं दिती। तो केवल इन्ना ही आख के पैर पटकता होया बाहर निकल गया। हला बड़ा महात्मा बन गया, चंगा फिर बहु मोठा दी छावें। तो जब कमरे चो निकल के कृष्णा दुराडे चला गया तो मंगतू ने एक लम्मा साह भरिया जिवें उहदे शरीर दुआले कोई पीचिया होया रस्सा खुल गया होवे। अंग 25। कृष्णे वर्गे दोस्त का तोड़ विछोड़ा मंगतू लई घट दुखदाई नहीं सी। इस परदेश कृष्णे ने उहदी कई तरह नाल मदद कीती सी, पर इहदे बावजूद भी जद कृष्णे ने घटिया आचरण की तस्वीर उहदे सामने आउंदी ਤਾਂ ਖਿਆਲ ਕਰਦਾ ਚਲੋ ਇਸ ਸੁਹਾਗ ਨਾਲੋਂ ਰੰਡੇਪਾ ਹੀ ਚੰਗਾ। ਬਸਤੀ ਦੇ ਲੋਕਾਂ 'ਚ ਮੰਗਤੂ ਦੀ ਦਿਲਚਸਪੀ ਦਿਨੋਂ ਦਿਨ ਵੱਧਦੀ ਗਈ ਅਤੇ ਇਹਦੇ ਬਹੁਤ ਛੇਤੀ ਵਧਣ ਦਾ ਇੱਕ ਖਾਸ ਕਾਰਨ ਉਪਸਥਿਤ ਹੋ ਗਿਆ ਇਹ ਸੀ ਕਿ ਨਗਰ ਸਭਾ ਨਾਲ ਚਿਰ ਤੋਂ ਚੱਲੇ ਆ ਰਹੇ ਇਹਨਾਂ ਲੋਕਾਂ ਦੀ ਇੱਕ ਝਗੜੇ ਦੀ ਹੋਂਦ, ਜਿਸ ਬਾਰੇ ਸ਼ੁਰੂ 'ਚ ਮੰਗਤੂ ਨੂੰ ਕੋਈ ਇਲਮ ਨਹੀਂ ਸੀ। ਜਿਨ੍ਹਾਂ ਨੇ ਵੀ ਰੈਸਟ ਕੈਂਪ ਨਾਲ ਕਦੀ ਫੇਰਾ ਮਾਰਿਆ ਉਹ ਜਾਣਦੇ ਹੋਣਗੇ ਇਸ ਬਸਤੀ ਦੇ ਆਕਾਰ ਪ੍ਰਕਾਰ ਨੂੰ। ਸਧਾਰਨ ਤੌਰ 'ਤੇ ਇਹ ਦੋ ਗੱਲਾਂ ਪਰਸਪਰ ਵਿਰੋਧੀ ਮਾਲੂਮ ਹੁੰਦੀਆਂ ਨੇ, ਰੈਸਟ ਕੈਂਪ ਅਤੇ ਕੰਗਾਲਾਂ ਦੀ ਬਸਤੀ। ਇਹ ਦੋਵੇਂ ਪਰਸਪਰ ਵਿਰੋਧੀ ਨਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਭਲਾ ਰੈਸਟ ਕੈਂਪ ਨਾਂ ਵਾਲੀ ਜਗ੍ਹਾ 'ਚ ਕੰਗਾਲਾਂ ਦਾ ਕੀ ਕੰਮ? ਰੈਸਟ ਕੈਂਪ ਤਾਂ ਅਸਲੋਂ ਹੀ ਇੱਕ ਸ਼ਾਹੀ ਜਾਂ ਫੌਜੀ ਜਗ੍ਹਾ ਨਾਂ ਹੈ। ਹੋ ਸਕਦਾ ਕਦੀ ਕਿਸੇ ਜ਼ਮਾਨੇ 'ਚ ਮੋਕਲੇ ਮੈਦਾਨ 'ਚ ਕੋਈ ਰੈਸਟ ਕੈਂਪ ਰਹਿ ਚੁੱਕਾ ਹੋਵੇ। ਇਹੋ ਜਿਹੀ ਹਾਲਤ ਹੈ ਇਸ ਰੈਸਟ ਕੈਂਪ ਦੀ, ਪਰ ਇਹਦਾ ਇਹ ਮਤਲਬ ਨਹੀਂ ਕਿ ਸਾਰੇ ਮੈਦਾਨ ਨੂੰ ਕੰਗਾਲਾਂ ਨੇ ਘੇਰਿਆ ਹੋਇਆ। ਹਕੀਕਤ 'ਚ ਇਹਨਾਂ ਲੋਕਾਂ ਦੀਆਂ ਝੌਂਪੜੀਆਂ ਨੇ ਬਹੁਤ ਥੋੜ੍ਹਾ ਜਿੰਨਾ ਥਾਂ ਰੋਕਿਆ ਹੈ, ਵਸੇ 4-6 ਕਨਾਲਾਂ ਜਾਂ ਹੱਦ 2 ਵਿਘੇ, ਬਾਕੀ ਬਹੁਤ ਸਾਰਾ ਥਾਂ ਵਿਹਲਾ ਪਿਆ। ਦੇਸ਼ ਦੀ ਵੰਡ ਤੋਂ ਬਾਅਦ ਦੇਹਰਾਦੂਨ 'ਚ ਸ਼ਰਨਾਰਥੀਆਂ ਦੀ ਆਮਦ ਕਰਕੇ ਰਿਹਾਇਸ਼ੀ ਮਕਾਨਾਂ ਦੀ ਸਖ਼ਤ ਕਿੱਲਤ ਹੋ ਗਈ ਸੀ, ਜਿਸ ਕਰਕੇ ਨਗਰ ਸਭਾ ਨੇ ਡਿਵੈਲਪਮੈਂਟ ਸਕੀਮ ਅਨੁਸਾਰ ਕੁਝ ਖਾਲੀ ਥਾਵਾਂ ਨੂੰ ਆਬਾਦ ਕਰਨ ਦਾ ਨਿਸ਼ਚਾ ਕੀਤਾ ਸੀ। ਇਸ ਨਵੀਂ ਕਲੋਨੀ ਦਾ ਨਾਮ ਵੀ ਤਜਵੀਜ਼ ਹੋ ਚੁੱਕਾ ਸੀਗਾ, ਜੋ ਹੁਣ ਬਣਾਉਣ ਦਾ ਐਲਾਨ ਕੀਤਾ ਗਿਆ, ਗਾਂਧੀ ਨਗਰ। ਪਰ ਸ਼ਾਇਦ ਨਗਰ ਸਭਾ ਵਾਲਿਆਂ ਜਾਂ ਕਿਸੇ ਹੋਰ ਨੇ ਸੋਚਣ ਦੀ ਲੋੜ ਨਹੀਂ ਸੀ ਸਮਝੀ ਕਿ ਗਾਂਧੀ ਦੇ ਨਾਂ ਨਾਲ ਆਬਾਦ ਕੀਤੇ ਜਾਣ ਵਾਲੀ ਇਸ ਕਲੋਨੀ 'ਚ ਉਹ ਲੋਕ ਵੀ ਮੌਜੂਦ ਨੇ ਜਿਨ੍ਹਾਂ ਨਾਲ ਗਾਂਧੀ ਦਾ ਪਿਆਰ ਆਪਣੀ ਜਿੰਦ ਨਾਲੋਂ ਵੀ ਜ਼ਿਆਦਾ ਸੀ, ਜਿਨ੍ਹਾਂ ਨੂੰ ਇਸ ਥਾਂ ਤੋਂ ਉਜਾੜ ਕੇ ਸ਼ਹਿਰ ਤੋਂ ਕਾਫ਼ੀ ਦੂਰ ਸੂਰਮਾਰਾਂ ਦੀ ਬਸਤੀ ਅੱਗੇ ਲਾਗੇ ਸੁੱਟਿਆ ਜਾ ਰਿਹਾ ਸੀ। ਮੰਗਤੂ ਕੋਈ ਐਸਾ ਪੜ੍ਹਿਆ ਲਿਖਿਆ ਵਿੱਚ ਨਹੀਂ ਸੀ, ਜਿੰਨਾ ਕੁ ਪੜ੍ਹਿਆ ਹੈ ਇੰਨਾ ਕਾਫ਼ੀ ਨਹੀਂ ਇਹਦੇ ਬਲਬੂਤੇ 'ਤੇ ਉਹ ਕਿਸੇ ਜਮਾਤ ਦੀ ਰਹਿਨੁਮਾਈ ਕਰ ਸਕੇ, ਪਰ ਆਪਣੇ ਅੰਦਰ ਇਸ ਖਾਮੀ ਦੇ ਹੁੰਦਿਆਂ ਵੀ ਉਹਨੇ ਦਿਲ ਨਹੀਂ ਛੱਡਿਆ। ਅੰਦਰੋਂ ਉਹਨੂੰ ਮਹਿਸੂਸ ਹੁੰਦਾ ਜਿਵੇਂ ਕੋਈ ਗੁੱਝੀ ਤਾਕਤ ਉਸ ਪਾਸ ਹੈ ਜਿਹੜੀ ਉਹਦੇ ਚੁੱਕੇ ਕਦਮ ਨੂੰ ਪਛਾਣ ਨਹੀਂ ਪੈਣ ਦੇਵੇਗੀ। ਸੂਰਮਾਰਾਂ ਦੀ ਬਸਤੀ ਸ਼ਹਿਰ ਤੋਂ ਕਾਫ਼ੀ ਦੂਰ ਹੈ, ਕਾਬਲੀ ਰੋਡ ਤੋਂ ਲਗਭਗ 1.5 ਮੀਲ ਅਗਾਂਹ ਬਿੰਦਾਲ ਨਦੀ ਤੋਂ ਪਰਲੇ ਪਾਸੇ, ਜਿੱਥੇ ਜ਼ਮੀਨ ਦੇ ਇੱਕ ਟੁਕੜੇ 'ਚ ਰੈਸਟ ਕੈਂਪ ਦੇ ਲੋਕਾਂ ਨੂੰ ਵਸਾਉਣ ਦਾ ਫੈਸਲਾ ਕੀਤਾ ਗਿਆ। ਇਸ ਬਾਰੇ ਜਦ ਝੌਂਪੜੀਆਂ ਵਾਲਿਆਂ ਨੂੰ ਨੋਟਿਸ ਪੁੱਜੇ ਤਾਂ ਉਹ ਹੱਕੇ ਬੱਕੇ ਰਹਿ ਗਏ, ਕਿਉਂਕਿ ਇਹਨਾਂ ਲੋਕਾਂ ਦੀ ਮਿਹਨਤ ਮਜ਼ਦੂਰੀ ਦਾ ਸੰਬੰਧ ਸ਼ਹਿਰ ਦੀ ਵਿਚਲੀ ਆਬਾਦੀ ਨਾਲ ਸੀ। ਇੱਥੋਂ ਉੱਠ ਕੇ ਸੂਰਮਾਰਾਂ ਦੀ ਬਸਤੀ ਚਲੇ ਜਾਣ ਦਾ ਮਤਲਬ ਸਾਫ਼ ਸੀ ਕਿ ਉਹ ਲੋਕ ਜਿਹੜੇ ਮਾੜੀ ਮੋਟੀ ਮਿਹਨਤ ਮਜ਼ਦੂਰੀ ਕਰਕੇ ਡੰਗ ਜੋਗਾ ਆਟਾ ਪੈਦਾ ਕਰਦੇ ਹਨ ਉਹ ਤੋਂ ਵੀ ਹੱਥ ਧੋ ਕੇ ਬਹਿ ਜਾਣ। ਕਲੋਨੀ ਆਬਾਦ ਕਰਨ ਦਾ ਮਾਮਲਾ ਇਸ ਛੋਟੀ ਅੜਚਣ ਬਦਲੇ ਕਾਫ਼ੀ ਚਿਰ ਖੱਟੇ ਪਿਆ ਰਿਹਾ। ਕੁੱਤਿਆਂ ਵਾਂਗ ਘਸੀਟ ਕੇ ਤਾਂ ਇਹਨਾਂ ਲੋਕਾਂ ਨੂੰ ਕੱਢਿਆ ਨਹੀਂ ਜਾ ਸਕਦਾ, ਫਿਰ ਕਿਹੜਾ ਰਸਤਾ ਅਖਤਿਆਰ ਕੀਤਾ ਜਾਏ? ਨਗਰ ਸਭਾ ਨੂੰ ਇਹ ਗੱਲ ਦੀ ਸਮਝ ਨਹੀਂ ਸੀ ਆਉਂਦੀ। ਛੇਕੜ ਜਲਦੀ ਤੋਂ ਜਲਦੀ ਇਸ ਟੁਕੜੇ ਨੂੰ ਆਬਾਦ ਕਰਨ ਦੇ ਖਿਆਲ ਨਾਲ ਨਗਰ ਸਭਾ ਨੇ ਇੱਕ ਹੋਰ ਅਤੇ ਆਖਰੀ ਨੋਟਿਸ ਜਾਰੀ ਕਰ ਦਿੱਤਾ ਕਿ ਜੇ ਫਲਾਣੀ ਤਰੀਕ ਤੱਕ ਉਹਨਾਂ ਲੋਕਾਂ ਨੇ ਰੈਸਟ ਕੈਂਪ ਦੇ ਮੈਦਾਨ 'ਚੋਂ ਡੇਰਾ ਡੰਡਾ ਨਾ ਚੁੱਕਿਆ
ਤਾਂ ਪੁਲਿਸ ਦੀ ਮਦਦ ਨਾਲ ਜਗ੍ਹਾ ਖਾਲੀ ਕਰਵਾ ਲਈ ਜਾਏਗੀ। ਇਹ ਮਾਮਲਾ ਹੁਣ ਅਖੀਰਲੀ ਨੋਟਿਸ ਦੀ ਹਾਲਤ ਤੱਕ ਪਹੁੰਚ ਚੁੱਕਾ ਸੀ, ਜਿਹਦੇ ਫਲ ਰੂਪ ਸਾਰੇ ਬੁਰੀ ਤਰ੍ਹਾਂ ਘਬਰਾਏ ਸਨ। ਕਿਸੇ ਨੂੰ ਕੁਝ ਔੜਦੀ ਨਹੀਂ ਸੀ। ਜੇ ਤਾਂ ਉਹਨਾਂ ਦੇ ਸਾਹਮਣੇ ਨਿਰੀ ਥਾਂ ਬਦਲਣ ਦਾ ਸਵਾਲ ਹੁੰਦਾ ਤਾਂ ਇਹਨੂੰ ਉਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਸਹਿ ਜਾਂਦੇ। ਵੱਡੀ ਚਿੰਤਾ ਤਾਂ ਸੀ ਰੋਜ਼ੀ ਦੇ ਖੁੱਸ ਜਾਣ ਦੀ। ਇਸ ਥਾਂ ਤੋਂ ਉੱਠ ਕੇ ਉਹਨਾਂ ਨੂੰ ਜਿੱਥੇ ਸੁੱਟਿਆ ਜਾ ਰਿਹਾ ਸੀ ਉੱਥੋਂ ਆਉਣ ਵਿੱਚ ਹੀ ਦਿਨ ਦਾ ਇੱਕ ਬਹੁਤ ਵੱਡਾ ਹਿੱਸਾ ਜਾਇਆ ਹੋਣ ਦਾ ਡਰ ਸੀ। ਨੋਟਿਸ ਦੀ ਮਿਆਦ 'ਚ ਕੇਵਲ ਇੱਕ ਮਹੀਨਾ ਬਾਕੀ ਸੀ, ਅਰਥਾਤ ਜੇ 30 ਦਿਨਾਂ 'ਚ ਕੋਈ ਸਬੀਲ ਨਾ ਨਿਕਲੀ ਤਾਂ ਨਤੀਜਾ ਸਾਫ਼ ਪ੍ਰਗਟ ਸੀ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਕੁਨਬਿਆਂ ਨੂੰ ਘੜੀਸ ਕੇ ਬਾਹਰ ਕੱਢ ਦਿੱਤਾ ਜਾਏਗਾ ਅਤੇ ਝੌਂਪੜੀਆਂ ਦਾ ਮਲਬਾ ਮਿਲਟਰੀ ਦੇ ਟਰੱਕਾਂ ਰਾਹੀਂ ਚੁੱਕ ਕੇ ਮੈਦਾਨ ਸਾਫ਼ ਕਰ ਦਿੱਤਾ ਜਾਏਗਾ। ਮੰਗਤੂ ਨੇ ਹੋਰ ਗਹਿਰਾਈ ਨਾਲ ਇਸ ਸਮੱਸਿਆ ਬਾਰੇ ਸੋਚਿਆ। ਉਹਦੇ ਅੰਦਰ ਲੂਣੀ ਜਿਹੀ ਲੱਗੀ ਹੋਈ ਸੀ। ਸੋਚਣ ਲੱਗਾ, ਆਖਿਰ ਕਿਹੜੇ ਕਸੂਰ ਬਦਲੇ ਇਹ ਗਰੀਬ ਮਾਰ ਕੀਤੀ ਜਾ ਰਹੀ ਹੈ? ਕਮੇਟੀ ਵਾਲੇ ਕੌਣ ਹੁੰਦੇ ਨੇ ਕਿਸੇ ਨੂੰ ਘਰੋਂ ਘਾਟੋਂ ਪੱਟਣ ਵਾਲੇ? ਕੀ ਉਹਨਾਂ ਨੂੰ ਇਸ ਲਈ ਇਹ ਜ਼ੁਲਮ ਕਰਨ ਦੀ ਦਲੇਰੀ ਹੋਈ ਹੈ ਕਿ ਇਹਨਾਂ ਵਿਚਾਰਿਆਂ ਦੇ ਮੂੰਹ 'ਚ ਜ਼ਬਾਨ ਨਹੀਂ, ਇਹਨਾਂ ਦੀਆਂ ਬਾਹਾਂ 'ਚ ਤਾਕਤ ਕੋਈ ਨਹੀਂ? ਛੇਕੜੀ ਇੱਕ ਸ਼ਾਮੀ ਮੰਗਤੂ ਨੇ ਬਸਤੀ 'ਚ ਫਿਰ ਕੇ ਸਾਰੇ ਪੱਗ ਬੰਨਾਂ ਨੂੰ ਇਕੱਠਿਆ ਕੀਤਾ, ਪਰੇ 'ਚ ਬੈਠ ਕੇ ਉਹਨਾਂ ਨੂੰ ਸਮਝਾਇਆ, ਭਰਾਓ ਇੱਦਾਂ ਘਬਰਾਇਆ ਕੁਝ ਨਹੀਂ ਜੀ ਬਣਨਾ, ਇਹਦਾ ਨਤੀਜਾ ਸਾਫ਼ ਪਿਆ ਦਿਸਦਾ ਹੈ, ਤੁਹਾਡੀਆਂ ਛੰਨਾ ਛਪਰੀਆਂ ਅੱਜ ਵੀ ਹੈ ਨਹੀਂ ਅਤੇ ਕੱਲ੍ਹ ਵੀ ਹੈ ਨਹੀਂ। ਗੱਲਾਂ ਦੋ ਨੇ, ਜਾਂ ਚੁੱਪ ਕਰਕੇ ਜਿਵੇਂ ਕਮੇਟੀ ਕਹਿੰਦੀ ਭਾਂਡਾ ਠੀਕ ਕਰ ਚੁੱਕ ਕੇ ਇੱਥੋਂ ਤੁਰਦੇ ਬਣੋ, ਅਤੇ ਜੇ ਸਮਝਦੇ ਹੋ ਕਿ ਇਸ ਥਾਂ 'ਤੇ ਤੁਹਾਡਾ ਹੱਕ ਹੈ ਤਾਂ ਫਿਰ ਇੱਕ ਮੁੱਠ ਹੋ ਕੇ ਆਪਣੇ ਆਪਣੇ ਹੱਕ ਦੀ ਰਾਖੀ ਲਈ ਛਾਤੀਆਂ ਤਾਣ ਖਲੋ। ਪਰੇ 'ਚ ਇੱਕ ਸਨਾਟਾ ਜਿਹਾ ਛਾ ਗਿਆ। ਮੰਗਤੂ ਨੇ ਨਜ਼ਰ ਫਿਰ ਕੇ ਚੁਫੇਰੇ ਤੱਕਿਆ। ਮੰਗਤੂ ਦਾ ਜੋਸ਼ ਕੁਝ ਸਿਥਲ ਪੈ ਗਿਆ ਜਦੋਂ ਉਹਨੇ ਇਹਦੇ ਉਲਟ ਵੇਖਿਆ ਕਿ ਬਹੁਤਿਆਂ ਦੇ ਮੂੰਹਾਂ 'ਤੇ ਹਵਾਈਆਂ ਫਿਰ ਰਹੀਆਂ ਸੀ, ਪਰ ਇੰਨਾ ਨਹੀਂ ਕਿ ਉਹ ਪਰੇ 'ਚ ਉੱਠ ਕੇ ਤੁਰ ਹੀ ਪੈਂਦਾ। ਉਸ ਫਿਰ ਬੋਲਣਾ ਸ਼ੁਰੂ ਕੀਤਾ, ਤੁਸੀਂ ਲੋਕ ਸਹਿਮ ਕਿਉਂ ਗਏ ਜੇ ਮੇਰੀਆਂ ਗੱਲਾਂ ਸੁਣ ਕੇ? ਕੀ ਤੁਹਾਡੇ 'ਚੋਂ ਕੋਈ ਮੈਨੂੰ ਇਸ ਗੱਲ ਦਾ ਜਵਾਬ ਦੇਵੇਗਾ? ਸਾਰੇ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ। ਪੰਜਾਬੀ ਇੱਕ ਭੰਗੀ ਬੋਲਿਆ, ਗੱਲਾਂ ਤੇਰੀਆਂ ਸੱਚੀਆਂ ਨੇ ਮਾਸਟਰ। ਇਹ ਲੋਕ ਮੰਗਤੂ ਨੂੰ ਮਾਸਟਰ ਕਹਿ ਕਹਿੰਦੇ ਸੀ, ਸ਼ਾਇਦ ਇਸ ਕਰਕੇ ਮੰਗਤੂ ਅਕਸਰ ਉਹਨਾਂ ਦੇ ਬਾਲਾਂ ਨੂੰ ਇਕੱਠਿਆਂ ਕਰਕੇ ਪੜ੍ਹਾਇਆ ਕਰਦਾ ਸੀ। ਪਰ ਅਗਲਿਆਂ ਦੇ ਵੀ ਤਾਂ ਚੱਪਾ ਚੱਪਾ ਲੰਮੇ ਦੰਦ ਨੇ। ਅੱਜ ਜੇ ਬਗਾਨੇ ਪੁੱਤਰ ਕੰਮੋਂ ਕਾਰੋਂ ਜਵਾਬ ਦੇ ਦੇਣ ਤਾਂ ਭਲਕੇ ਅਸੀਂ ਲੋਕ ਟਕੇ ਦੇ ਤਿੰਨ ਤਿੰਨ ਵਿਕ ਜਾਵਾਂਗੇ। ਲਚਕਰ ਦੇਣੇ ਸੌਖੇ ਨੇ, ਪਰ ਪਤਾ ਉਦੋਂ ਲੱਗਦਾ ਜਦੋਂ ਡਾਢਿਆਂ ਨਾਲ ਵਾਹ ਪੈ ਜਾਂਦਾ। ਮੰਗਤੂ ਦਾ ਖਿਆਲ ਸੀ ਕਿ ਬੰਦਾ ਸ਼ਾਇਦ ਉਹਦੀ ਪੁਸ਼ਟੀ 'ਚ ਬੋਲੇਗਾ, ਪਰ ਇਹ ਨਾ ਨੇਰਾ ਉਸ ਨੇ ਆਪ ਹੀ ਵਿਰੋਧ ਕੀਤਾ, ਸਗੋਂ ਉਹਦੇ ਰੁਕਦੀਆਂ ਕਈ ਹੋਰ ਜ਼ਬਾਨਾਂ ਵੀ ਚਾਲੂ ਹੋ ਗਈਆਂ। ਮੰਗਤੂ ਨੂੰ ਇਹਨਾਂ ਲੋਕਾਂ ਦੀ ਕਾਇਰਤਾ 'ਤੇ ਬੜਾ ਦੁੱਖ ਹੋਇਆ। ਉਹ ਸੋਚਣ ਲੱਗਾ, ਇਹਨਾਂ ਲੋਕਾਂ ਦੇ ਅੰਦਰ ਸਵੈ ਵਿਸ਼ਵਾਸ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਰਹਿ ਗਈ। ਪਰੇ 'ਚ ਮੱਛੀ ਵਿਕਣ ਲੱਗ ਪਈ। ਮੰਗਤੂ ਨੇ ਹੱਥ ਦੇ ਇਸ਼ਾਰੇ ਨਾਲ ਸਾਰਿਆਂ ਨੂੰ ਚੁੱਪ ਰਹਿਣ ਦਾ ਸੰਕੇਤ ਕਰਦਿਆਂ ਕਹਿਣਾ ਸ਼ੁਰੂ ਕੀਤਾ, ਜੋ ਇਹ ਗੱਲ ਹੈ ਤਾਂ ਫਿਰ ਜਿਹੜੀ ਤੁਸੀਂ ਲੋਕ ਘੁਸਲ ਮੁਸਲ ਕਰਦੇ ਫਿਰਦੇ ਜੇ, ਇਹਦਾ ਕੀ ਮਤਲਬ? ਚੁੱਪ ਕਰਕੇ ਜਿਸ ਤਰ੍ਹਾਂ ਕਹਿੰਦੇ ਨੇ ਮਨ 'ਚੋ, ਅੱਜ ਤੁਹਾਨੂੰ ਇੱਥੋਂ ਉਠਾ ਕੇ ਸੂਰਮਾਰਾਂ ਦੀ ਬਸਤੀ ਸੁੱਟ ਰਹੇ ਨੇ, ਭਲਕੇ ਜੇ ਉੱਥੇ ਕੋਠੀਆਂ ਪਾਉਣ ਦੀ ਬਣਤ ਬਣੀ ਤਾਂ ਤੁਹਾਨੂੰ ਕਹਿਣਗੇ ਚੁੱਕੋ ਟੰਬਾਟੀਆ ਅਤੇ ਜਾ ਬੈਠੋ ਕਬਰਿਸਤਾਨ 'ਚ। ਮਤਲਬ ਕੀ ਕਿ ਤੁਸੀਂ ਲੋਕ ਆਦਮੀ ਨਹੀਂ, ਭੇਡਾਂ ਦਾ ਵਾਗ ਹੋਏ? ਠੀਕ ਹੈ ਠੀਕ ਹੈ, ਇੱਕ ਸਾਸੀ ਗੱਭਰੂ ਬੋਲਿਆ, ਗੱਲ ਲੱਖ ਰੁਪਈਏ ਦੀ ਆਖੀ ਹੈ ਮਾਸਟਰ ਨੇ, ਵੀ ਭਲੇ ਉਹ ਲੋਕੋ ਭੁੱਖ ਨੰਗ ਦੇ ਹੱਕੋਂ ਤੜਫ ਤੜਫ ਕੇ ਜੇ ਮਰਨਾ ਹੋਵੇ, ਇਹਨਾਂ ਨੂੰ ਮਰਦਾਂ ਦੀ ਮੌਤ ਕਿਉਂ ਨਾ ਮਰੀ? ਉਹੀ ਭੰਗੀ ਫੇਰ ਬੋਲਿਆ, ਦਾ ਸੰਬੋਧਨ ਉਸੇ ਸਾਂਸੀ ਵੱਲ ਸੀ, ਉਹ ਐਵੇਂ ਨਾ ਯਬਲੀਆਂ ਮਾਰੀ ਜਾ ਬੈਠਾ, ਅਖੇ ਅੰਨਾ ਮਾਰੇ ਅੰਨੀ ਨੂੰ ਅਤੇ ਸੋਟਾ ਵੱਜੇ ਬੰਨੀ ਨੂੰ, ਪਹਿਲਾਂ ਆਪਣੀ ਹਸਤੀ 'ਤੇ ਵੇਖੋ। ਜਵਾਬ 'ਚ ਇੱਕ ਹੋਰ ਬੋਲਿਆ, ਬਈ ਸਿਆਣੇ ਕਹਿੰਦੇ ਨੇ ਗੱਲ ਕਰੋ ਗੱਲ ਨਾਲ, ਨੱਕ ਵੱਢੋ ਵਾਲ ਨਾਲ। ਮਾਸਟਰ ਨੇ ਕਦੋਂ ਆਖਿਆ ਤੁਸੀਂ ਕਿਸੇ ਨਾਲ ਡਾਂਗੋ ਡਾਂਗੀ ਹੋਵੋ? ਪਹਿਲਾਂ ਉਹਦੀਆਂ ਗੱਲਾਂ 'ਤੇ ਸੁਣ ਲਓ। ਠੀਕ ਹੈ ਐਤਕੀ ਇਹ ਠੀਕ ਹੈ ਦਾ ਨਾਰਾ ਮੰਗਤੂ ਦੇ ਹੱਕ 'ਚ ਸੀ। ਉਹਨੇ ਫਿਰ ਬੋਲਿਆ, ਤੁਸੀਂ ਮੇਰਾ ਮਤਲਬ ਨਹੀਂ ਸਮਝਿਆ, ਮੈਂ ਬਿਲਕੁਲ ਐਸੀ ਕੋਈ ਸਲਾਹ ਨਹੀਂ ਦਿਆਂਗਾ ਜਿਸ ਨਾਲ ਕੁਝ ਫਾਇਦੇ ਦੀ ਥਾਂ ਉਲਟਾ ਕੋਈ ਵਿਪਤਾ ਤੁਹਾਡੇ ਗੱਲ ਪੈ ਜਾਏ। ਜ਼ਰਾ ਧਿਆਨ ਨਾਲ ਸੁਣੋ ਮੇਰੀਆਂ ਗੱਲਾਂ, ਅੱਗੋਂ ਤੁਹਾਡੇ ਅਖਤਿਆਰ ਹੀ, ਮੰਨੋ ਭਾਵੇਂ ਨਾ ਮੰਨੋ। ਪਰ ਮੈਂ ਪੁੱਛਣਾ ਵਾਂ, ਤੁਸੀਂ ਜੋ ਗੀਟੀਆਂ ਗਿਣਦੇ ਆ ਇੰਨਾ ਚਿਰ ਲੰਘਾਤਾ ਹੈ, ਤੁਹਾਡੀ ਕਿੱਧਰ ਦੀ ਅਕਲਬੰਦੀ ਹੋਈ? 20-25 ਦਿਨ ਹੋਰ ਰਹਿ ਗਏ ਨੇ, ਉਹ ਵੀ ਲੰਘ ਜਾਣਗੇ, ਤਾਂ ਫਿਰ ਤੂੰ ਦੱਸ ਭਰਾਵਾ। ਇੱਕ ਹੋਰ ਬੋਲ ਪਿਆ, ਤੂੰ ਕੋਈ ਰਾਹ ਕੱਢ, ਮੈਨੂੰ ਸਾਨੂੰ ਤਾਂ ਸਮਝ ਕੋਈ ਨਹੀਂ ਨਾ, ਰਲ ਕੇ ਬਹਿਣ ਦੀ ਜਾਚ ਏ ਨਾ ਲੋਕ ਸਾਨੂੰ, ਇਹ ਤਾਂ ਡੱਡਾਂ ਦੀ ਪੰਸੇਰੀ ਵਾਲਾ ਲੇਖਾ ਹੈ। ਮੰਗਤੂ ਨੂੰ ਹੌਸਲਾ ਆ ਗਿਆ ਜਦੋਂ ਉਹਨੇ ਵੇਖਿਆ ਹੌਲੀ ਹੌਲੀ ਫਿਜ਼ਾ ਉਹਦੇ ਹੱਕ 'ਚ ਹੋ ਰਹੀ ਹੈ। ਰਾਹ ਕੱਢਣਾ ਕੋਈ ਔਖਾ ਨਹੀਂ, ਮੰਗਤੂ ਨੇ ਕਹਿਣਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਚੀਜ਼ ਹੈ ਏਕਾ ਕਰਨਾ, ਜਦ ਤੱਕ ਤੁਸੀਂ ਏਕਾ ਨਹੀਂ ਕਰਦੇ ਤਦ ਤੱਕ ਸੱਚਮੁੱਚ ਡੱਡਾਂ ਦੀ ਪੰਸੇਰੀ ਬਣੀ ਰਹੇਗੀ। ਤੁਸੀਂ ਲੋਕ ਪਹਿਲਾਂ ਆਪਣਾ ਇੱਕ ਮੁਖੀ ਚੁਣੋ, ਉਹਦੀ ਲੀਡਰੀ ਹੇਠ ਕਦਮ ਚੁੱਕੋ, ਜਿਹੜਾ ਵੀ ਚੁੱਕਣਾ ਹੋਵੇ, ਜਮਾਤ 'ਚ ਕਰਾਮਾਤ ਹੁੰਦੀ ਹੈ। ਤੁਸੀਂ ਸਮਝੀ ਬੈਠੇ ਕਿ ਤੁਸੀਂ ਕੁਝ ਵੀ ਕਰਨ ਜੋਗੇ ਨਹੀਂ। ਮੈਂ ਦਾਅਵੇ ਨਾਲ ਕਹਿੰਦਾ, ਜੇ ਇੱਕ ਵਾਰੀ ਤੁਸੀਂ ਆਪਣੀ ਜਮਾਤ ਮਜ਼ਬੂਤ ਕਰ ਲਓ ਤਾਂ ਕਿਸੇ ਦੀ
ਮਾਂ ਨਹੀਂ ਸੋਈ ਜੋ ਤੁਹਾਡੇ ਬਾਬਲ ਤੱਕ ਜਾਏ। ਜਮਾਤ ਨਾਲ ਤੁਸੀਂ ਜੋ ਕੁਝ ਚਾਹੋ ਮਨਵਾ ਸਕਦੇ ਹੋ। ਜਦੋਂ ਵੀ ਉਹਨਾਂ ਲੋਕਾਂ ਉੱਤੇ ਨਰਮੀ ਗਰਮੀ ਬਣਦੀ ਹੈ, ਜਿਹੜੇ ਇਕੱਠੇ ਹੋ ਜਾਂਦੇ ਆ, ਉਹ ਆਪਣੇ ਹੱਕਾਂ ਲਈ ਡਟ ਜਾਂਦੇ ਆ। ਹੋਰ ਤੇ ਛੱਡਿਆ, ਰੇਹੜੀਆਂ ਵਾਲਿਆਂ, ਗੱਡੀ ਵਾਲਿਆਂ, ਛਾਬੇ ਵਾਲਿਆਂ ਦੀਆਂ ਕਮੇਟੀਆਂ ਕਾਇਮ ਹੋ ਚੁੱਕੀਆਂ ਨੇ। ਪਿੱਛੇ ਜੇ ਪਤਾ ਜੇ ਨਾ, ਪੰਜਾਬ ਦੇ ਜਲੰਧਰ ਸ਼ਹਿਰ 'ਚ ਰੇਹੜੀਆਂ ਵਾਲਿਆਂ ਨੇ ਏਕਾ ਕਰਕੇ ਹੜਤਾਲ ਕਰਤੀ। ਜਦੋਂ ਕਮੇਟੀ ਦੇ ਆਦਮੀ ਉਹਨਾਂ ਨੂੰ ਤੰਗ ਕਰਨ ਲੱਗ ਪਏ, 15 ਰੁਪਿਆਂ ਦਾ ਮੁਲਾਜ਼ਮ ਵੀ ਆ ਕੇ ਉਹਨਾਂ ਦੀ ਬੇਇੱਜ਼ਤੀ ਕਰ ਜਾਂਦਾ ਸੀ। ਜਿੱਥੇ ਵੀ ਰੇਹੜੀ ਖੜੀ ਕਰਦੇ ਸੀ, ਝੱਟ ਚਲਾਨ ਹੋ ਜਾਂਦਾ ਸੀ। ਅੱਜ ਉਹਨਾਂ ਹੀ ਰੇਹੜੀਆਂ ਲਈ ਬਕਾਇਦਾ ਅੱਡੇ ਬਣਾ ਦਿੱਤੇ ਨੇ ਕਮੇਟੀ ਨੇ, ਅਤੇ ਮੁਲਾਜ਼ਮਾਂ ਦੀ ਮਜਾਲ ਨਹੀਂ ਜੋ ਕਿਸੇ ਰੇਹੜੀ ਵਾਲੇ ਨੂੰ ਗਾਲ ਛੱਡ ਕੇ ਹੋਏ ਵੀ ਆ ਜਾਣ। ਮੰਗਤੂ ਹੈਰਾਨ ਰਹਿ ਗਿਆ ਕਿ ਜਦੋਂ ਪਰੇ ਦੇ ਸਾਰੇ ਆਦਮੀ ਉਹਦੀ ਹਿਮਾਇਤ 'ਚ ਹੋ ਗਏ। ਇਸ ਪਹਿਲੇ ਇਕੱਠ ਤੋਂ ਬਾਅਦ ਦੂਜੇ ਦਿਨ ਇੱਕ ਹੋਰ ਗੋਸ਼ਟੀ ਹੋਈ। ਫਿਰ ਉਹਨਾਂ ਲੋਕਾਂ ਨੇ ਸਰਬਸੰਮਤੀ ਨਾਲ ਮਾਸਟਰ ਮੰਗਤ ਰਾਮ ਨੂੰ ਹੀ ਆਪਣਾ ਮੁਖੀ ਬਣਾ ਲਿਆ। ਮੰਗਤੂ ਨੇ ਉਸੇ ਦਿਨ ਅੰਗਰੇਜ਼ੀ 'ਚ ਇੱਕ ਦਰਖਾਸਤ ਲਿਖਵਾ ਕੇ ਨਗਰ ਸਭਾ ਨੂੰ ਭੇਜ ਦਿੱਤੀ, ਜਿਹਦਾ ਮਤਲਬ ਸੀ ਰੈਸਟ ਕੈਂਪ ਦੇ ਟੱਪਰੀ ਵਾਸਾਂ ਦਾ ਡੈਪੂਟੇਸ਼ਨ ਕਮੇਟੀ ਦੇ ਪ੍ਰਧਾਨ ਨੂੰ ਮਿਲਣਾ ਚਾਹੁੰਦਾ। ਉੱਤੋਂ 2 ਦਿਨ ਬਾਅਦ ਹੀ ਜਵਾਬ 'ਚ ਇਸ ਕੰਮ ਲਈ ਖਾਸ ਤਰੀਕ ਨਿਯਤ ਕਰ ਦਿੱਤੀ ਗਈ। ਦੂਜਾ ਕੰਮ ਉਸ ਕੀਤਾ, ਛੋਟਾ ਜਿਹਾ ਮਜ਼ਮੂਨ ਬਣਾ ਕੇ ਕਈ ਅਖ਼ਬਾਰਾਂ ਨੂੰ ਭੇਜ ਦਿੱਤਾ, ਜਿਸ 'ਚ ਰੈਸਟ ਕੈਂਪ ਬਾਰੇ ਵਿਆਖਿਆ ਸੀ। ਵੇਖਦਿਆਂ ਵੇਖਦਿਆਂ ਮੰਗਤੂ ਇਸ ਬਸਤੀ ਦਾ ਨਾ ਕੇਵਲ ਲੀਡਰ ਬਣ ਗਿਆ, ਬਲਕਿ ਗੁਰੂ ਪੀਰ ਵੀ। ਉਹਦੇ ਰੁਝੇਵਿਆਂ 'ਚ ਵਾਧਾ ਹੋ ਗਿਆ। ਉਹ ਹੁਣ ਮੰਗਤੂ ਦੀ ਥਾਂ ਮਾਸਟਰ ਮੰਗਤ ਰਾਮ ਕਰਕੇ ਸੁਦੀਨ ਲੱਗ ਪਿਆ। ਅਜੇ ਵੀ ਮੰਗਤੂ ਪਾਸ ਜੇ ਕੁਝ ਵਕਤ ਦੀ ਗੁੰਜਾਇਸ਼ ਸੀ, ਉਹਦੀ ਕਲਾਸ ਨੇ ਲੈ ਲਿਆ। ਇੱਧਰ ਉਸ ਲਈ ਇੱਕ ਹੋਰ ਢੋ ਢੁੱਕ ਗਿਆ, ਜਿਸ ਕਰਕੇ ਵਕਤ ਉਹਨੂੰ ਕਾਫੀ ਮਿਲ ਜਾਂਦਾ। ਇੱਕ ਸਿਨੇਮਾ ਘਰ ਅੱਗੇ ਉਹਨੇ ਰੇਹੜੀ 'ਚ ਸਮੋਸੇ ਭਟੂਰੇ ਆਦਿ ਵੇਚਣ ਲਈ ਥਾਂ ਲੱਭ ਲਿਆ, ਜਿਸ ਨਾਲ ਉਹਦੀ ਆਮਦਨੀ ਵਿੱਚ ਤਾਂ ਕੋਈ ਬਹੁਤਾ ਵਾਧਾ ਨਹੀਂ ਸੀ ਹੋਇਆ, ਪਰ ਵਕਤ ਉਹਨੂੰ ਕਾਫੀ ਮਿਲਣ ਲੱਗ ਪਿਆ। ਉਹ ਸ਼ਾਮੀ 5 ਵਜੇ ਜਾਂਦਾ, ਰਾਤੀ 12-1 ਵਜੇ ਵਾਪਸ ਆ ਜਾਂਦਾ। ਸਨੇਚਰ ਐਤਵਾਰ ਜਦੋਂ ਮੈਟਨੀ ਸ਼ੋਅ ਹੁੰਦਾ ਹੈ, 2 ਦਿਨ ਉਹਨੂੰ 5 ਦੀ ਬਜਾਏ 2 ਵਜੇ ਜਾਣਾ ਪੈਂਦਾ। ਬਾਕੀ ਦਿਨਾਂ ਦਾ ਹਿੱਸਾ ਉਹਨੂੰ ਵਿਹਲ ਮਿਲ ਜਾਂਦਾ। ਮੰਗਤੂ ਇਹਨਾਂ ਦਿਨਾਂ 'ਚ ਜਦ ਕਦੀ ਵਿਹਲੇ ਆਪਣੇ ਅੰਦਰ ਝਾਤੀ ਮਾਰਦਾ, ਉਹਨੂੰ ਮਾਸਟਰ ਬੇਲੀ ਰਾਮ ਦੀਆਂ ਕਈਆਂ ਉਹ ਸਧਾਰਨ ਗੱਲਾਂ ਭਵਿੱਖਬਾਣੀ ਮਾਲੂਮ ਹੁੰਦੀਆਂ। ਸੱਚਮੁੱਚ ਉਹਨੂੰ ਆਪਣੇ ਅੰਦਰੋਂ ਕਈਆਂ ਗੁੱਝੀਆਂ ਤਾਕਤਾਂ ਦਾ ਅਭਾਸ ਹੋਣ ਲੱਗ ਪਿਆ ਸੀ। ਪਹਿਲੇ ਦਿਨ ਜਦੋਂ ਉਹਨੂੰ ਬਸਤੀ ਦੇ ਲੋਕਾਂ 'ਚ ਬੋਲਣ ਦਾ ਮੌਕਾ ਮਿਲਿਆ, ਤਾਂ ਉਹਨੂੰ ਬੜੀ ਹੈਰਾਨੀ ਹੋਈ ਕਿ ਇੰਨੇ ਆਦਮੀਆਂ 'ਚ ਖਲੋ ਕੇ ਬੋਲਣ ਦਾ ਉਹਨੂੰ ਹੌਸਲਾ ਕੀਕਣ ਪੈ ਗਿਆ। ਫਿਰ ਜਦਕਿ ਨਿਰਾ ਬੋਲਿਆ ਹੀ ਨਹੀਂ, ਸਗੋਂ ਉਹਦੀ ਛੋਟੀ ਜਿਹੀ ਤਕਰੀਰ ਦੇ ਅਸਰ ਨਾਲ ਸਾਰੀ ਬਸਤੀ ਮੁਗਧ ਹੋ ਉੱਠੀ, ਤਾਂ ਉਹਨੂੰ ਆਪਣੀ ਅੰਤਰੀਵ ਸ਼ਕਤੀ ਉੱਤੇ ਹੋਰ ਵੀ ਯਕੀਨ ਬੱਝ ਗਿਆ। ਫਿਰ ਜਿਸ ਦਿਨ ਉਹਨੂੰ ਆਪਣੇ 4-5 ਸਾਥੀਆਂ ਸਣੇ ਨਗਰ ਸਭਾ ਦੇ ਪ੍ਰਧਾਨ ਸਾਹਮਣੇ ਬੋਲਣ ਦਾ ਮੌਕਾ ਮਿਲਿਆ, ਇੱਕ ਵਾਰਗੀ ਉਹਦੀ ਉਹ ਸ਼ਕਤੀ ਵਿਕਾਸਮਾਨ ਹੋ ਉੱਠੀ। ਉਹਨੇ ਇੰਨੀ ਨਿਰਭੈਤਾ, ਸਿਆਣਪ ਅਤੇ ਦਲੀਲ ਭਰੇ ਢੰਗ ਨਾਲ ਆਪਣੀ ਬਸਤੀ ਦੇ ਲੋਕਾਂ ਦੀਆਂ ਔਕੜਾਂ ਦਾ ਵਰਣਨ ਕੀਤਾ, ਪ੍ਰਧਾਨ ਪ੍ਰਭਾਵਿਤ ਹੋਣੋਂ ਬਚ ਨਾ ਸਕਿਆ। ਫਿਰ ਬਸਤੀ ਵੱਲੋਂ ਉਹਨੇ ਜਿਹੜੀਆਂ ਮੰਗਾਂ ਪੇਸ਼ ਕੀਤੀਆਂ, ਉਹ ਇੰਨੀਆਂ ਮੁਨਾਸਬ ਅਤੇ ਹੱਕ ਬਜ਼ਾਨਤ ਸਨ ਕਿ ਜਿਨ੍ਹਾਂ ਨੂੰ ਨਾ ਮੰਨਣਾ ਇਨਸਾਫ਼ ਦਾ ਗਲਾ ਘੁੱਟਣਾ ਸੀ। ਉਹਦੀਆਂ ਮੰਗਾਂ ਸੀ, ਅਸੀਂ ਲੋਕ ਕਿਸੇ ਗੱਲ ਉੱਤੇ ਅੜਨਾ ਨਹੀਂ ਚਾਹੁੰਦੇ ਜਿਸ ਨਾਲ ਨਗਰ ਸਭਾ ਦੇ ਕੰਮਾਂ 'ਚ ਰੁਕਾਵਟ ਪਵੇ, ਪਰ ਅਸੀਂ ਕਮੇਟੀ ਪਾਸ ਇਨਸਾਨੀਅਤ ਦੇ ਨਾਂ 'ਤੇ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਇਨਸਾਨਾਂ ਵਾਲਾ ਸਲੂਕ ਕੀਤਾ ਜਾਏ। ਜੇ ਕਮੇਟੀ ਇਸ ਥਾਂ 'ਤੇ ਕਲੋਨੀ ਬਣਾਉਣਾ ਚਾਹੁੰਦੀ ਹੈ ਤਾਂ ਜਮ-ਜਮ ਬਣਾਏ, ਪਰ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਵੀ ਇਸ ਥਾਂ 'ਤੇ ਕੁਝ ਅਧਿਕਾਰ ਨੇ, ਜਿਨ੍ਹਾਂ ਦੀ ਬਿਨਾਂ 'ਤੇ ਅਸੀਂ ਇਹਨਾਂ ਸ਼ਰਤਾਂ ਦੇ ਆਧਾਰ 'ਤੇ ਥਾਂ ਛੱਡਣ ਨੂੰ ਤਿਆਰ ਹਾਂ। ਪਹਿਲਾ, ਸਾਨੂੰ ਮੁਆਵਜ਼ਾ ਦਿੱਤਾ ਜਾਏ ਜਿਸ ਨਾਲ ਅਸੀਂ ਦੂਸਰੀ ਥਾਂ ਜਾ ਕੇ ਘਰ ਬਣਾ ਸਕੀਏ। ਦੂਜਾ, ਸਾਨੂੰ ਸੂਰਮਾਰਾਂ ਦੀ ਬਸਤੀ ਦੀ ਥਾਂ ਕੋਈ ਨੇੜੇ ਦੀ ਥਾਂ ਦਿੱਤੀ ਜਾਏ, ਤਾਂ ਜੋ ਸ਼ਹਿਰ ਤੋਂ ਦੂਰ ਨਾ ਹੋ ਜਾਈਏ, ਜਿਸ ਨਾਲ ਸਾਡਾ ਰੁਜ਼ਗਾਰ ਹੀ ਖਤਮ ਹੋ ਜਾਂਦਾ ਹੈ। ਤੀਸਰਾ, ਥਾਂ ਛੱਡਣ ਦੀ ਮਿਆਦ 'ਚ ਘੱਟੋ ਘੱਟ 6 ਮਹੀਨੇ ਹੋਰ ਮਿਆਦ ਵਧਾਈ ਜਾਏ, ਕਿਉਂਕਿ ਅੱਜ ਕੱਲ੍ਹ ਬਰਸਾਤ ਦੇ ਮੌਸਮ 'ਚ ਘਰਾਂ ਤੋਂ ਨਿਕਲ ਕੇ ਦੂਜੇ ਥਾਂ ਆਬਾਦ ਹੋਣਾ ਮੁਸ਼ਕਿਲ ਹੈ। ਚੌਥਾ, ਜਦੋਂ ਤੀਕ ਸਾਡੀਆਂ ਮੰਗਾਂ ਦਾ ਫੈਸਲਾ ਨਹੀਂ ਹੁੰਦਾ, ਦਿੱਤੇ ਗਏ ਨੋਟਿਸ ਦਾ ਅਮਲ ਦਰਾਮਦ ਰੋਕ ਦਿੱਤਾ ਜਾਏ। ਇਸ ਤੋਂ 1 ਹਫ਼ਤਾ ਬਾਅਦ ਇਹ ਮਾਮਲਾ ਮੁੜ ਨਗਰ ਸਭਾ ਦੀ ਇੱਕ ਮੀਟਿੰਗ 'ਚ ਪੇਸ਼ ਹੋਇਆ। ਉਸ 'ਚ ਫੈਸਲਾ ਨਾ ਹੋ ਸਕਣ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਇੱਕ ਹੋਰ ਸੈਸ਼ਨ ਹੋਇਆ। ਛੇਕੜ ਰੈਸਟ ਕੈਂਪ ਦੇ ਵਾਸੀਆਂ ਦੀਆਂ ਮੰਗਾਂ ਥੋੜ੍ਹਾ ਬਹੁਤ ਫਰਕ ਪਾ ਕੇ ਮੰਨ ਲਈਆਂ ਗਈਆਂ। ਕੇਵਲ ਦੂਜੀ ਮੰਗ 'ਚ ਥੋੜ੍ਹੀ ਜਿੰਨੀ ਅੜਚਨ ਰਹਿ ਗਈ ਕਿ ਸ਼ਹਿਰ ਦੇ ਨੇੜੇ ਤੋਂ ਨੇੜੇ ਕਿਹੜਾ ਥਾਂ ਇਹਨਾਂ ਲਈ ਤਜਵੀਜ਼ ਕੀਤਾ ਜਾਏ। ਉਹਨਾਂ ਨੂੰ ਉਠਾਉਣ ਦਾ ਮਾਮਲਾ 6 ਮਹੀਨੇ ਲਈ ਮੁਲਤਵੀ ਕਰ ਦਿੱਤਾ। ਇਸ ਕਾਮਯਾਬੀ ਤੋਂ ਬਾਅਦ ਤਾਂ ਮੰਗਤੂ ਸਾਰੀ ਬਸਤੀ ਦਾ ਹੀਰੋ ਬਣ ਗਿਆ।